ਆਨਲਾਈਨ ਸਟੂਡੈਂਟਸ ਬੱਚੇ ਆਪਣਾ ਵੀਡੀਓ ਆਨ ਕਰ ਲਓ। ਅੱਜ ਥੋੜ੍ਹਾ ਜਿਹਾ ਸਲੋ ਕਰਾਵਾਂਗੇ, ਕੱਲ੍ਹ ਥੋੜ੍ਹਾ ਜ਼ਿਆਦਾ ਮੈਨੂੰ ਲੱਗ ਰਿਹਾ ਸੀ, ਫਾਸਟ ਹੋ ਗਿਆ ਸੀਗਾ, ਮੈਨੂੰ ਵੀ ਵਧੀਆ ਨਹੀਂ ਲੱਗਿਆ, ਘਰ ਜਾ ਕੇ ਮੈਨੂੰ ਲੱਗ ਰਿਹਾ ਸੀ ਵੀ ਸੈਟਿਸਫੈਕਸ਼ਨ ਜੀ ਨਹੀਂ ਸੀ ਹੋ ਰਹੀ। ਠੀਕ ਹੈ, ਅੱਜ ਅੱਗੇ ਘੱਟ ਕਰਾਵਾਂਗੇ, ਪਿਛਲਾ ਰਿਵਾਈਜ਼ ਕਰਾ ਦਾ ਮੰਡੇ ਤੋਂ, ਫਿਰ ਸਾਡੇ ਜਿਹੜੇ ਮੇਨ ਟੋਪਿਕਸ ਹੈ ਜਿਨ੍ਹਾਂ ਦੇ ਵਿੱਚੋਂ ਐਗਜ਼ਾਮ ਦੇ ਵਿੱਚੋਂ ਕੁਸ਼ਚਨ ਆ ਰਹੇ ਹੈ, ਚਾਰ ਟੋਪਿਕਸ ਰਹਿ ਗਏ ਆਪਣੇ। ਠੀਕ ਹੈ, ਡੇਟਾਬੇਸ, ਠੀਕ ਹੈ, ਫਿਰ ਰਹਿ ਗਿਆ ਨੈਟਵਰਕਸ, ਤੇ ਫਿਰ ਰਹਿ ਗਿਆ ਸਿਕਿਉਰਿਟੀ ਜਿਹਦੇ ਵਿੱਚ ਸਾਈਬਰ ਲਾਜ ਵੀ ਆ ਜਾਣਗੇ ਆਪਣੇ, ਸਾਈਬਰ ਲਾਜ, ਕ੍ਰਾਈਮ, ਹਾਂਜੀ, ਤੇ ਇੰਟਰਨੈਟ। ਸੋ ਅੱਜ ਦੇ ਲੈਕਚਰ ਤੋਂ ਬਾਅਦ ਇਹ ਚਾਰ ਟੋਪਿਕਸ ਰਹਿ ਜਾਣਗੇ, ਤੇ ਇਹਨਾਂ ਦੇ ਵਿੱਚੋਂ ਹੀ ਮੈਂ ਦੇਖ ਰਿਹਾ ਸੀ ਕੁਸ਼ਚਨ ਆ ਰਹੇ ਤੇ ਹਾਈ ਲੈਵਲ ਕੁਸ਼ਚਨ ਆ ਰਹੇ, ਜਿਵੇਂ ਪਟਵਾਰੀ ਦਾ ਕੁਸ਼ਚਨ ਦੇਖਿਆ ਸੀ ਡੇਟਾਬੇਸ ਦੇ ਵਿੱਚੋਂ ਤਾਂ ਨੋਰਮਲਸ ਫਾਰਮ ਦੇ ਉੱਤੇ ਆਇਆ ਹੋਇਆ ਸੀਗਾ, ਤਾਂ ਬੀਟੈਕ ਵਾਲਿਆਂ ਨੂੰ ਕਰਾਇਆ ਜਾਂਦਾ ਨੋਰਮਲ ਫਾਰਮ, ਫਸਟ ਨੋਰਮਲ ਫਾਰਮ, ਸੈਕੰਡ ਨੋਰਮਲ ਫਾਰਮ, ਥਰਡ ਨੋਰਮਲ ਫਾਰਮ, ਬੀ ਐਨ ਸੀ ਐਫ, ਤਾਂ ਉਸਦੇ ਬੇਸ ਤੋਂ ਕੁਸ਼ਚਨ ਆਇਆ ਹੋਇਆ ਸੀਗਾ, ਤਾਂ ਸਾਨੂੰ ਕਾਫੀ ਮਿਹਨਤ ਕਰਨੀ ਪਈ। ਆਈ ਵਿਲ ਟਰਾਈ ਟੂ ਕਵਰ ਇਨ 2 ਡੇਜ਼, ਹਾਂ 2 ਦਿਨ ਲੱਗਣਗੇ, ਨੈਟਵਰਕਸ ਨੂੰ ਵੀ 2 ਦਿਨ ਲੱਗਣਗੇ, 1 ਦਿਨ ਇਹਨੂੰ, 1 ਦਿਨ ਇਹਨੂੰ। ਸੋ ਨੈਕਸਟ ਵੀਕ ਆਪਣਾ ਪੂਰਾ ਕੰਪਿਊਟਰਸ ਹੀ ਚੱਲੇਗਾ, ਠੀਕ ਹੈ, ਉਸ ਤੋਂ ਬਾਅਦ ਫਿਰ ਆਪਾਂ ਦੇਖ ਲਾਂਗੇ ਜਿਵੇਂ ਲੱਗਿਆ ਵੀ ਸਟੋਪ ਕਰਨਾ ਹੈ, ਜੇ 1-2 ਦਿਨ ਹੋਰ ਮਿਲੇ ਤਾਂ ਹੋਰ ਲਗਾ ਲਾਂਗੇ, ਤਾਂ ਫਿਰ ਬਾਅਦ ਵਿੱਚ ਆਪਾਂ ਇੱਕ ਵਾਰ ਬ੍ਰੇਕ ਦੇ ਕੇ ਫਿਰ ਕਰ ਲਾਂਗੇ ਐਗਜ਼ਾਮ ਤੋਂ ਪਹਿਲਾਂ। ਠੀਕ ਹੈ, ਹਾਂ, ਜਾਵਾ ਲੱਗ ਗਿਆ, ਜਾਵਾ ਸਕ੍ਰਿਪਟ ਆ ਤੁਹਾਡਾ ਯੂਜ ਹੁੰਦੀ ਹੈ, ਹਾਂਜੀ, ਜਾਵਾ ਪਾਈਥਨ ਕਾਮਨ ਹੈ, ਹਾਈ ਲੈਵਲ ਲੈਂਗੁਏਜਸ ਵੀ ਨੇ ਤੇ ਵੈਬ ਡਿਜ਼ਾਈਨਿੰਗ ਵਾਸਤੇ ਵੀ ਯੂਜ ਹੁੰਦੀ ਹੈ, ਜਾਵਾ ਐਂਡ ਜਾਵਾ ਸਕ੍ਰਿਪਟ। ਹਾਂਜੀ ਹਾਂਜੀ, HTML, PHP, ਵੈਬ ਡਿਜ਼ਾਈਨਿੰਗ ਵਾਸਤੇ ਜਿਹੜੀ ਲੈਂਗੁਏਜਿਸ ਯੂਜ਼ ਹੁੰਦੀਆਂ ਬੱਚੇ ਆਪਣੀਆਂ, ਫਸਟ ਇਜ਼, ਜੇ ਧਿਆਨ ਦੇ ਬੱਚੇ ਗੱਲਾਂ ਨਹੀਂ ਕਰਨੀਆਂ, ਫਸਟ ਇਜ਼ ਯੂਅਰ HTML ਫੁੱਲ ਫਾਰਮ ਤੁਸੀਂ ਆਪ ਦੇਖਣੀ ਹੈ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ, ਫਿਰ ਆਉਂਦੀ ਹੈ PHP, PHP ਦੀ ਫੁੱਲ ਫਾਰਮ ਕੀ ਹੈ ਦੱਸੋ, ਹਾਈਪਰ ਪ੍ਰੀ ਟੈਕਸਟ ਪ੍ਰੋਗਰਾਮਿੰਗ, ਠੀਕ ਹੈ, H ਪਹਿਲਾਂ ਆਉਂਦਾ ਉਹਦੀ ਫੁੱਲ ਫਾਰਮ, ਇਹ ਚੈੱਕ ਕਰ ਲਿਓ। ਫਿਰ ਤੁਹਾਡੀ ਪਾਈਥਨ ਵੀ ਆ ਗਈ, ਪਾਈਥਨ ਇਜ਼ ਅਗੇਨ ਯੂਜ਼ਡ ਮਲਟੀਪਰਪਸ ਲੈਂਗੁਏਜ ਆ, ਪਾਈਥਨ ਸਾਇੰਟਿਫਿਕ ਯੂਜ਼ ਵਾਸਤੇ ਵੀ ਹੈ, ਬਿਜ਼ਨਸ ਯੂਜ਼ ਵਾਸਤੇ ਵੀ ਹੈ, ਵੈਬ ਡਿਜ਼ਾਈਨਿੰਗ ਵਾਸਤੇ ਵੀ ਹੈ, ਪ੍ਰੋਗਰਾਮਿੰਗ ਵਾਸਤੇ ਵੀ ਹੈ, ਫੋਰ ਐਵਰੀ ਪਰਪਸ, ਮਲਟੀਪਰਪਸ ਪਾਈਥਨ ਹੈ। ਠੀਕ ਹੈ, ਫਿਰ ਤੁਹਾਡੀ ਜਾਵਾ ਸਕ੍ਰਿਪਟ ਆ ਗਈ, ਠੀਕ ਹੈ, ਜਾਵਾ ਸਕ੍ਰਿਪਟ ਆ ਗਈ, ਫਿਰ ਹੈ ਕਿ ਇਹਨਾਂ ਦੇ ਨਾਲ ਤਾਂ ਅਸੀਂ ਪ੍ਰੋਗਰਾਮਿੰਗ ਕਰਦੇ ਹਾਂ, ਠੀਕ ਹੈ, ਵੀ ਡਿਜ਼ਾਈਨ ਫਸਟ ਵੈਬ ਪੇਜ, ਸੈਕਿੰਡ ਵੈਬ ਪੇਜ, ਫਿਰ ਉਹਨਾਂ ਦੀ ਬੋਲਦੇ ਹਾਂ ਕਿ ਵੀ ਡੂ ਲਿੰਕਿੰਗ ਆਫ ਵੈਬ ਪੇਜਿਸ, ਹਾਈਪਰ ਲਿੰਕ ਬਣਾਏ ਜਾਂਦੇ ਨੇ, ਹਨਾ, ਇਸ ਤਰ੍ਹਾਂ ਦੇ ਕਨਸੈਪਟਸ ਆਉਂਦੇ ਨੇ। ਇੱਕ ਹੋਰ ਕਨਸੈਪਟ ਹੈ ਇੱਥੇ ਕਰ ਹੀ ਲਓ, ਦਿਸ ਇਜ਼ CMS,
ਫੁੱਲ ਫਾਰਮ ਆਫ CMS ਇਜ਼ ਕੰਟੈਂਟ ਮੈਨੇਜਮੈਂਟ ਸਿਸਟਮ। ਫੁੱਲ ਫਾਰਮ ਆਫ CMS ਇਜ਼ ਕੰਟੈਂਟ ਮੈਨੇਜਮੈਂਟ ਸਿਸਟਮ। ਠੀਕ ਹੈ, ਮੀਨਸ ਇਹਨਾਂ ਦੇ ਨਾਲ ਵੀ ਵੈਬਸਾਈਟਸ ਬਣ ਜਾਂਦੀ ਹੈ ਈਜ਼ੀ ਈਜ਼ੀ ਵੇ ਦੇ ਨਾਲ। ਇੱਥੇ ਤੁਸੀਂ ਖੁਦ ਪ੍ਰੋਗਰਾਮਿੰਗ ਕਰੋਗੇ, ਸਾਰਾ ਕੁਛ ਤੁਸੀਂ ਖੁਦ ਕਰੋਗੇ, ਇੱਥੇ ਤੁਹਾਨੂੰ ਬਣਾਇਆ ਬਣਾਇਆ ਇੱਕ ਪੈਕੇਜ ਮਿਲ ਜਾਏਗਾ। CMS ਬੋਲਦੇ ਨੂੰ ਕੰਟੈਂਟ ਮੈਨੇਜਮੈਂਟ ਸਿਸਟਮ, ਫੁੱਲ ਫਾਰਮ ਵੀ ਪੁੱਛ ਸਕਦਾ ਹੈ ਜਾਂ ਪੁੱਛ ਸਕਦਾ ਹੈ ਕਿ ਵਿਚ ਆਫ ਦੀ ਫੋਲੋਇੰਗ ਇਜ਼ ਅ ਕੰਟੈਂਟ ਮੈਨੇਜਮੈਂਟ ਸਿਸਟਮ। ਉੱਥੇ ਤਿੰਨ ਪ੍ਰੋਗਰਾਮਿੰਗ ਲੈਂਗੁਏਜਸ ਪਾ ਦੇਗਾ, ਇੱਕ ਇਹ ਪਾ ਦੇਗਾ। ਠੀਕ ਹੈ, ਹੁਣ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਨੇ? ਸਭ ਤੋਂ ਪਹਿਲਾਂ ਹੈ ਜੂਮਲਾ, ਦੋ ਹੀ ਨੇ ਪਾਪੂਲਰ, ਤੇ ਵਰਡਪ੍ਰੈਸ, ਜੂਮਲਾ ਐਂਡ ਵਰਡਪ੍ਰੈਸ। ਆਪਣੇ ਵੀ ਸ਼ਾਇਦ ਫਲੇਮ ਇੰਸਟੀਚਿਊਟ ਦੀ ਵੈਬਸਾਈਟ ਵਰਡਪ੍ਰੈਸ 'ਚ ਬਣੀ, ਇਹ ਵੀ ਵੈਬਸਾਈਟ ਬਣਾਉਣ ਦੀ ਕੰਮ। ਆਟੋਮੇਟਿਡ ਟੂਲਸ ਹੈ, ਦੀਜ਼ ਆਰ ਕਾਲਡ CMS। ਕੀ ਹੈ? ਆਟੋਮੇਟਿਡ ਟੂਲਸ ਹੈ। ਫੁੱਲ ਫਾਰਮ ਆਫ CMS ਇਜ਼ ਕੰਟੈਂਟ ਮੈਨੇਜਮੈਂਟ ਸਿਸਟਮ। ਹਾਂਜੀ, ਆਨਲਾਈਨ ਸਟੂਡੈਂਟਸ ਵੌਇਸ ਕਲੀਅਰ ਹੈ ਮੇਰੀ? ਹਾਂਜੀ ਸਰ। ਹਾਂਜੀ, ਜੇ ਘਟੇਗੀ ਨਾ ਕਈ ਵਾਰੀ ਮਾਈਕ ਇੱਧਰ ਉੱਧਰ ਹੋ ਜਾਂਦਾ, ਜੇ ਲੱਗੇਗੀ ਵੌਇਸ ਲੈਵਲ ਲੋ ਹੈ ਮੈਨੂੰ ਦੱਸ ਦੇਣਾ ਨਾਲ ਦੇ ਨਾਲ। ਠੀਕ ਹੈ, ਠੀਕ ਹੈ ਸਰ। ਜੁਮਲਾ ਐਂਡ ਵਰਡਪ੍ਰੈਸ ਉਹਨੂੰ ਕੀ ਕਰ ਸਕਦਾ? ਧਿਆਨ ਨਾਲ ਦੇਖੋ, ਤਿੰਨੇ ਪਾ ਦੇਗਾ HTML, PHP, ਪਾਈਥਨ, ਤੇ ਇੱਕ ਨਾਲ ਜੁਮਲਾ ਪਾ ਦੇਗਾ। ਵਿਚ ਆਫ ਦੀ ਫੋਲੋਇੰਗ ਇਜ਼ ਅ ਕੰਟੈਂਟ ਮੈਨੇਜਮੈਂਟ ਸਿਸਟਮ ਔਰ ਆਟੋਮੇਟਿਡ ਸਿਸਟਮ? ਤਾਂ ਤੁਸੀਂ ਦੋ ਨਾਮ ਯਾਦ ਰੱਖਣੇ, ਜੁਮਲਾ ਐਂਡ ਵਰਡਪ੍ਰੈਸ। ਠੀਕ ਹੈ, ਇਹ ਇੰਨੀ ਈਜ਼ੀ ਹੈ ਕਿ ਤੁਸੀਂ ਵੀ, ਜੇ ਤੁਹਾਨੂੰ ਮੈਂ ਦੋ ਦਿਨ 'ਚ ਸਿਖਾ ਦਾਂ, ਯੂ ਕੈਨ ਆਲਸੋ ਸਟਾਰਟ ਮੇਕਿੰਗ ਵੈਬਸਾਈਟਸ ਆਫ ਯੋਰ ਔਰ ਸਮ ਅਦਰ ਪੀਪਲਸ CMS ਦੇ ਨਾਲ। ਦੋ ਦਿਨ ਤਿੰਨ ਦਿਨ ਦਾ ਕੰਮ ਹੈ, ਨੈਟ ਤੋਂ ਵੀ ਦੇਖ ਕੇ ਤੁਸੀਂ ਇਹਨੂੰ ਵੈਬਸਾਈਟ ਡਿਜ਼ਾਇਨ ਕਰਨੀ ਸਟਾਰਟ ਕਰ ਸਕਦੇ। ਹਾਂ, ਡੋਮੇਨ ਨੇਮ ਤਾਂ ਕੀ ਹੈ? godaddy.com ਤੇ ਜਾਣਾ, ਉੱਥੋਂ ਮਿਲ ਜਾਣਾ ਡੋਮੇਨ ਨੇਮ। ਠੀਕ ਹੈ, ਡੋਮੇਨ ਨੇਮ ਕੀ ਹੁੰਦਾ? ਜਿਵੇਂ www.google.com, ਦਿਸ ਇਜ਼ ਡੋਮੇਨ ਨੇਮ। ਬਹੁਤ ਬਹੁਤ ਚੀਜ਼ਾਂ ਨੇ, ਚਲੋ ਜਿਵੇਂ ਜਿਵੇਂ ਆਈ ਜਾ ਰਹੀਆਂ ਸਾਹਮਣੇ ਨਾ, ਯਾਦ ਵੀ ਆਈ ਜਾਂਦੀਆਂ ਨੇ ਤੇ ਲਿਖੀ ਵੀ ਜਾਓ। ਠੀਕ ਹੈ, flameinstitute.com ਹੈ ਜਾਂ .in ਹੈ, ਦੈਟ ਇਜ਼ ਡੋਮੇਨ ਨੇਮ। ਜਿਵੇਂ ਆਪਣਾ ਘਰ ਦੇ ਨਾਮ ਰੱਖਿਆ ਹੁੰਦਾ ਨਾ, ਤਾਂ ਇਸੇ ਤਰ੍ਹਾਂ ਵੈਬਸਾਈਟਸ ਦਾ ਵੀ ਯੂਨੀਕ ਨੇਮ ਹੁੰਦਾ। ਜੇ flameinstitute.com ਹੈ ਤਾਂ ਉਹ ਇੱਕੋ ਹੀ ਹੋਏਗੀ। ਠੀਕ ਹੈ, ਇੱਕ ਬੰਦੇ ਕੋਲ ਹੀ ਹੈ। ਜੇ ਕਿਸੇ ਨੇ ਹੋਰ ਬਣਾਉਣਾ ਹੈ ਤਾਂ ਉਹਨੂੰ ਕੁਛ ਪਿੱਛੇ 1 or 2 flameinstitute.1, ਕੋਈ ਮਤਲਬ ਥੋੜ੍ਹਾ ਜਿਹਾ ਨਾਮ ਚੇਂਜ ਕਰਨਾ ਪਏਗਾ, ਕੋਈ ਇੱਕ ਐਲਫਾਬੈਟ, ਇੱਕ ਕਰੈਕਟਰ ਚੇਂਜ ਕਰਨਾ ਪਏਗਾ ਉਸਨੂੰ, ਤਾਂ ਉਹਦਾ ਚੱਲੇਗਾ। ਯੂਨੀਕ ਨੇਮ ਹੁੰਦਾ ਡੋਮੇਨ ਨੇਮ। ਵੈਬਸਾਈਟਸ ਦੇ ਨੇਮ ਨੂੰ ਅਸੀਂ ਕੀ ਕਹਿੰਦੇ ਹਾਂ? ਡੋਮੇਨ ਨੇਮ। ਹਾਂਜੀ, ਅੱਗੇ ਆਪਾਂ ਓਪਰੇਟਿੰਗ ਸਿਸਟਮ ਕੀਤਾ ਸੀ ਕੱਲ, ਹੈ ਨਾ, ਉਸਦੇ ਵਿੱਚ ਥੋੜ੍ਹਾ ਜਿਹਾ ਬੈਕ ਫਲੈਸ਼ ਵੀ ਕਰਾਂਗੇ, ਡੈਫੀਨੇਸ਼ਨ ਚੰਗੀ ਤਰ੍ਹਾਂ ਲਿਖਾ ਦਾਂਗੇ। ਕੱਲ ਸਮਝਾਇਆ ਸੀਗਾ, ਡੈਫੀਨੇਸ਼ਨ ਲਿਖਾ ਦਾਂਗੇ। ਅੱਜ ਲਿਖੋ ਫੰਕਸ਼ਨਸ ਆਫ ਓਪਰੇਟਿੰਗ ਸਿਸਟਮਸ। OS stands for operating system.
ਫਸਟ ਫੰਕਸ਼ਨ ਇਜ਼ ਪ੍ਰੋਸੈਸ ਮੈਨੇਜਮੈਂਟ, ਫਸਟ ਫੰਕਸ਼ਨ ਇਜ਼ ਪ੍ਰੋਸੈਸ ਮੈਨੇਜਮੈਂਟ, ਵਿਜ਼ੀਬਲ ਹੈ ਆਨਲਾਈਨ ਬੱਚੇ, ਰਿਫਲੈਕਸ਼ਨ ਤਾਂ ਨਹੀਂ ਪੈ ਰਹੀ ਹੈ ਨਾ, ਥੋੜੀ ਇੱਥੇ ਇੱਥੇ ਹੈ, ਚਲੋ ਉੱਥੇ ਤੱਕ ਨਹੀਂ ਪਹੁੰਚਾਂਗੇ ਆਪਾਂ. ਸੈਕਿੰਡ ਇਜ਼ ਯੋਰ, ਦੀਜ਼ ਆਰ ਫੰਕਸ਼ਨਸ ਆਫ ਓਪਰੇਟਿੰਗ ਸਿਸਟਮ. ਅਸੀਂ ਕੱਲ ਡਿਸਕਸ ਕੀਤਾ ਸੀ ਕਿ ਓਪਰੇਟਿੰਗ ਸਿਸਟਮ ਹੁੰਦਾ ਇੱਕ, ਹੈ ਨਾ, ਤੇ ਵਿੱਚ ਮੈਨੇਜ ਦੀ ਹਾਰਡਵੇਅਰ ਐਂਡ ਅਦਰ ਸੋਫਟਵੇਅਰ ਜੀ ਯੂ ਆਈ ਪ੍ਰੋਵਾਈਡ ਕਰਦਾ, ਤਾਂ ਉਹਦੀ ਕੁਛ ਫੰਕਸ਼ਨੈਲਿਟੀ ਹੋਏਗੀ, ਫਾਰਮਲ ਫੰਕਸ਼ਨੈਲਿਟੀ, ਉਹ ਆਪਾਂ ਲਿਖਣ ਜਾ ਰਹੇ ਹਾਂ. ਉਹਦੇ ਫੰਕਸ਼ਨਸ ਕੀ ਨੇ, ਬੇਸਿਕ ਫੰਕਸ਼ਨਸ, ਪ੍ਰੋਸੈਸ ਮੈਨੇਜਮੈਂਟ. ਸੈਕਿੰਡ ਇਜ਼ ਮੈਮਰੀ ਮੈਨੇਜਮੈਂਟ, ਮੈਮਰੀ ਮੈਨੇਜਮੈਂਟ. ਥਰਡ ਇਜ਼ ਫਾਈਲ ਮੈਨੇਜਮੈਂਟ, ਐਂਡ ਫੋਰਥ ਇਜ਼ ਯੂਅਰ ਡਿਵਾਈਸ ਮੈਨੇਜਮੈਂਟ. ਡਿਵਾਈਸ, ਸਿਰਫ ਚਾਰ ਫੰਕਸ਼ਨ ਹੀ ਹੈ, ਠੀਕ ਹੈ. ਵਟ ਇਜ਼ ਮੈਮਰੀ? ਨਹੀਂ, ਸਟੋਰ ਤਾਂ ਹਾਰਡ ਡਿਸਕ ਤੇ ਕਰਦੇ ਆ. ਵਟ ਇਜ਼ ਮੈਮਰੀ? ਹਾਂਜੀ ਕਮਲ, ਵਟ ਇਜ਼ ਮੈਮਰੀ? ਰਣਦੀਪ, ਵਟ ਇਜ਼ ਮੈਮਰੀ? ਬੱਚੇ ਸਰ ਕਿੱਥੇ ਸਟੋਰੇਜ ਹੁੰਦੀ ਹੈ ਪ੍ਰੋਗਰਾਮਿੰਗ ਦੀ? ਸਟੋਰੇਜ ਤਾਂ ਹਾਰਡ ਡਿਸਕ 'ਚ ਕਰਦੇ ਆ ਆਪਾਂ. ਬੱਚੇ ਕਈ ਵਾਰ, ਤਿੰਨ ਚਾਰ ਵਾਰ ਆਪਾਂ ਕਰ ਲਿਆ ਸੀਗਾ. ਮੈਮਰੀ ਮੀਨਸ ਯੂਅਰ ਰੈਮ, ਮੈਮਰੀ ਮੀਨਸ ਯੂਅਰ ਰੈਮ, ਸਟੋਰੇਜ ਮੀਨਸ ਯੂਅਰ ਹਾਰਡ ਡਿਸਕ, ਇਹ ਯਾਦ ਰੱਖ ਲਓ. ਰੈਮ ਧਿਆਨ ਨਾਲ ਦੇਖੋ ਥੋੜ੍ਹਾ ਜਿਹਾ, ਇਹ ਪ੍ਰੋਸੈਸਰ ਹੈ, ਠੀਕ ਹੈ. ਪ੍ਰੋਸੈਸਰ ਦੇ ਵਿੱਚ ਇਹਦੇ ਸਬ ਡਿਵਾਈਡ ਨਹੀਂ ਕਰਦੇ ਆਪਾਂ, ਠੀਕ ਹੈ. ਇਹ ਰੈਮ ਲੱਗੀ ਹੋਈ ਹੈ, ਰੈਮ ਤੋਂ ਵੀ ਨੀਚੇ ਕੀ ਹੈ ਤੁਹਾਡੀ? ਹਾਰਡ ਡਿਸਕ, ਹਾਰਡ ਡਿਸਕ, ਠੀਕ ਹੈ. ਇਹ ਦੋ ਇਕੱਠੀ ਕਰਦੇ ਹਾਂ ਆਪਾਂ, ਇਕੱਠੀ ਸਮਝਦੇ ਹਾਂ. ਵਟ ਇਜ਼ ਪ੍ਰੋਸੈਸ ਮੈਨੇਜਮੈਂਟ, ਵਟ ਇਜ਼ ਮੈਮਰੀ ਮੈਨੇਜਮੈਂਟ. ਹੁਣ ਰੈਮ ਲਿਮਿਟਿਡ ਹੈ, ਰੈਮ ਦੀ ਜੋ ਸਪੇਸ ਹੈ ਉਹ ਕੀ ਹੈ? ਲਿਮਿਟਿਡ ਹੈ, ਅਨਲਿਮਿਟਿਡ ਨਹੀਂ ਹੈ. ਕੋਈ ਵੀ ਰਿਸੋਰਸਿਸ ਹੈ, ਚਾਹੇ ਨੈਚੁਰਲ ਰਿਸੋਰਸਿਸ ਹੈ, ਸਾਡਾ ਪਾਣੀ ਹੈ, ਇਹ ਵੀ ਅਨਲਿਮਿਟਿਡ ਨਹੀਂ ਹੈ. ਕਈ ਜਗ੍ਹਾ 'ਤੇ ਪਾਣੀ ਪੀਣ ਨੂੰ ਨਹੀਂ ਮਿਲਦਾ, ਹਵਾ ਵੀ ਅਨਲਿਮਿਟਿਡ ਨਹੀਂ ਹੈ. ਐਵਰੀਥਿੰਗ ਇਜ਼ ਇਨ ਲਿਮਿਟਿਡ ਫੋਰਮ. ਤਾਂ ਰੈਮ ਤਾਂ ਬਹੁਤ ਲਿਮਿਟਿਡ ਹੈ, ਜੇ ਆਪਾਂ ਗੱਲ ਕਰੀਏ 4 GB ਜਾਂ 8 GB ਜਾਂ 16 GB ਹੈ, ਠੀਕ ਹੈ. ਪ੍ਰੋਸੈਸਰ ਕੀ ਕਰ ਰਿਹਾ? ਟਾਸਕ ਨੂੰ ਰਨ ਕਰ ਰਿਹਾ. ਅਦਰ ਨੇਮ ਆਫ ਟਾਸਕ ਇਜ਼ ਓਪਰੇਸ਼ਨਸ ਕਰ ਰਿਹਾ. ਅਦਰ ਨੇਮ ਕੀ ਕਰ ਰਿਹਾ? ਜੋਬਸ ਕਰ ਰਿਹਾ, ਵਨ ਐਂਡ ਦਾ ਸੇਮ ਥਿੰਗ. ਪ੍ਰੋਸੈਸਰ ਕੀ ਕਰ ਰਿਹਾ? ਕਿਸੇ ਚੀਜ਼ ਨੂੰ ਪ੍ਰੋਸੈਸ ਕਰ ਰਿਹਾ, ਮੀਨਸ ਕੋਈ ਟਾਸਕ ਨੂੰ ਪਰਫੋਰਮ ਕਰ ਰਿਹਾ, ਕੋਈ ਓਪਰੇਸ਼ਨਸ ਪਰਫੋਰਮ ਕਰ ਰਿਹਾ, ਮੀਨਿੰਗ ਜਾਂ ਜੋਬ ਨੂੰ ਪਰਫੋਰਮ ਕਰ ਰਿਹਾ, ਠੀਕ ਹੈ. ਅਨਦਰ ਨੇਮ ਇੱਕ ਆ ਗਿਆ ਪ੍ਰੋਸੈਸ, ਵਨ ਐਂਡ ਦਾ ਸੇਮ ਥਿੰਗ. ਕੋਈ ਪ੍ਰੋਸੈਸ ਕਰ ਰਿਹਾ, ਕਿਸੇ ਚੀਜ਼ ਨੂੰ ਪ੍ਰੋਸੈਸ ਕਰ ਰਿਹਾ, ਤਾਂ ਉਸ ਚੀਜ਼ ਦੀ ਮੈਨੇਜਮੈਂਟ ਕਿਹਨੇ ਕਰਨੀ ਹੈ? ਵੀ ਕਿਹੜੇ ਪ੍ਰੋਸੈਸ ਨੂੰ ਪਹਿਲਾਂ ਕਰਨਾ ਹੈ, ਕਿਹੜੇ ਪ੍ਰੋਸੈਸ ਨੂੰ ਪਹਿਲਾਂ ਕਰਨਾ ਹੈ. ਹੁਣ ਤੁਸੀਂ ਬੈਂਕ ਦੇ ਵਿੱਚ ਜਾਂਦੇ ਹੋ, ਉੱਥੇ ਦੇਰ ਆਰ ਮਲਟੀਪਲ ਕਿਊਜ਼, ਕਿਹੜੀ ਕਿਹੜੀ ਕਿਊਜ਼ ਹੁੰਦੀਆਂ ਨੇ? ਜਾਂ ਹੋਸਪਿਟਲ ਦੇ ਵਿੱਚ ਸੀਨੀਅਰ ਸਿਟੀਜ਼ਨ, ਸੀਨੀਅਰ ਸਿਟੀਜ਼ਨ ਦੀ ਅਲੱਗ ਕਿਊ ਹੈ,
ਫਿਰ ਫੀਮੇਲਸ ਦੀ ਅਲੱਗ ਕਿਊ ਹੈ, ਫਿਰ ਮੇਲਸ ਦੀ ਅਲੱਗ ਕਿਊ ਹੈ, ਫਿਰ ਇੱਕ ਹੋਰ ਹੈ ਸਟਾਫ ਦੀ, ਜਾਂ ਇੱਕ ਹੋਰ ਕਿਊ ਹੋ ਸਕਦੀ ਹੈ ਐਮਰਜੈਂਸੀ ਦੀ, ਵੀ ਜੇ ਕੋਈ ਬਿਲਕੁਲ ਐਮਰਜੈਂਸੀ ਕੇਸ ਆ ਗਿਆ ਉਹ ਥੋੜੀ ਲਾਈਨ 'ਚ ਲੱਗੇਗਾ। ਹੁਣ ਇੱਕ ਇੱਕ ਬੰਦੇ ਦਾ ਬਲੱਡ ਚੱਲ ਰਿਹਾ ਹੈ, ਬਲੱਡ ਫਲੋ ਕਰ ਰਿਹਾ, ਤਾਂ ਉਹਨੂੰ ਵੀ ਕੋਈ ਲਾਈਨ 'ਚ ਲੱਗ ਤੂੰ ਫਿਰ ਪਰਚੀ ਬਣੇਗੀ ਤੇ ਨਹੀਂ, ਤਾਂ ਵੀ ਹੈਵ ਮਲਟੀਪਲ ਕਿਊਜ਼। ਇਸੇ ਤਰ੍ਹਾਂ ਟਾਸਕ ਤਾਂ ਬਹੁਤ ਜ਼ਿਆਦਾ ਨੇ ਕੰਪਿਊਟਰ ਦੇ ਕੋਲ ਕਰਨ ਵਾਲੇ, ਟਾਸਕ ਮੀਨਸ ਓਪਰੇਸ਼ਨ ਮੀਨਸ ਜੋਬਸ ਮੀਨਸ ਪ੍ਰੋਸੈਸਿਸ ਵਨ ਐਂਡ ਦਾ ਸੇਮ ਥਿੰਗ। ਬਹੁਤ ਜ਼ਿਆਦਾ ਟਾਸਕ ਪਰਫੋਰਮ ਕਰਨੇ ਹੈ, ਠੀਕ ਹੈ, ਹੌਸ਼ ਪੌਸ਼ ਨਾ ਹੋ ਜੇ ਟਾਸਕ ਦੇ ਵਿੱਚ, ਆਪਸ ਦੇ ਵਿੱਚ ਲੜਾਈ ਨਾ ਹੋ ਜੇ, ਉਸਦੇ ਲਈ ਅਸੀਂ ਇੱਕ ਮੈਨੇਜਮੈਂਟ ਸਿਸਟਮ ਬਣਾਇਆ ਹੋਇਆ, ਉਸਦਾ ਕੀ ਨਾਮ ਹੈ ਪ੍ਰੋਸੈਸ ਮੈਨੇਜਮੈਂਟ ਸਿਸਟਮ। ਤਾਂ ਇਸਦੇ ਵਿੱਚ ਕੀ ਹੁੰਦਾ ਹੈ, ਦੀ ਪ੍ਰੋਸੈਸਰ ਹੈਜ਼ ਮਲਟੀਪਲ ਕਿਊਜ਼, ਲਿਖ ਲਓ, ਦੀ ਪ੍ਰੋਸੈਸਰ ਹੈਜ਼ ਮਲਟੀਪਲ ਕਿਊਜ਼, ਕਿਊਜ਼ ਮੀਨਸ ਲਾਈਨਾਂ, ਠੀਕ ਹੈ, ਦੀ ਪ੍ਰੋਸੈਸਰ ਹੈਜ਼ ਮਲਟੀਪਲ ਕਿਊਜ਼, ਠੀਕ ਹੈ, ਉਹਨੂੰ ਕਹਿੰਦੇ ਆ ਸਮਟਾਈਮਸ ਇਟ ਇਜ਼ ਕਾਲਡ ਪ੍ਰਾਇਓਰਿਟੀ ਕਿਊਜ਼, ਪ੍ਰਾਇਓਰਿਟੀ ਕਿਊਜ਼, ਹਰ ਇੱਕ ਕਿਊ ਦੇ ਵਿੱਚੋਂ ਇੱਕ ਇੱਕ ਪਰਸਨ ਨੂੰ ਇੱਕ ਇੱਕ ਟਾਸਕ ਨੂੰ ਲਈ ਜਾਂਦਾ, ਉਹਨੂੰ ਪਰਫਾਰਮ ਕਰਦਾ, ਦੈਟਸ ਇੱਕ ਸਿੰਗਲ ਲਾਈਨ ਨਹੀਂ ਹੈ ਪ੍ਰੋਸੈਸਿਸ ਦੀ, ਤਾਂ ਮਲਟੀਪਲ ਲਾਈਨਸ ਨੇ ਪ੍ਰੋਸੈਸਿਸ ਦੀਆਂ, ਮਲਟੀਪਲ ਅਸੀਂ ਕੀਵਰਡ ਕੀ ਯੂਜ਼ ਕਰਦੇ ਹਾਂ, ਕਿਊਜ਼ ਲਾਈਨਸ ਨੇ, ਠੀਕ ਹੈ, ਸਮਝ ਲੱਗ ਗਿਆ ਬੱਚੇ, ਆਨਲਾਈਨ ਸਟੂਡੈਂਟਸ ਪਤਾ ਲੱਗ ਗਿਆ ਵਟ ਇਜ਼ ਪ੍ਰੋਸੈਸ ਮੈਨੇਜਮੈਂਟ, ਕਿ ਪ੍ਰੋਸੈਸਰ ਹੈਜ਼ ਮਲਟੀਪਲ ਪ੍ਰੋਸੈਸਿਸ, ਠੀਕ ਹੈ, ਤਾਂ ਕਿਹੜੇ ਪ੍ਰੋਸੈਸ ਨੂੰ ਕਦੋਂ ਐਗਜੀਕਿਊਟ ਕਰਨਾ ਹੈ, ਕਿੰਨੇ ਟਾਈਮਲੀ ਐਗਜੀਕਿਊਟ ਕਰਨਾ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਦਿਸ ਵੀ ਹੈਵ ਕਵਰਡ, ਨੈਕਸਟ ਇਜ਼ ਮੈਮਰੀ ਮੈਨੇਜਮੈਂਟ। ਹੁਣ ਜਦੋਂ ਪ੍ਰੋਸੈਸ ਚੱਲਣਗੇ, ਤਾਂ ਦੇਖੋ ਜਦੋਂ ਪ੍ਰੋਸੈਸਿਸ ਚੱਲਣਗੇ ਉਹਨਾਂ ਨੂੰ ਕੀ ਚਾਹੀਦਾ, ਦੇ ਨੀਡ ਟੂ ਥਿੰਗਸ, ਪ੍ਰੋਸੈਸਰ ਐਂਡ ਮੈਮਰੀ। ਵਟ ਇਜ਼ ਮੈਮਰੀ, ਰੈਮ। ਹੁਣ ਇਸ ਤਰ੍ਹਾਂ ਦਾ, ਇਸ ਤਰ੍ਹਾਂ ਨਾ ਹੋਵੇ ਵੀ ਇੱਕ ਪ੍ਰੋਸੈਸ ਨੇ ਸਾਰੀ ਰੈਮ ਅਕੂਪਾਈ ਕਰ ਲਈ, ਬਾਕੀ ਪ੍ਰੋਸੈਸ ਲਈ ਸਪੇਸ ਬਚੇਗੀ ਨਹੀਂ। ਹੁਣ ਇੱਕ ਬੱਚਾ ਆਉਂਦਾ ਸਟੂਡੈਂਟ, ਇੱਕ ਇੱਕ ਬੈਂਚ ਤੇ ਬਾਟਲ ਰੱਖ ਦਿੰਦਾ, ਇੱਕ ਤੇ ਬੈਗ ਰੱਖ ਲੈਂਦਾ, ਇੱਕ ਤੇ ਪੈਰ ਰੱਖ ਕੇ ਪੈ ਜਾਂਦਾ, ਥ੍ਰੀ ਬੈਂਚਸ ਉਹਨੇ ਅਕੂਪਾਈ ਕਰ ਲਏ, ਬਾਕੀ ਬੱਚੇ ਕਿੱਥੇ ਬੈਠਣਗੇ, ਤਾਂ ਕੌਣ ਦੇਖੇਗਾ, ਸਰ ਦੇਖਣ ਵੀ ਆ ਕੇ ਵੀ ਸਾਰੇ, ਟੀਚਰ ਦੇਖੇਗਾ ਵੀ ਸਾਰੇ ਠੀਕ ਬੈਠੇ ਆ। ਇਸੇ ਤਰ੍ਹਾਂ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਸੈਸ ਤਾਂ ਨਹੀਂ ਆ ਗਿਆ ਵੀ ਜਿਹਨੇ ਸਾਰੀ ਰੈਮ ਅਕੂਪਾਈ ਕਰ ਲਈ, ਰੈਮ ਬਚੀ ਨਹੀਂ, ਪਿੱਛੇ ਥੋੜੀ ਜਿਹੀ ਸਪੇਸ ਬਚ ਗਈ, ਬਾਕੀ ਸਾਰੀ ਉਸਨੇ ਅਕੂਪਾਈ ਕਰ ਲਈ, ਤਾਂ ਅਸੀਂ ਲਿਮਿਟੇਸ਼ਨ ਲਗਾਵਾਂਗੇ ਪ੍ਰੋਸੈਸ ਦੇ ਉੱਤੇ, ਕਿ ਇਹ ਪ੍ਰੋਸੈਸ ਹੈ ਤਾਂ ਤੇਰੀ ਇੰਨੀ ਲਿਮਿਟ ਹੈ, ਤੈਨੂੰ ਸਿਰਫ ਇੰਨੀ ਹੀ ਸਪੇਸ ਮਿਲਣੀ ਹੈ, ਠੀਕ ਹੈ। ਦਿਸ ਇਜ਼ ਕਾਲਡ ਮੈਮਰੀ ਮੈਨੇਜਮੈਂਟ। ਮੈਮਰੀ ਮੀਨਸ ਰੈਮ, ਸਟੋਰੇਜ ਸਪੇਸ ਮੀਨਸ ਹਾਰਡ ਡਿਸਕ। ਇਹ ਵੀ ਸਟੋਰੇਜ ਸਪੇਸ ਹੀ ਹੈ, ਪਰ ਇਹਨੂੰ ਅਸੀਂ ਮੈਮਰੀ ਬੋਲਦੇ, ਦਿਸ ਇਜ਼ ਨੋਟ ਅ ਸਟੋਰੇਜ ਸਪੇਸ। ਤੁਸੀਂ ਆਪਣਾ ਕੋਈ ਡੇਟਾ ਰੱਖਣਾ ਹੈ, ਠੀਕ ਹੈ, ਉਹ ਰੈਮ ਦੇ ਵਿੱਚ ਨਹੀਂ ਰੱਖੋਗੇ, ਕਿੱਥੇ ਰੱਖੋਗੇ, ਹਾਰਡ ਡਿਸਕ ਦੇ ਵਿੱਚ, ਬਾਏ ਬਿਕੋਜ਼ ਰੈਮ ਇਜ਼ ਵੋਲਾਟਾਈਲ। ਕੰਪਿਊਟਰ ਸ਼ਟਡਾਊਨ ਕੀਤਾ, ਡੇਟਾ ਸਾਰਾ ਕੀ ਹੋ ਜਾਏਗਾ, ਟਰੇਸ, ਇਹ ਪਰਮਾਨੈਂਟ ਹੈ, ਪਰਮਾਨੈਂਟ ਹੈ। ਸੋ ਇਸਦੀ ਹਾਰਡ ਡਿਸਕ ਦੀ ਮੈਨੇਜਮੈਂਟ ਨਹੀਂ ਹੈ ਕੋਈ ਵੀ, ਅਸੀਂ ਹਾਰਡ ਡਿਸਕ ਦੇ ਵਿੱਚ ਕੋਈ ਮੈਨੇਜਮੈਂਟ ਸਿਸਟਮ ਨਹੀਂ ਲਗਾਵਾਂਗੇ, ਇਹ ਆਟੋਮੈਟਿਡ ਸਿਸਟਮਸ ਨੇ, ਪ੍ਰੋਸੈਸ ਮੈਨੇਜਮੈਂਟ ਆਪਣੇ ਆਪ ਚੱਲਦਾ ਹੈ, ਅਸੀਂ ਨਹੀਂ ਕਰਦੇ, ਤੁਸੀਂ ਸਿਰਫ ਪ੍ਰੋਗਰਾਮਸ ਨੂੰ ਰਨ ਕਰੀ ਜਾਂਦੇ ਹੋ, ਆਫ ਕਰਦੇ ਹੋ, ਔਨ ਕਰਦੇ ਹੋ, ਆਫ ਕਰਦੇ ਹੋ। ਬੈਕਐਂਡ ਤੇ ਸਾਰਾ ਕੌਣ ਕਰਦਾ, ਓਪਰੇਟਿੰਗ ਸਿਸਟਮ। ਮੈਮਰੀ ਮੈਨੇਜਮੈਂਟ ਕੌਣ ਕਰਦਾ, ਓਪਰੇਟਿੰਗ ਸਿਸਟਮ, ਬਟ ਹਾਰਡ ਡਿਸਕ ਨੂੰ ਕੌਣ ਮੈਨੇਜ ਕਰਦਾ, ਯੂਜ਼ਰ। ਹਾਰਡ ਡਿਸਕ ਨੂੰ ਕੌਣ ਮੈਨੇਜ ਕਰਦਾ, ਯੂਜ਼ਰ। ਤੁਸੀਂ ਆਪਣੀਆਂ, ਜੇ ਤੁਹਾਡੀ ਮੈਮਰੀ ਫੁੱਲ ਹੋ ਜਾਏ ਮੋਬਾਈਲ ਫੋਨ ਦੀ, ਤੁਸੀਂ ਕੀ ਕਰਦੇ ਹੋ, ਸਭ ਤੋਂ ਪਹਿਲਾਂ ਪਿਕਚਰਸ ਡਿਲੀਟ ਕਰਦੇ ਹੋ, ਵੀਡੀਓਜ਼ ਡਿਲੀਟ ਕਰਦੇ ਹੋ, ਜਾਂ ਉਹਨਾਂ ਨੂੰ ਆਪਣੇ ਪੀਸੀ ਜਾਂ
ਲੈਪਟਾਪ 'ਚ ਟ੍ਰਾਂਸਫਰ ਕਰਦੇ ਹੋ ਤਾਂ ਤੁਸੀਂ ਖੁਦ ਕਰਦੇ ਹੋ ਨਾ, ਕਦੀ ਰੈਮ ਦੇ ਕੰਟੈਂਟਸ ਨੂੰ ਮੂਵ ਕੀਤਾ, ਕਦੀ ਮੈਮਰੀ ਜਾਂ ਰੈਮ ਦੇ ਕੰਟੈਂਟਸ ਨੂੰ ਖਾਲੀ ਕੀਤਾ? ਨਹੀਂ। ਕਿਉਂ? ਉਹ ਰਿਸਪੋਂਸੀਬਿਲਟੀ ਕਿਸ ਦੀ ਹੈ? ਆਪਰੇਟਿੰਗ ਸਿਸਟਮ। ਪਤਾ ਲੱਗ ਰਿਹਾ? ਠੀਕ ਹੈ। ਜੇ ਜ਼ਿਆਦਾ ਰੈਮ ਹੈਵੀ ਹੋ ਜਾਏ ਤਾਂ ਸਿਸਟਮ ਸਲੋ ਹੋ ਜਾਂਦਾ, ਅਸੀਂ ਕੀ ਕਹਿੰਦੇ ਹਾਂ ਸਿਸਟਮ ਨੂੰ ਕੀ ਕਰ ਦਿਓ? ਰੀਸਟਾਰਟ। ਆਪਾਂ ਆਪਣਾ ਫੋਨ ਵੀ ਰੀਸਟਾਰਟ ਕਰ ਲੈਂਦੇ ਹਾਂ ਨਾ ਕਈ ਵਾਰ, ਹੈਵੀ ਹੋ ਜਾਂਦਾ, ਗਰਮ ਹੋ ਜਾਂਦਾ, ਕਿਉਂ ਕਰਦੇ ਹਾਂ? ਬਹੁਤ ਜ਼ਿਆਦਾ ਪ੍ਰੋਸੈਸਿਸ ਚੱਲ ਰਹੇ ਸੀਗੇ, ਕੁਛ ਅਸੀਂ ਚਲਾਏ ਹੋਏ ਸੀਗੇ, ਕੁਛ ਬੈਕਗਰਾਊਂਡ ਦੇ ਸੀ। ਇਹ ਵੀ ਆਪਾਂ ਟਾਈਪ ਕਰਾਂਗੇ, ਟਾਈਪ ਆਫ ਪ੍ਰੋਸੈਸਿਸ, ਵਨ ਇਜ਼ ਯੂਜ਼ਰ ਡਿਫਾਈਨਡ ਪ੍ਰੋਸੈਸਿਸ, ਅਦਰ ਇਜ਼ ਬੈਕਗਰਾਊਂਡ ਜੋ ਸਿਸਟਮ ਦੇ ਆਪਣੇ ਆਪ ਚੱਲਦੇ ਹੈ, ਬੈਕਗਰਾਊਂਡ ਤੇ ਅਸੀਂ ਰਨ ਨਹੀਂ ਕਰਦੇ ਬਟ ਸਿਸਟਮ ਚਲਾ ਰਹੇ ਹੈ। ਠੀਕ ਹੈ, ਠੀਕ ਹੈ ਜੀ। ਸੋ ਪ੍ਰੋਸੈਸ ਮੈਨੇਜਮੈਂਟ ਤੇ ਮੈਮਰੀ ਮੈਨੇਜਮੈਂਟ। ਉਸ ਤੋਂ ਬਾਅਦ ਹੈ ਫਾਈਲ ਮੈਨੇਜਮੈਂਟ, ਇਹ ਵੀ ਕਿਸ ਦੀ ਰਿਸਪੋਂਸੀਬਿਲਟੀ ਹੈ? ਆਪਰੇਟਿੰਗ ਸਿਸਟਮ ਦੀ। ਹੁਣ ਮਲਟੀਪਲ ਫਾਈਲਸ ਹੋਣਗੀਆਂ, ਉਹਨਾਂ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਹੈ, ਉਸਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਹੈ। ਹੁਣ ਆਫਿਸ ਦੇ ਵਿੱਚ ਜਾਂਦੇ ਹਾਂ, ਹੈ ਨਾ, ਐਂ ਤਾਂ ਨਹੀਂ ਵੀ ਤੁਸੀਂ ਕੋਈ ਫਾਈਲ ਦਿੱਤੀ ਤੁਹਾਡੀ ਫਾਈਲ ਗੁੰਮ ਹੋ ਗਈ, ਇਸ ਤਰ੍ਹਾਂ ਦਾ ਕਦੇ ਨਾ ਹੋਇਆ। ਲੇਟ ਜ਼ਰੂਰ ਹੋ ਜਾਏਗੀ ਸਰਕਾਰੀ ਆਫਿਸ 'ਚ, ਪਰ ਫਾਈਲ ਮਿਸਪਲੇਸ ਨਹੀਂ ਹੋਏਗੀ, ਕਿਉਂਕਿ ਉਹਨਾਂ ਦਾ ਆਪਣਾ ਸਿਸਟਮ ਬਣਿਆ ਹੋਇਆ ਵੀ ਇਹ ਫਾਈਲ ਨੂੰ ਕਿੱਥੇ ਰੱਖਣਾ ਅਸੀਂ, ਇਹਦੀ ਰਿਸਪੋਂਸੀਬਿਲਟੀ ਕਿੱਥੇ ਹੈ। ਠੀਕ ਹੈ, ਕੋਈ ਇੰਸੀਡੈਂਟ ਹੋ ਗਿਆ, ਫਾਇਰ ਇੰਸੀਡੈਂਟ ਹੋ ਗਿਆ, ਉਹ ਗੱਲ ਵੱਖਰੀ ਹੈ, ਬਟ ਤੁਹਾਡੀ ਫਾਈਲ ਡਿਲੇ ਜ਼ਰੂਰ ਹੋ ਜਾਏਗੀ, ਗੁੰਮ ਕਦੀ ਨਹੀਂ ਹੋਏਗੀ। ਇਸੇ ਤਰ੍ਹਾਂ ਸਾਡਾ ਆਪਰੇਟਿੰਗ ਸਿਸਟਮ ਹੈ ਕਿ ਉਹਨੇ ਦੇਖਣਾ ਵੀ ਫਾਈਲਸ ਜਿਹੜੀਆਂ ਯੂਜ਼ਰ ਦੀਆਂ ਫਾਈਲਸ ਨੇ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਅਤੇ ਕਿਸ ਟਾਈਪ ਦੀ ਫਾਈਲ ਹੈ। ਹੁਣ ਤੁਸੀਂ ਡਰਾਈਵਿੰਗ ਲਾਇਸੈਂਸ ਬਣਵਾਉਣਾ ਹੈ ਤਾਂ ਤੁਸੀਂ ਚਲੇ ਗਏ ਪਾਸਪੋਰਟ ਆਫਿਸ, ਤੁਸੀਂ ਕਹੋ ਦੇਖੋ ਇਹ ਵੀ ਗਵਰਨਮੈਂਟ ਆਫ ਇੰਡੀਆ ਦੀ ਫਾਈਲ ਹੈ, ਇਹ ਵੀ ਆਫਿਸ ਗਵਰਨਮੈਂਟ ਆਫ ਇੰਡੀਆ ਦੀ ਮੇਰੀ ਫਾਈਲ ਲੈ ਲਓ। ਸੋ ਪਾਸਪੋਰਟ ਆਫਿਸ ਵਾਲੇ ਤੁਹਾਡੀ ਡਰਾਈਵਿੰਗ ਲਾਇਸੈਂਸ ਦੀ ਫਾਈਲ ਲੈਣਗੇ, ਕਿਉਂ? ਉਹ ਡਿਫਰੈਂਟ ਆਫਿਸ ਹੈ, ਇਹ ਡਿਫਰੈਂਟ ਆਫਿਸ ਹੈ। ਸੋ ਓਪਰੇਟਿੰਗ ਸਿਸਟਮ ਨੇ ਦੇਖਣਾ ਵੀ ਮੈਂ ਕਿਸ ਟਾਈਪ ਦੀ ਫਾਈਲਸ ਨੂੰ ਮੈਨੇਜ ਕਰਨਾ, ਜਿਹੜੀਆਂ ਉਸਦੇ ਕੰਪੈਟੇਬਲ ਫਾਈਲਸ ਨੇ। ਇਸ ਨੂੰ ਅਸੀਂ ਕੀਵਰਡ ਕੀ ਬੋਲਦੇ ਹਾਂ? ਕੰਪੈਟੇਬਲ ਫਾਈਲ ਨੇ। ਠੀਕ ਹੈ ਜੀ। ਤੇ ਲਾਸਟ ਕੀ ਹੈ? ਡਿਵਾਈਸ ਮੈਨੇਜਮੈਂਟ। ਹੁਣ ਪ੍ਰੋਸੈਸਰ ਇਕੱਲਾ ਤਾਂ ਨਹੀਂ ਕੰਮ ਕਰ ਰਿਹਾ, ਠੀਕ ਹੈ, ਪ੍ਰੋਸੈਸਰ ਦੇ ਨਾਲ ਡਿਵਾਈਸਿਸ ਕਿਹੜੀ ਕਿਹੜੀ ਲੱਗੀਆਂ ਹੋਈਆਂ ਨੇ? ਮੋਨੀਟਰ, ਕੀਬੋਰਡ, ਮਾਊਸ, ਸਪੀਕਰ, ਪ੍ਰਿੰਟਰ, ਠੀਕ ਹੈ, ਤੁਹਾਡਾ USB ਡਰਾਈਵਸ, ਤੁਹਾਡਾ ਮੋਡਮ, ਠੀਕ ਹੈ, ਹੋਰ ਕੀ ਲੱਗ ਸਕਦਾ, ਤੁਹਾਡੀ ਗੇਮਿੰਗ ਇਕੁਪਮੈਂਟਸ। ਤਾਂ ਤੁਸੀਂ ਦੇਖੋ ਵੀ 8 to 10 ਡਿਵਾਈਸਿਸ ਹੋ ਗਏ, ਉਹਨਾਂ ਨੂੰ ਵੀ ਮੈਨੇਜ ਕਰਨਾ, ਕਿਉਂਕਿ ਉਹਨਾਂ ਨੇ ਵੀ ਰਿਸੋਰਸਿਸ ਐਲੋਕੇਟ ਕਰਨੇ ਨੇ, ਉਹਨਾਂ ਨੇ ਵੀ ਰਿਸੋਰਸਿਸ ਲੈਣੇ ਨੇ, ਉਹਨਾਂ ਨੂੰ ਮੈਨੇਜ ਕਰਨਾ, ਦਿਸ ਇਜ਼ ਕਾਲਡ ਡਿਵਾਈਸ ਮੈਨੇਜਮੈਂਟ। ਠੀਕ ਹੈ, ਜਿਸ ਤਰ੍ਹਾਂ ਆਪਾਂ ਆਪਣਾ ਘਰ ਚੱਲਦਾ ਹੈ, ਜਿਵੇਂ ਆਪਾਂ ਘਰ ਦੇ ਅਲੱਗ ਅਲੱਗ ਰੂਮਸ ਬਣਾਏ ਹੋਏ ਹੈ, ਉਹਨਾਂ ਵਿੱਚ ਮੈਨੇਜਮੈਂਟ ਕਰਦੇ ਹਾਂ, ਉਵੇਂ ਹੀ ਸਾਰਾ ਬੇਸਿਕ ਵਰਕਿੰਗ ਹੈ ਓਪਰੇਟਿੰਗ ਸਿਸਟਮ। ਸੋ ਦੀਜ਼ ਆਰ 4 ਬੇਸਿਕ ਫੰਕਸ਼ਨਸ ਆਫ ਓਪਰੇਟਿੰਗ ਸਿਸਟਮ। ਹੁਣ ਕੁਸ਼ਚਨ ਕੀ ਕਰੇਗਾ, ਉਹ ਤੁਹਾਨੂੰ 3 ਪਾ ਦੇਗਾ ਓਪਰੇਟਿੰਗ ਸਿਸਟਮ ਕੁਸ਼ਚਨ ਦੇ ਵਿੱਚ, ਚੌਥੀ ਆਪਸ਼ਨ ਪਾ ਦੇਗਾ ਵੈਬਸਾਈਟ ਮੈਨੇਜਮੈਂਟ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਫੰਕਸ਼ਨ ਆਫ ਓਪਰੇਟਿੰਗ ਸਿਸਟਮ। ਸੋ ਵੈਬਸਾਈਟ ਮੈਨੇਜਮੈਂਟ ਤਾਂ ਵੈਬਸਾਈਟ ਨਾਲ ਤਾਂ ਯੂਜ਼ਰ ਨੇ ਬਣਾਉਣੀ ਹੈ, ਯੂਜ਼ਰ ਨੇ ਮੇਨਟੇਨ ਕਰਨੀ ਹੈ, ਠੀਕ ਹੈ। ਸੋ ਇਹ ਓਪਰੇਸ਼ਨਸ ਨੂੰ ਦਿਮਾਗ ਦੇ ਵਿੱਚ ਯਾਦ ਰੱਖੋ। ਹਾਂਜੀ, ਅੱਜ 3rd ਲੈਕਚਰ ਹੈ, 3rd ਲੈਕਚਰ ਆਨਲਾਈਨ ਹੈਗੀ, ਵੀਡੀਓਜ਼ ਦੇਖ ਲਓ, ਬੇਸਿਕਸ ਹੀ ਕਰਾਏ ਆ, ਮੰਡੇ ਤੋਂ ਸਾਡਾ ਡੇਟਾਬੇਸ ਤੇ ਨੈਟਵਰਕ ਸਟਾਰਟ ਹੋ ਗਿਆ, ਬੇਸਿਕਸ ਹੀ ਕਰਾਏ ਆ ਸਾਰੇ।
ਹਾਂਜੀ ਬੱਚੇ, ਕੱਲ ਵਾਲਾ ਟੌਪਿਕ ਕਰ ਲਓ ਜਿੱਥੇ ਲਿਖਿਆ ਸੀਗਾ ਟਾਈਪਸ ਆਫ ਓਪਰੇਟਿੰਗ ਸਿਸਟਮ, ਟਾਈਪਸ ਆਫ ਓਪਰੇਟਿੰਗ ਸਿਸਟਮ। ਫਸਟ ਵਾਜ ਬੈਚ ਓਪਰੇਟਿੰਗ ਸਿਸਟਮ, ਹਨਾ। ਮੈਂ ਇੱਕ ਸਪੇਸ ਖਾਲੀ ਛਡਵਾਈ ਸੀਗੀ, ਹਨਾ, ਉੱਥੇ ਲਿਖੋ, ਬਸ ਵਨ ਲਾਈਨ ਹੀ ਲਿਖਾਣੀ ਹੈ, ਨੰਬਰ ਆਫ ਜੋਬਸ। ਕੱਲ ਬੱਚੇ ਕਰਾਇਆ ਸੀਗਾ ਟਾਈਪਸ ਆਫ ਓਪਰੇਟਿੰਗ ਸਿਸਟਮ, ਫਸਟ ਟਾਈਪ ਵਾਜ ਬੈਚ ਓਪਰੇਟਿੰਗ ਸਿਸਟਮ, ਫਸਟ ਟਾਈਪ ਵਾਜ ਬੈਚ ਓਪਰੇਟਿੰਗ ਸਿਸਟਮ। ਲਿਖੋ ਨੰਬਰ ਆਫ ਜੋਬਸ, ਨੰਬਰ ਆਫ ਜੋਬਸ ਆਰ ਪੁੱਟ ਟੂਗੈਦਰ ਐਂਡ ਐਗਜ਼ੀਕਿਊਟਿਡ ਐਜ਼ ਅ ਗਰੁੱਪ, ਐਂਡ ਐਗਜ਼ੀਕਿਊਟਿਡ ਐਜ਼ ਅ ਗਰੁੱਪ। ਠੀਕ ਹੈ। ਸੋ ਸਾਡੇ ਕੋਲ ਸਪੋਜ਼ ਕਰੋ 100 ਜੋਬਸ ਹੈ ਜਿਹੜੀ ਅਸੀਂ ਪਰਫਾਰਮ ਕਰਨੀ ਹੈ। ਅਸੀਂ ਉਹਨਾਂ ਦੇ 20-20 ਦਾ ਗਰੁੱਪ ਬਣਾ ਤਾ, ਠੀਕ ਹੈ, 20 ਦਾ ਇੱਕ ਗਰੁੱਪ ਬਣਾ ਤਾ, ਔਰ 20 ਜੋਬਸ ਅਸੀਂ ਦੇਤੀਆਂ ਪ੍ਰੋਸੈਸਰ ਨੂੰ। ਉਹ 20 ਜੋਬਸ ਕੰਪਲੀਟ ਹੋ ਜਾਣਗੀਆਂ, ਉਹਨਾਂ ਦੀ ਆਊਟਪੁੱਟ ਆ ਜਾਏਗੀ, ਫਿਰ ਨੈਕਸਟ 20 ਜੋਬਸ ਫਿਰ ਲਗਾਤੀਆਂ, ਫਿਰ ਨੈਕਸਟ 20 ਜੋਬਸ ਲਗਾਤੀਆਂ। ਠੀਕ ਹੈ। ਬੈਚ ਸਾਈਜ਼ ਯੂਜ਼ਰ 'ਤੇ ਡਿਪੈਂਡ ਕਰਦਾ ਹੈ। ਅਸੀਂ 10 ਦਾ ਵੀ ਸਾਈਜ਼ ਰੱਖ ਸਕਦੇ ਹਾਂ, 2 ਦਾ ਵੀ ਸਾਈਜ਼ ਰੱਖ ਸਕਦੇ ਹਾਂ, 20 ਦਾ ਵੀ ਰੱਖ ਸਕਦੇ ਹਾਂ, 50 ਦਾ ਵੀ ਰੱਖ ਸਕਦੇ ਹਾਂ। ਸੋ ਬੈਚ ਸਾਈਜ਼ 'ਤੇ ਕੋਈ ਲਿਮਿਟੇਸ਼ਨ ਨਹੀਂ ਹੈ। ਸੋ ਜੋਬਸ ਆਰ ਐਗਜ਼ੀਕਿਊਟਿਡ ਇਨ ਦੀ ਫਾਰਮ ਆਫ ਬੈਚਿਸ। ਨਾਮ ਤੇ ਕਲੀਅਰ ਹੈ, ਬੈਚ ਓਪਰੇਟਿੰਗ ਸਿਸਟਮ। ਹਾਂਜੀ, ਨੈਕਸਟ ਕਿਹੜਾ ਲਿਖਾਇਆ ਸੀਗਾ? ਹਾਂਜੀ, ਟਾਈਮ ਸ਼ੇਅਰਿੰਗ। ਲਿਖੋ ਅਲਾਉਜ ਮਲਟੀਪਲ ਪ੍ਰੋਗਰਾਮਸ ਫਸਟ ਅਸੀਂ ਕੀਤਾ ਬੈਚ ਓਪਰੇਟਿੰਗ ਸਿਸਟਮ, ਹੁਣ ਅਸੀਂ ਕਰ ਰਹੇ ਹਾਂ ਟਾਈਮ ਸ਼ੇਅਰਿੰਗ। ਆਪਾਂ ਕੱਲ ਵੀ ਗੱਲ ਕੀਤੀ ਸੀ ਬੱਚੇ ਕਿ ਇੱਕ ਸਿੰਗਲ ਪ੍ਰੋਸੈਸਰ ਹੈ, ਠੀਕ ਹੈ, ਉਹ ਐਟ ਅ ਟਾਈਮ ਸਿਰਫ ਸਿੰਗਲ ਜੋਬ ਹੀ ਪਰਫੋਰਮ ਕਰ ਸਕਦਾ ਹੈ। ਕੱਲ ਵੀ ਆਪਾਂ ਡਿਸਕਸ ਕੀਤਾ ਸੀ ਕਿ ਪ੍ਰੋਸੈਸਰ ਇੱਕ ਪ੍ਰੋਸੈਸਰ ਹੈ, ਠੀਕ ਹੈ, ਦੈਟ ਪ੍ਰੋਸੈਸਰ ਕੈਨ ਡੂ ਓਨਲੀ ਅ ਸਿੰਗਲ ਜੋਬ ਐਟ ਅ ਟਾਈਮ, ਇੱਕ ਸਮੇਂ ਤੇ ਸਿਰਫ ਇੱਕ ਹੀ ਜੋਬ ਕਰ ਸਕਦਾ ਹੈ। ਠੀਕ ਹੈ। ਹੁਣ ਸਾਡੇ ਕੋਲ ਮਲਟੀਪਲ ਜੋਬਸ ਹੈ, 1, 2, 3, 4, 5, 6, ਤਾਂ ਕੱਲ ਮੈਥਡ ਦੱਸਿਆ ਸੀਗਾ ਕੀ ਹੋਏਗਾ, ਸਵਿਚਿੰਗ, ਕੀ ਹੋਏਗਾ, ਸਵਿਚਿੰਗ ਬਿਟਵੀਨ ਮਲਟੀਪਲ ਜੋਬਸ। ਪਹਿਲਾਂ ਇੱਕ ਨੰਬਰ ਜੋਬ ਐਗਜ਼ੀਕਿਊਟ ਹੋਏਗੀ, ਠੀਕ ਹੈ, 10 ਮਿੰਟਸ ਜਾਂ 10 ਸੈਕਿੰਡਸ ਇਹ ਜੋਬ ਚੱਲੇਗੀ, ਫਿਰ ਇਹ ਰੁਕ ਜਾਏਗੀ ਜੋਬ, ਫਿਰ ਕੀ ਚੱਲੇਗਾ, ਨੈਕਸਟ, ਫਿਰ 10 ਸੈਕਿੰਡਸ ਇਹ ਜੋਬ ਚੱਲੇਗੀ, ਫਿਰ ਇਹ ਰੁਕ ਜਾਏਗੀ, ਫਿਰ ਥਰਡ ਜੋਬ ਚੱਲੇਗੀ, ਫਿਰ ਇਹ ਰੁਕ ਜਾਏਗੀ, ਫਿਰ ਫੋਰਥ ਚੱਲੇਗੀ, ਫਿਫਥ, ਸਿਕਸਥ, ਫਿਰ ਉੱਪਰ ਫਿਰ ਫਸਟ ਦੀ ਵਾਰੀ ਆ ਜਾਏਗੀ, ਫਿਰ ਸੈਕਿੰਡ, ਫਿਰ ਥਰਡ, ਫਿਰ ਫੋਰਥ, ਫਿਰ ਫਿਫਥ, ਇਸ ਤਰ੍ਹਾਂ ਚੱਲਦਾ। ਠੀਕ ਹੈ। ਐਟ ਅ ਟਾਈਮ ਇੱਕ ਪ੍ਰੋਸੈਸਰ ਇੱਕ ਹੀ ਜੋਬ ਪਰਫੋਰਮ ਕਰ ਸਕਦਾ ਹੈ। ਜੇ ਅਸੀਂ ਮਲਟੀਪਲ ਜੋਬਸ ਨੂੰ ਪਰਫੋਰਮ ਕਰਾਉਣਾ ਹੈ ਤਾਂ ਅਸੀਂ ਕੀ ਕਰਦੇ ਹਾਂ, ਸਵਿਚਿੰਗ ਬਿਟਵੀਨ ਦੀ ਜੋਬਸ। ਸੋ ਟਾਈਮ ਸ਼ੇਅਰਿੰਗ, ਤਾਂ ਇੱਥੇ ਟਾਈਮ ਸ਼ੇਅਰ ਹੋ ਰਿਹਾ ਨਾ। ਇੱਕ ਵੀਡੀਓ ਗੇਮ ਹੈ ਤੁਹਾਡੇ ਘਰ ਦੇ ਵਿੱਚ, ਬੱਚੇ ਆ ਗਏ ਜ਼ਿਆਦਾ, ਤਾਂ ਤੁਸੀਂ ਵਾਰੀ ਬਣਤੀ ਵੀ 10 ਮਿੰਟ ਇੱਕ ਬੱਚੇ ਨੂੰ, 10 ਮਿੰਟ ਇੱਕ ਬੱਚੇ ਨੂੰ, 10 ਮਿੰਟ ਇੱਕ ਬੱਚੇ ਨੂੰ। ਸੋ ਵਟ ਯੂ ਆਰ ਡੂਇੰਗ, ਟਾਈਮ ਸ਼ੇਅਰਿੰਗ। ਬਜਾਏ ਕਿ ਇੱਕ ਬੱਚਾ 1 ਘੰਟਾ ਲੈ ਕੇ ਬੈਠਾ ਰਹੇ, ਦੂਜਾ ਬੱਚਾ 2 ਘੰਟੇ, ਸੋ
ਉਹ ਚ ਪ੍ਰੋਬਲਮ ਕੀ ਆਏਗੀ, ਜਿਹੜਾ ਅਖੀਰਲਾ ਬੱਚਾ ਹੋਏਗਾ ਉਹਦੀ ਵਾਰੀ 10 ਘੰਟਿਆਂ ਬਾਅਦ ਆਏਗੀ, ਤਾਂ ਉਹ 10 ਘੰਟੇ ਵੇਟ ਥੋੜੀ ਕਰੇਗਾ, ਉਹ ਤਾਂ ਰੌਲਾ ਪਾ ਦੇਗਾ ਮੈਨੂੰ ਵੀ ਦਿਓ ਮੈਨੂੰ ਵੀ ਦਿਓ। ਜਾਂ ਤਾਂ ਤੁਸੀਂ ਨਵੀਂ ਗੇਮ ਲੈ ਕੇ ਆਓ, ਮੀਨਸ ਇੱਕ ਪ੍ਰੋਸੈਸਰ ਹੋਰ ਲਗਾਓ, ਜਾਂ ਟਾਈਮ ਡਿਊਰੇਸ਼ਨ ਘਟਾ ਦਿਓ ਕਿ 10 ਮਿੰਟ ਦਿੱਤੇ ਚੱਲ ਟਿਕ ਜਾਏਗਾ, ਫਿਰ ਨੈਕਸਟ ਨੂੰ ਦਿੱਤੇ, ਫਿਰ ਨੈਕਸਟ ਨੂੰ ਦਿੱਤੇ, ਤਾਂ ਅੱਧੇ ਘੰਟੇ ਪੌਣੇ ਘੰਟੇ 'ਚ ਸਾਰੇ ਬੱਚਿਆਂ ਦੀ ਨਿਬੜ ਗਈ, ਫਿਰ ਵਾਰੀ ਆ ਗਈ, ਫਿਰ ਖੁਸ਼ ਹੋ ਗਏ ਬੱਚੇ। ਸੋ ਟਾਈਮ ਸ਼ੇਅਰਿੰਗ ਕੀ ਹੈ, ਲਿਖੋ ਅਲਾਉਜ਼ ਮਲਟੀਪਲ ਪ੍ਰੋਗਰਾਮਸ ਟੂ ਸਾਈਮਲਟੇਨੀਅਸਲੀ, ਇਹ ਵਰਡ ਨੂੰ ਅੰਡਰਲਾਈਨ ਕਰ ਲਓ, ਮਲਟੀਪਲ ਪ੍ਰੋਗਰਾਮਸ ਟੂ ਸਾਈਮਲਟੇਨੀਅਸਲੀ ਸ਼ੇਅਰ ਦੀ ਕੰਪਿਊਟਰ ਰਿਸੋਰਸਿਸ। ਠੀਕ ਹੈ, ਹੁਣ ਧਿਆਨ ਨਾਲ ਸਮਝੋ ਬੱਚੇ, ਇਸ ਨੂੰ ਥੋੜ੍ਹਾ ਜਿਹਾ ਡੀਪ ਹੋਰ ਸਮਝਦੇ ਹਾਂ। ਹੁਣ ਸਪੋਜ਼ ਕਿਤੇ ਲਿਖਿਆ ਹੋਇਆ ਕਿ ਅ ਪ੍ਰੋਸੈਸਰ, ਇੱਕ ਵਰਡ ਤੁਸੀਂ ਪੜ੍ਹਿਆ, ਇੱਕ ਲਾਈਨ ਪੜ੍ਹੀ, ਅ ਪ੍ਰੋਸੈਸਰ ਇਜ਼ ਰਨਿੰਗ ਮਲਟੀਪਲ ਜੋਬਸ। ਠੀਕ ਹੈ, ਅ ਵਰਡ ਵੀ ਕੱਢ ਦਿਓ, ਪ੍ਰੋਸੈਸਰ ਇਜ਼ ਰਨਿੰਗ ਮਲਟੀਪਲ ਜੋਬ, ਤਾਂ ਤੁਹਾਡੇ ਮਾਈਂਡ ਦੇ ਵਿੱਚ ਕੀ ਆਉਣਾ ਚਾਹੀਦਾ ਹੈ, ਜੋਬਸ ਕਿਸ ਤਰ੍ਹਾਂ ਰਨ ਹੋ ਰਹੀਆਂ ਨੇ ਟਾਈਮ ਸ਼ੇਅਰਿੰਗ ਚ। ਜੇ ਟਾਈਮ ਸ਼ੇਅਰਿੰਗ ਨਹੀਂ ਹੈ ਤਾਂ ਕੀ ਮੀਨਿੰਗ ਹੈ, ਮਲਟੀਪਲ ਪ੍ਰੋਸੈਸਰ, ਮਲਟੀਪਲ ਜੋਬਸ ਦੋ ਕੇਸਿਸ ਦੇ ਵਿੱਚ ਹੀ ਹੋ ਸਕਦੇ ਨੇ, ਜਾਂ ਤਾਂ ਟਾਈਮ ਸ਼ੇਅਰਿੰਗ ਹੈ, ਜਾਂ ਕੀ ਹੈ, ਮਲਟੀਪਲ ਪ੍ਰੋਸੈਸਰ, ਵੀ ਇੱਕ ਪ੍ਰੋਸੈਸ ਇੱਥੇ ਚੱਲ ਰਿਹਾ ਹੈ, ਇੱਕ ਪ੍ਰੋਸੈਸ ਇੱਥੇ ਚੱਲ ਰਿਹਾ ਹੈ। ਠੀਕ ਹੈ, ਤਾਂ ਵਨ ਪ੍ਰੋਸੈਸਰ ਇਜ਼ ਇਕੁਅਲ ਟੂ ਵਨ ਕੋਰ, ਨੂੰ ਕੋਰ ਵੀ ਬੋਲ ਦਿੰਦੇ ਹਾਂ, ਕਿਉਂਕਿ ਪ੍ਰੋਸੈਸਰ ਦੇ ਅੰਦਰ ਜਿਹੜਾ ਡੀ ਪ੍ਰੋਸੈਸਰ ਹੁੰਦਾ ਉਸਨੂੰ ਅਸੀਂ ਇੱਕ ਕੋਰ ਕਹਿ ਦਿੰਦੇ ਹਾਂ। ਠੀਕ ਹੈ, ਅੱਜ ਕੱਲ ਜਿਹੜੇ ਪ੍ਰੋਸੈਸਰਸ ਆ ਰਹੇ ਨੇ ਦੈਟ ਆਰ ਕਾਲਡ ਮਲਟੀਕੋਰ, ਤੁਹਾਡੇ ਮੋਬਾਈਲ ਦੇ ਵਿੱਚ ਚੈੱਕ ਕਰ ਲਿਓ, 8 ਪ੍ਰੋਸੈਸਰਸ ਹੋਣਗੇ, ਜੇ ਕੋਈ ਲੇਟੈਸਟ ਫੋਨ ਹੈ ਉਹਦੇ ਵਿੱਚ 16 ਪ੍ਰੋਸੈਸਰਸ ਵੀ ਹੋ ਸਕਦੇ ਆ, ਉੱਥੇ ਲਿਖਿਆ ਹੋਏਗਾ ਵਰਡ 16 ਕੋਰਸ, 16 ਕੋਰਸ, ਤਾਂ ਚਿਪ ਇੱਕੋ ਹੀ ਹੈ, ਮੋਬਾਈਲ ਫੋਨ ਖੋਲੋਗੇ, ਆਈਫੋਨ ਐਂਡਰਾਇਡ ਕੋਈ ਵੀ ਖੋਲੋਗੇ, ਚਿਪ ਇੱਕੋ ਹੀ ਹੈ, ਬਾਹਰੋਂ ਇੱਕ ਚਿਪ ਵੱਡੀ ਹੈ, ਪਰ ਉਹਦੇ ਅੰਦਰ ਕੀ ਕੀਤਾ ਹੋਇਆ, ਮਲਟੀਪਲ ਮਲਟੀਪਲ ਛੋਟੇ ਛੋਟੇ ਪ੍ਰੋਸੈਸਰਸ ਨੂੰ ਜੋੜਿਆ ਹੋਇਆ ਫੋਰ ਫੋਰ ਬੈਟਰ ਪਰਫੋਰਮੈਂਸ, ਕਿਉਂਕਿ ਆਪਾਂ ਗੱਲ ਕੀਤੀ ਹੈ ਵੀ ਇੱਕ ਪ੍ਰੋਸੈਸਰ ਇੱਕ ਜੋਬ ਹੀ ਰਨ ਕਰ ਸਕਦਾ ਹੈ, ਮਲਟੀਪਲ ਜੋਬ ਨੂੰ ਰਨ ਕਰਾਉਣਾ ਤਾਂ ਟਾਈਮ ਸ਼ੇਅਰਿੰਗ ਕਰਨਾ, ਪਰ ਟਾਈਮ ਸ਼ੇਅਰਿੰਗ ਦੇ ਵਿੱਚ ਕੀ ਹੈ ਕਿ ਇੱਕ ਜੋਬ 10 ਮਿੰਟ ਜਾਂ 10 ਸੈਕਿੰਡ ਰਨ ਕਰ ਰਹੀ ਹੈ, ਬਾਕੀ ਕੀ ਕਰ ਰਹੀਆਂ ਨੇ, ਵੇਟ, ਬਾਕੀ ਜੋਬਸ ਕੀ ਕਰ ਰਹੀਆਂ ਨੇ, ਵੇਟ, ਇੱਕ ਬੱਚਾ ਵੀਡੀਓ ਗੇਮ ਖੇਡ ਰਿਹਾ, ਬਾਕੀ ਬੱਚੇ ਕੀ ਕਰ ਰਹੇ ਨੇ, ਵੇਟ ਕਰ ਰਹੇ ਨੇ, ਉਹਨਾਂ ਦਾ ਟਾਈਮ ਤਾਂ ਖਰਾਬ ਹੋ ਹੀ ਰਿਹਾ, ਉਹਨਾਂ ਦਾ ਟਾਈਮ ਤਾਂ ਖਰਾਬ ਹੋ ਹੀ ਰਿਹਾ। ਠੀਕ ਹੈ, ਸੋ ਲੇਟੈਸਟ ਟੈਕਨੋਲੋਜੀ ਕੀ ਹੈ, ਮਲਟੀ ਕੋਰ, ਸਟਾਰਟ ਕਿੱਥੋਂ ਹੋਇਆ ਸੀਗਾ, ਡਿਊਲ ਕੋਰ, ਪੈਂਟੀਅਮ 4 ਸੁਣਿਆ ਹੋਣਾ ਤੁਸੀਂ ਸਾਰਿਆਂ ਨੇ, ਤਾਂ ਪਹਿਲਾਂ ਪੈਂਟੀਅਮ ਆਏ ਸੀਗੇ, ਉਸ ਤੋਂ ਪਹਿਲਾਂ ਸੈਲਰੋਨ ਹੁੰਦੇ ਸੀਗੇ, ਬੜੇ ਸਲੋ ਹੁੰਦੇ ਸੀ ਸਿਸਟਮ, ਪੈਂਟੀਅਮ ਆਏ ਸੀਗੇ ਅਰਾਊਂਡ 1995-96 ਦੇ ਵਿੱਚ, ਬਹੁਤ ਸਪੀਡ ਹੋ ਗਈ ਸੀ, ਪੈਂਟੀਅਮ 1, ਪੈਂਟੀਅਮ 2, ਪੈਂਟੀਅਮ 3, ਪੈਂਟੀਅਮ 4, ਜਿਹੜਾ ਮੇਰਾ ਫਸਟ ਕੰਪਿਊਟਰ ਸੀ ਦੈਟ ਵਾਜ ਪੈਂਟੀਅਮ 4, ਇਹਦਾ ਇੱਕੋ ਹੀ ਪ੍ਰੋਸੈਸਰ ਸੀ, ਫਿਰ ਆ ਗਏ ਡਿਊਲ ਕੋਰ, ਡਿਊਲ ਮੀਨਸ 2, ਫਿਰ ਆ ਗਏ ਸੀ ਕੁਐਡ ਕੋਰ, ਕੁਐਡ ਮੀਨਸ 4 ਕੋਰ, ਉਸ ਤੋਂ ਬਾਅਦ ਫਿਰ 8, ਫਿਰ 16, ਤੁਹਾਡੇ ਫੋਨ ਦੇ ਵਿੱਚ ਵੀ 8 ਕੋਰਸ ਹੈ,
ਖੋਲ ਕੇ ਨਾ ਅਬਾਊਟ ਇਨਫੋਰਮੇਸ਼ਨ ਖੋਲ ਕੇ ਦੇਖ ਲਿਓ, ਉਹਦੇ 4 ਕੋਰ ਤਾਂ ਮਿਨੀਮਮ ਹੋਣਗੇ ਹੋਣਗੇ, 8 ਜਾਂ 16 ਵੀ ਹੋ ਸਕਦੇ ਨੇ। ਹਾਂਜੀ, ਨੈਕਸਟ ਕਿਹੜਾ ਲਿਖਾਇਆ ਸੀ? ਸਿੰਗਲ ਯੂਜ਼ਰ। ਸਿੰਗਲ ਯੂਜ਼ਰ ਕੀ ਹੈ? ਜਿਸ ਤਰ੍ਹਾਂ ਐਗਜ਼ਾਮਪਲ ਲਿਖੋ, ਸਿੰਗਲ ਯੂਜ਼ਰ ਦੀ ਡੈਫੀਨੇਸ਼ਨ ਨਹੀਂ ਲਿਖਾਉਂਦੇ। ਐਗਜ਼ਾਮਪਲ, ਯੂਅਰ ਪਰਸਨਲ ਕੰਪਿਊਟਰ ਅਲਾਉਜ਼ ਓਨਲੀ ਸਿੰਗਲ ਯੂਜ਼ਰ ਓਪਰੇਟਿੰਗ ਸਿਸਟਮ। ਲਿਖ ਰਹੇ ਬੱਚੇ, ਲਿਖੋ ਅਲਾਉਜ਼ ਓਨਲੀ ਵਨ ਯੂਜ਼ਰ ਐਟ ਅ ਟਾਈਮ। ਅਲਾਉਜ਼ ਓਨਲੀ ਵਨ ਯੂਜ਼ਰ ਐਟ ਅ ਟਾਈਮ। ਇਹਦੀ ਐਗਜ਼ਾਮਪਲ ਕੀ ਹੋ ਸਕਦੀ ਹੈ? ਪੀਸੀ, ਪਰਸਨਲ ਕੰਪਿਊਟਰ, ਯੂਅਰ ਲੈਪਟਾਪ। ਤੁਸੀਂ ਇੱਕ ਸਿੰਗਲ ਯੂਜ਼ਰ ਹੋ ਨਾ ਉਸਦੇ, ਹੋਰ ਤਾਂ ਯੂਜ਼ਰ ਕੋਈ ਯੂਜ਼ ਨਹੀਂ ਕਰ ਰਿਹਾ। ਤੁਸੀਂ ਯੂਜ਼ ਕਰ ਰਹੇ ਹੋ ਤਾਂ ਠੀਕ ਹੈ, ਨਹੀਂ ਤਾਂ ਸਿਸਟਮ ਕੀ ਹੈ? ਆਈਡਲ। ਦਾ ਸਿਸਟਮ ਕੀ ਹੈ? ਆਈਡਲ। ਸੋ ਇੱਥੇ ਦੋ ਟਰਮਸ ਅਸੀਂ ਯੂਜ਼ ਕਰਦੇ ਹਾਂ। ਸਿਸਟਮ ਕੀ ਹੈ? ਬਿਜ਼ੀ। ਬਿਜ਼ੀ ਮੀਨਸ ਉਹ ਕੋਈ ਪ੍ਰੋਸੈਸ ਨੂੰ ਰਨ ਕਰ ਰਿਹਾ, ਪ੍ਰੋਸੈਸਰ ਬਿਜ਼ੀ ਹੈ। ਇਸਦਾ ਕੀ ਮੀਨਿੰਗ ਹੈ? ਇਟ ਇਜ਼ ਰਨਿੰਗ ਸਮ, ਇਟ ਇਜ਼ ਰਨਿੰਗ ਸਮ ਪ੍ਰੋਸੈਸ। ਜਾਂ ਕੀ ਹੈ? ਆਈਡਲ। ਆਈਡਲ ਕੀ ਹੈ? ਮੀਨਸ ਕੋਈ ਜੋਬ ਨਹੀਂ ਹੈ, ਵਿਹਲਾ ਸਾਡੇ ਵਾਂਗ। ਠੀਕ ਹੈ, ਸਿੰਗਲ ਯੂਜ਼ਰ ਐਗਜ਼ਾਮਪਲ ਪੀਸੀ। ਨੈਕਸਟ ਕੀ ਸੀਗਾ? ਹਾਂਜੀ, ਨੈਕਸਟ ਟਾਈਪ ਕੀ ਹੈ? ਮਲਟੀ ਯੂਜ਼ਰ। ਹੁਣ ਦੇਖੋ, ਸਾਈਬਰ ਕੈਫੇ ਜਾਓ ਤੁਸੀਂ ਕਦੇ, ਠੀਕ ਹੈ, ਉੱਥੇ ਇੱਕ ਸਿਸਟਮ ਲੱਗਿਆ ਹੋਇਆ, ਠੀਕ ਹੈ, ਉੱਥੇ ਇੱਕ ਸਿਸਟਮ ਲੱਗਿਆ ਹੋਇਆ, ਇੱਕ ਸਿਸਟਮ ਲੱਗਿਆ ਹੋਇਆ। ਸੋ ਇੱਕ ਸਿਸਟਮ ਦੀ ਕੋਸਟ ਕਿੰਨੀ ਆ ਰਹੀ ਹੈ ਕੰਪਿਊਟਰ ਦੀ? ਮਿਨੀਮਮ ਤੋਂ ਮਿਨੀਮਮ ਵੀ 20K ਤੋਂ ਘੱਟ ਨਹੀਂ ਬਣੇਗਾ ਪੀਸੀ, ਠੀਕ ਹੈ। ਸੋ 20K ਤਾਂ ਉਹ ਤੁਹਾਡੇ ਤੋਂ ਪੈਸੇ ਕਿੰਨੇ ਲੈ ਰਹੇ ਹੈ? ਘੰਟੇ ਦੇ 20 ਰੁਪਏ ਜਾਂ 40 ਰੁਪਏ ਇੰਟਰਨੈਟ ਦੇ। ਪੁਰਾਣੀ ਗੱਲ ਕਰੀਏ ਜਦੋਂ ਇੰਟਰਨੈਟ ਦੀ ਅਵੇਬਿਲਟੀ ਨਹੀਂ ਸੀਗੀ, ਅੱਜ ਕੱਲ੍ਹ ਤਾਂ ਸਾਰਿਆਂ ਕੋਲ ਮੋਬਾਈਲ ਫੋਨ ਦੇ ਵਿੱਚ ਸਾਈਬਰ ਕੈਫੇ ਦਾ ਤਾਂ ਕੋਈ ਰੇਅਰ ਜਾਂਦਾ, ਠੀਕ ਹੈ। ਤਾਂ ਉਹਦੀ ਕੋਸਟ ਪੂਰੀ ਹੋ ਜਾਏਗੀ 20 ਰੁਪੀਸ ਦੇ ਵਿੱਚ। ਉਹ ਇਲੈਕਟ੍ਰੀਸਿਟੀ ਵੀ ਦੇ ਰਿਹਾ ਤੁਹਾਨੂੰ, ਇੰਟਰਨੈਟ ਦਾ ਵੀ ਕੋਸਟ ਹੈ, ਫਿਰ ਕੋਈ ਵੀਰੰਟੀਅਰ ਵੀ ਹੈ, ਪਲੱਸ ਉਹਨੇ ਇਨਵੈਸਟਮੈਂਟ ਵੀ ਕੀਤੀ ਹੋਈ ਹੈ 20K ਦੀ, ਫਿਰ ਉਹਦੀ ਸਪੇਸ ਵੀ ਹੈ। ਮੀਨਸ ਐਫੀਸ਼ੈਂਟ ਯੂਜ਼ ਨਹੀਂ ਹੈ, ਐਫੀਸ਼ੈਂਟ ਯੂਜ਼ ਨਹੀਂ ਹੈ। ਮੀਨਸ ਉਹਨੂੰ ਕਿੰਨੇ ਕਿੰਨੇ ਜ਼ਿਆਦਾ ਸਿਸਟਮ ਲਗਾਉਣੇ ਪੈ ਰਹੇ ਨੇ? ਜਿੰਨੇ ਯੂਜ਼ਰ, ਜੇ ਉਹਨੇ 10 ਯੂਜ਼ਰ ਲੈਣੇ ਹੈ ਤਾਂ 10 ਸਿਸਟਮ, 20 ਯੂਜ਼ਰ ਲੈਣੇ ਹੈ ਤਾਂ 20 ਸਿਸਟਮ। ਕੰਮ ਇਹ ਯੂਜ਼ਰ ਦਾ ਕੋਈ ਨਹੀਂ ਹੈ, ਇਹਨਾਂ ਨੇ ਸਿਰਫ ਇੱਕ ਟਾਸਕ ਕਰਨਾ, ਬਰਾਊਜ਼ਰ ਖੋਲ ਕੇ ਕੋਈ ਫੋਰਮ ਭਰਨਾ ਜਾਂ ਕੋਈ ਡਾਊਨਲੋਡਿੰਗ ਕਰਨੀ ਹੈ ਜਾਂ ਕੋਈ ਈਮੇਲ ਕਰਨੀ ਹੈ। ਟਾਸਕ ਇਹਨਾਂ ਦਾ ਹੈਵੀ ਨਹੀਂ ਹੈ, ਬਟ ਸਿਸਟਮ ਪੂਰਾ ਐਲੋਕੇਟ ਕਰਨਾ ਪੈਂਦਾ। ਐਗਰਿਡ, ਸਮਝ ਲੱਗ ਰਿਹਾ? ਤਾਂ ਇਹ ਐਫੀਸ਼ੈਂਟ ਯੂਜ਼ ਨਹੀਂ ਹੈ, ਇਹ ਐਫੀਸ਼ੈਂਟ ਯੂਜ਼ ਨਹੀਂ ਹੈ। ਤਾਂ ਇੱਕ ਨਵੀਂ ਟੈਕਨੋਲੋਜੀ ਆ ਗਈ, ਅਸੀਂ ਕੀ ਕਿਹਾ ਕਿ ਇੱਕ ਸਿਸਟਮ ਲੈ ਲਓ, ਥੋੜ੍ਹਾ ਜਿਹਾ ਵੱਡਾ ਲੈ ਲਓ, ਵੱਡਾ ਮੀਨਸ ਉਹਦੀ ਕਨਫਿਗਰੇਸ਼ਨ ਹਾਈ ਹੋਵੇ। ਪਹਿਲਾਂ 20,000 ਦਾ ਲੈ ਰਹੇ ਸੀ, ਹੁਣ ਲੈ ਲਓ 30,000 ਦਾ, ਠੀਕ ਹੈ। ਉਹ ਤੇ ਮਲਟੀਪਲ ਯੂਜ਼ਰਸ ਨੂੰ ਲੌਗਇਨ ਕਰਵਾ ਦਿਓ। ਹੁਣ ਜਿਹੜੇ ਇਹ ਯੂਜ਼ਰ ਇਹਨਾਂ ਕੋਲ ਕੀ ਹੋਏਗਾ? ਓਨਲੀ ਸਕਰੀਨ ਤੇ
ਕੀਬੋਰਡ ਮਾਊਸ, ਓਨਲੀ ਸਕਰੀਨ ਕੀਬੋਰਡ ਮਾਊਸ, ਸਕਰੀਨ ਕੀਬੋਰਡ ਮਾਊਸ, ਇਹਨਾਂ ਕੋਲ ਆਪਣਾ ਪ੍ਰੋਸੈਸਰ ਨਹੀਂ ਹੋਏਗਾ, ਆਪਣਾ ਮਦਰਬੋਰਡ ਹਾਰਡ ਡਿਸਕ ਰੈਮ ਨਹੀਂ ਹੋਏਗੀ, ਸਿਰਫ ਇੱਕ ਸਿਸਟਮ ਦੇ ਕੋਲ ਹੀ ਹੈ ਸਾਰਾ ਕੁਛ, ਬਾਕੀ ਕੀ ਕਰ ਰਹੇ ਨੇ ਰਿਸੋਰਸਿਸ ਨੂੰ ਸ਼ੇਅਰ ਕਰ ਰਹੇ ਨੇ, ਸ਼ੇਅਰ ਕਰ ਰਹੇ ਨੇ, ਜਿਵੇਂ ਉਬਰ ਓਲਾ ਕੈਬ ਹੈ, ਉਬਰ ਓਲਾ ਕੈਬ ਹੈ, ਸਪੋਜ਼ ਕਰੋ ਇੱਕ ਫੈਮਿਲੀ ਮੈਂਬਰ ਫਾਈਵ ਮੈਂਬਰ ਹੈ, ਉਹ ਸਾਰੇ ਆਫਿਸ ਜਾਂਦੇ ਹੈ, ਰੈਦਰ ਦੈਨ ਓਨਿੰਗ ਫਾਈਵ ਕਾਰਸ, ਉਹ ਕੀ ਕਹਿੰਦੇ ਵੀ ਚਲੋ ਇੱਕ ਕਾਰ ਰੱਖੋ ਜੇ ਫੈਮਿਲੀ ਨੇ ਇਕੱਠੇ ਕਿਤੇ ਘੁੰਮਣ ਫਿਰਨ ਜਾਣਾ, ਠੀਕ ਹੈ, ਬਾਕੀ ਅਲੱਗ ਅਲੱਗ ਡੈਸਟੀਨੇਸ਼ਨ ਵਾਸਤੇ ਕੀ ਕਰ ਲਓ, ਉਬਰ ਓਲਾ ਬੁੱਕ ਕਰ ਲਓ। ਉਹੀ ਚੀਜ਼ ਇਹ ਹੈ ਕਿ ਇੱਕ ਸਿਸਟਮ ਹੈ, ਠੀਕ ਹੈ, ਇੱਥੇ ਹੀ ਪ੍ਰੋਸੈਸਰ ਹੈ, ਇੱਥੇ ਹੀ ਰੈਮ ਹੈ, ਇੱਥੇ ਹੀ ਹਾਰਡ ਡਿਸਕ ਹੈ, ਇੱਥੇ ਹੀ ਹਾਰਡ ਡਿਸਕ ਹੈ, ਇਹ ਸਿਰਫ ਆਪਣੇ ਸਕਰੀਨ ਤੇ ਕੀਬੋਰਡ ਮਾਊਸ ਇਹਨਾਂ ਕੋਲ, ਠੀਕ ਹੈ। ਸੋ ਦਿਸ ਇਜ਼ ਕਾਲਡ ਮਲਟੀ ਯੂਜ਼ਰ ਓਪਰੇਟਿੰਗ ਸਿਸਟਮ, ਕਿ ਸਿਸਟਮ ਇੱਕ ਹੈ ਪਰ ਉਹਨੂੰ ਯੂਜ਼ ਕੌਣ ਕਰ ਰਿਹਾ, ਮਲਟੀ ਯੂਜ਼ਰ। ਤੁਸੀਂ ਆਪਣੇ ਜੇ ਕਦੇ ਲੈਬ ਦੇ ਵਿੱਚ ਜਾਓ, ਕੰਪਿਊਟਰ ਲੈਬ ਦੇ ਵਿੱਚ, ਉੱਥੇ ਵੀ ਇਸ ਤਰ੍ਹਾਂ ਦਾ ਕਈ ਕਈ ਉਹਨਾਂ ਨੇ ਕੀਤਾ ਹੁੰਦਾ, ਸਿਰਫ ਇੱਕ ਸਿਸਟਮ ਹੀ ਲੱਗਿਆ ਹੁੰਦਾ ਹੈਵੀ, ਉਹ ਤੁਸੀਂ ਵਾਇਰਸ, ਮਲਟੀਪਲ ਵਾਇਰਸ, ਸਕਰੀਨ ਤੇ ਕੀਬੋਰਡ ਲੱਗਿਆ ਹੁੰਦਾ, ਤੁਹਾਡੇ ਕੋਲ ਕੈਬਨਿਟ ਨਹੀਂ ਦਿਖੇਗੀ ਤੁਹਾਨੂੰ ਕਦੀ ਨੀਚੇ, ਠੀਕ ਹੈ। ਸੋ ਇਹ ਇਸ ਟੈਕਨੋਲੋਜੀ ਨੂੰ ਜਿਸ ਨੇ ਇੰਪਲੀਮੈਂਟ ਕੀਤਾ ਹੈ, ਉਸ ਪ੍ਰੋਡਕਟ ਦਾ ਕੀ ਨਾਮ ਹੈ, ਐਨ ਕੰਪਿਊਟਿੰਗ। ਐਨ ਕੰਪਿਊਟਿੰਗ ਇਹਨਾਂ ਦਾ ਇੱਕ ਗੈਜਟ ਆਉਂਦਾ, ਠੀਕ ਹੈ, ਉਹ ਤੁਸੀਂ ਕੰਪਿਊਟਰ ਤੇ ਲਗਾ ਦਿਓ। ਤਾਂ ਹੁਣ ਹੁਣ ਨੋਰਮਲ ਕੇਸ ਦੇ ਵਿੱਚ ਕੀ ਹੈ ਕਿ ਇੱਕ ਕੰਪਿਊਟਰ ਦੇ ਨਾਲ ਇੱਕ ਹੀ ਮੋਨੀਟਰ ਤੇ ਕੀਬੋਰਡ ਲੱਗੇਗਾ, ਮਲਟੀਪਲ ਨਹੀਂ ਲੱਗ ਸਕਦੇ। ਹੁਣ ਤੁਸੀਂ ਅੰਦਰ ਜਾਓ ਜਾਂ ਆਪਣਾ ਘਰ ਜਾ ਕੇ ਲੈਪਟਾਪ ਜਾਂ ਸਿਸਟਮ ਦੇਖਿਓ, ਉੱਥੇ ਜਿੱਥੇ ਤੁਹਾਡਾ ਮੋਨੀਟਰ ਲੱਗਿਆ ਹੋਇਆ, ਵੀਜੀਏ ਪੋਰਟ ਹੋਏਗਾ ਜਾਂ ਐਚ ਡੀ ਐਮ ਆਈ ਪੋਰਟ ਹੋਏਗਾ, ਉਹ ਇੱਕੋ ਹੀ ਹੈ, ਉਹ ਇੱਕੋ ਹੀ ਹੋਏਗਾ, ਤਾਂ ਮੀਨਸ ਯੂ ਕੈਨ ਅਟੈਚ ਓਨਲੀ ਵਨ, ਠੀਕ ਹੈ। ਬਟ ਐਨ ਕੰਪਿਊਟਰ ਦੇ ਨਾਲ ਕੀ ਹੈ, ਯੂ ਕੈਨ ਅਟੈਚ ਮਲਟੀਪਲ ਕੰਪਿਊਟਰਸ, ਠੀਕ ਹੈ। ਸੋ ਜਿਹੜੇ ਇਹ ਇਹ ਨੀਚੇ ਵਾਲੇ ਹੋਣਗੇ ਨਾ ਕੰਪਿਊਟਰ, ਇਹਨਾਂ ਨੂੰ ਕਵਾਂਗੇ ਥਿਨ ਕਲਾਇੰਟ, ਥਿਨ ਕਲਾਇੰਟ ਵਰਡ ਯੂਜ ਕਰਦੇ ਹਾਂ, ਥਿਨ ਕਲਾਇੰਟ। ਕੁਸ਼ਚਨ ਪੁੱਛ ਸਕਦਾ ਇੱਥੋਂ ਥਿਨ ਕਲਾਇੰਟ ਤੋਂ ਕਿ ਥਿਨ ਕਲਾਇੰਟ ਕੀ ਹੁੰਦਾ, ਜਾਂ ਤੁਹਾਨੂੰ ਚਾਰ ਆਪਸ਼ਨਾਂ ਦੇ ਦੇਗਾ, ਠੀਕ ਹੈ, ਤਾਂ ਉਹ ਚ ਤੁਸੀਂ ਆਈਡੈਂਟੀਫਾਈ ਕਰਨੀ ਹੈ ਕਿ ਵਿਚ ਇਜ਼ ਅ ਕਰੈਕਟ ਡੈਫੀਨੇਸ਼ਨ ਆਫ ਥਿਨ ਕਲਾਇੰਟ। ਅੱਛਾ, ਥਿਨ ਕਲਾਇੰਟ ਕੋਲ ਆਪਣੇ ਰਿਸੋਰਸਿਸ ਹੈਗੇ ਆ, ਨਹੀਂ ਆਪਣੇ ਰਿਸੋਰਸਿਸ ਨਹੀਂ ਹੈ, ਉਹ ਸਿਰਫ ਕੀ ਯੂਜ ਕਰ ਰਿਹਾ, ਕਾਮਨ ਰਿਸੋਰਸਿਸ ਨੂੰ ਯੂਜ ਕਰ ਰਿਹਾ, ਇਨ ਦੀ ਫਾਰਮ ਆਫ ਮਲਟੀ ਯੂਜ਼ਰ, ਇਨ ਦੀ ਫਾਰਮ ਆਫ ਮਲਟੀ ਯੂਜ਼ਰ। ਪਰਫੋਰਮੈਂਸ ਉਨੀ ਬੈਟਰ ਨਹੀਂ ਆਏਗੀ, ਪਰਫੋਰਮੈਂਸ ਉਨੀ ਬੈਟਰ ਨਹੀਂ ਆਏਗੀ, ਬਟ ਕੋਸਟ ਕੋਸਟ ਇਫੈਕਟਿਵ, ਬਸ ਕੀ ਹੈ, ਕੋਸਟ ਇਫੈਕਟਿਵ। ਨੈਕਸਟ ਕੀ ਸੀਗਾ, ਸੋ ਇੱਥੇ ਦੇਖੋ ਬੱਚੇ, ਟਾਈਮ ਸ਼ੇਅਰਿੰਗ ਤੇ ਮਲਟੀ ਯੂਜ਼ਰ ਚ ਡਿਫਰੈਂਸ਼ੀਏਟ ਹੋ ਗਿਆ। ਟਾਈਮ ਸ਼ੇਅਰਿੰਗ ਦੇ ਵਿੱਚ ਕੀ ਸੀਗਾ, ਮਲਟੀਪਲ ਜੋਬਸ ਆਫ ਸਿੰਗਲ ਯੂਜ਼ਰ, ਮਲਟੀਪਲ ਜੋਬ ਆਫ ਸਿੰਗਲ ਯੂਜ਼ਰ। ਮਲਟੀ ਯੂਜ਼ਰ ਦੇ ਵਿੱਚ ਕੀ ਹੈ, ਮਲਟੀਪਲ ਜੋਬ ਆਫ ਮਲਟੀਪਲ ਯੂਜ਼ਰ, ਇਹ ਡਿਫਰੈਂਸ ਧਿਆਨ ਕਰ ਲਿਓ। ਟਾਈਮ ਸ਼ੇਅਰਿੰਗ ਦੇ ਵਿੱਚ ਕੀ ਹੈ, ਮਲਟੀਪਲ ਜੋਬਸ ਆਫ ਸਿੰਗਲ ਯੂਜ਼ਰ, ਮਲਟੀਪਲ ਜੋਬਸ ਆਫ ਮਲਟੀਪਲ ਯੂਜ਼ਰ, ਠੀਕ ਹੈ। ਰੀਅਲ ਟਾਈਮ ਤੇ ਦੱਸ ਦਿੱਤਾ ਸੀਗਾ ਕਿ ਉੱਥੇ ਉਹਦਾ ਰਿਸਪੋਂਸ ਕੀ ਹੈ, ਰੀਅਲ ਟਾਈਮ, ਉਸਦਾ ਡਿਲੇ ਕੀ ਹੈ, ਮਿਨੀਮਾਈਜ਼ਡ ਹੈ ਉਹਦਾ, ਠੀਕ ਹੈ।
ਅੱਗੇ ਲਿਖੋ ਟਾਈਪਸ ਆਫ ਯੂਜ਼ਰ ਇੰਟਰਫੇਸ। ਸਮਝ ਲੱਗ ਰਿਹਾ ਆਨਲਾਈਨ ਬੱਚੇ? ਕੋਈ ਡਾਊਟ? ਨੋ ਸਰ। ਠੀਕ ਹੈ, ਠੀਕ ਹੈ, ਕਿਉਂਕਿ ਥੋੜੇ ਜਿਹੇ ਕੋਰ ਕਨਸੈਪਟਸ ਨੇ ਪਰ ਸਮਝਣੇ ਪੈਣਗੇ ਜੇ ਪੇਪਰ। ਮੈਂ ਅੱਜ ਕੁਛ ਲੈ ਕੇ ਮੈਂ ਪੇਪਰ ਐਗਜ਼ਾਮ ਨੇ ਤਾਂ ਕਾਫੀ ਦੱਸਿਆ ਸੀ ਸਵੇਰੇ ਮਾਰਨਿੰਗ ਦੇ ਵਿੱਚ, ਕਾਫੀ ਡੀਪ ਕੁਸ਼ਚਨ ਆ ਰਹੇ, ਇਸ ਤਰ੍ਹਾਂ ਦੇ ਨਹੀਂ ਆ ਕਿ ਉੱਪਰ ਉੱਪਰੋਂ ਪੜ੍ਹ ਕੇ ਨਹੀਂ ਹੋਣ ਵਾਲਾ ਪੇਪਰ, ਠੀਕ ਹੈ। ਤੇ ਕੱਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੀ ਪੋਸਟ ਆ ਗਈ, ਕਾਫੀ ਲਾਅ ਦੀਆਂ ਕਾਫੀ ਆਈਆਂ ਨੇ ਜਿਹਨੇ ਲਾਅ ਕੀਤਾ ਹੋਇਆ, ਕਾਮਰਸ ਦੀਆਂ ਆਈਆਂ ਨੇ, ਕਲੈਰੀਕਲ ਆਈਆਂ ਨੇ, ਠੀਕ ਹੈ। ਸਾਰਿਆਂ ਦੇ ਵਿੱਚ ਮਿਨੀਮਮ ਕੰਪਿਊਟਰ 10 ਮਾਰਕਸ ਤੇ ਮੈਕਸੀਮਮ 20 ਮਾਰਕਸ ਦਾ ਅਲੱਗ ਸੈਕਸ਼ਨ ਬਣਾ ਦਿੱਤਾ। ਪੰਜਾਬ ਗਵਰਨਮੈਂਟ ਦਾ ਤਾਂ ਵਿੱਚ ਹੀ ਹੈ ਨਾ, 100 ਨੰਬਰ ਦੇ ਵਿੱਚ ਹੀ ਹੋਏਗਾ, ਤੇ ਇਹਨਾਂ ਦਾ ਅਲੱਗ ਸੈਕਸ਼ਨ ਆਏਗਾ, ਤੁਹਾਨੂੰ ਇੱਕ ਕੰਪਿਊਟਰ ਸੈਕਸ਼ਨ ਅਲੱਗ ਆਏਗਾ, ਮਿਨੀਮਮ 10 ਨੰਬਰ ਤੇ ਮੈਕਸੀਮਮ 20 ਮਾਰਕਸ ਦਾ ਹੋਏਗਾ। ਹਾਂਜੀ, ਕਿਹਦਾ? ਪਟਵਾਰੀ ਦਾ, ਆਪਣੇ ਪੰਜਾਬ ਦਾ। ਦੋ ਪੇਪਰ ਹੈ, ਪ੍ਰੀ ਮੇਨ ਇੰਟਰਵਿਊ। ਠੀਕ ਹੈ, ਤਾਂ ਸਕੋਰਿੰਗ ਹੈ, ਜੇ ਜਿਹਨੂੰ ਪੜ੍ਹ ਲਓਗੇ ਤਾਂ ਹੋ ਸਕਦਾ ਵੀ ਤੁਹਾਨੂੰ ਫੁੱਲ ਅਟੈਂਪਟ ਹੋ ਜੇ, ਤੁਹਾਡੀ ਪੋਸੀਬਿਲਿਟੀ ਹੈ। ਠੀਕ ਹੈ, ਹਿਸਟਰੀ ਜੋਗ੍ਰਾਫੀ ਤਾਂ ਆਪਾਂ ਫਿਰ ਵੀ ਕਹਿ ਸਕਦੇ ਬਹੁਤ ਵਾਸਟ ਹੈ ਜੀ, ਕਿੱਥੋਂ ਪੜ੍ਹਾਂਗੇ ਕੀ ਹੈ, ਤਾਂ ਇਹ ਉਹਨਾਂ ਜਿੰਨਾ ਵਾਸਟ ਨਹੀਂ ਹੈ, ਪਰ ਫਿਰ ਵੀ ਕਨਸੈਪਟ ਥੋੜ੍ਹੇ ਜ਼ਿਆਦਾ ਕੰਪਿਊਟਰ ਸਾਇੰਸ ਡੀਪ ਨੇ। ਸੋ ਇਹ ਸਾਰਾ ਜੋ ਮਤਲਬ 4 ਸਾਲ ਚ ਬੱਚਾ ਬੀ ਟੈਕ ਦਾ ਪੜ੍ਹਦਾ ਉਹ ਆਪਾਂ ਇੱਕ ਹਫ਼ਤੇ ਚ ਕਰਾ ਰਹੇ ਹਾਂ, ਇਹ ਸੋਚ ਲਓ। ਟਾਈਪਸ ਆਫ ਯੂਜ਼ਰ ਇੰਟਰਫੇਸ। ਯੂਜ਼ਰ ਇੰਟਰਫੇਸ ਨੂੰ ਬੋਲਦੇ ਆ UI, UI। ਠੀਕ ਹੈ, ਹੁਣ ਜਿਹਦੇ ਪਿੱਛੇ UI ਲੱਗਿਆ ਹੋਏਗਾ ਜਾਂ I ਲੱਗਿਆ ਹੋਏਗਾ ਤਾਂ ਉਹ ਇੰਟਰਫੇਸ ਹੋਏਗਾ। ਫਸਟ ਇਜ਼ ਆਪਾਂ ਕਰ ਲਿਆ ਸੀਗਾ ਗ੍ਰਾਫਿਕਲ ਯੂਜ਼ਰ ਇੰਟਰਫੇਸ। ਠੀਕ ਹੈ, ਜੋ ਜਿੰਨੇ ਵੀ ਆਪਾਂ ਸੋਫਟਵੇਅਰ ਯੂਜ਼ ਕਰਦੇ ਹਾਂ ਤਾਂ ਉਹਨਾਂ ਦਾ ਸਾਰਿਆਂ ਦਾ ਇੰਟਰਫੇਸ ਕੀ ਹੈ? ਗ੍ਰਾਫਿਕਲ ਇੰਟਰਫੇਸ। ਠੀਕ ਹੈ, ਇੰਟਰਫੇਸ ਦੀ ਡੈਫੀਨੇਸ਼ਨ ਦੇਖ ਲਓ ਇੱਕ ਵਾਰ ਨਾ ਡਿਕਸ਼ਨਰੀ ਚੋਂ, ਇੰਟਰਫੇਸ ਦੀ ਡੈਫੀਨੇਸ਼ਨ ਕੀ ਹੈ। ਜਿਸ ਤਰ੍ਹਾਂ ਇਹ ਇੱਕ ਰੂਮ ਹੈ, ਨਾਲ ਇੱਕ ਰੂਮ ਹੈ, ਸੋ ਦਿਸ ਡੋਰ ਇਜ਼ ਐਨ ਇੰਟਰਫੇਸ ਬਿਟਵੀਨ ਟੂ ਰੂਮਸ। ਸੋ ਇੰਟਰਫੇਸ ਕੀ ਹੈ, GUI ਕੀ ਹੈ, ਗ੍ਰਾਫਿਕਲ ਯੂਜ਼ਰ ਇੰਟਰਫੇਸ ਬਿਟਵੀਨ ਹੂਮ, ਯੂਜ਼ਰ ਐਂਡ ਹਾਰਡਵੇਅਰ, ਯੂਜ਼ਰ ਐਂਡ ਹਾਰਡਵੇਅਰ। ਠੀਕ ਹੈ, ਤੁਸੀਂ ਕਾਰ ਦੇ ਵਿੱਚ ਬੈਠਦੇ ਹੋ ਤਾਂ ਉੱਥੇ ਸਟੀਅਰਿੰਗ ਹੈ, ਐਕਸੀਲੇਟਰ ਹੈ, ਕਲੱਚ ਹੈ, ਗੇਅਰ ਨੋਬ ਹੈ, ਤਾਂ ਉਹ ਕੀ ਹੈ, ਇੰਜਨ, ਤੇ ਤੁਹਾਡੇ ਵਿੱਚ ਇੱਕ ਇੰਟਰਫੇਸ ਹੈ। ਤੁਸੀਂ ਡਾਇਰੈਕਟ ਇੰਜਨ ਨੂੰ ਆਪਰੇਟ ਨਹੀਂ ਕਰ ਸਕਦੇ, ਠੀਕ ਹੈ, ਤਾਂ ਉਹਦਾ ਇੰਟਰਫੇਸ ਦਿੱਤਾ ਹੋਇਆ ਸਾਨੂੰ ਕਾਰ ਦੇ ਵਿੱਚ, ਗ੍ਰਾਫਿਕਲ ਯੂਜ਼ਰ ਇੰਟਰਫੇਸ। ਠੀਕ ਹੈ, ਸੋ ਗ੍ਰਾਫਿਕਸ ਤਾਂ ਪਹਿਲਾਂ ਵੀ ਕੁਛ ਹੋਏਗਾ, ਇਹ ਤਾਂ ਲੇਟੈਸਟ ਹੈ ਅੱਜ ਕੱਲ੍ਹ ਜੋ ਚੱਲਦਾ, ਤਾਂ ਉਸ ਤੋਂ ਪਹਿਲਾਂ ਕੀ ਚੱਲਦਾ ਸੀਗਾ, CLI, ਕਮਾਂਡ ਲਾਈਨ ਇੰਟਰਫੇਸ, ਕਮਾਂਡ ਲਾਈਨ ਇੰਟਰਫੇਸ
ਔਰ ਇਸ ਨੂੰ ਸੈਕਿੰਡ ਨਾਮ ਕੀ ਕਿਹਾ ਜਾਂਦਾ ਹੈ, CUI। CUI ਇਜ ਕਰੈਕਟਰ ਯੂਜ਼ਰ ਇੰਟਰਫੇਸ, ਕਰੈਕਟਰ ਯੂਜ਼ਰ ਇੰਟਰਫੇਸ। ਇੰਟਰਫੇਸ ਸਿਰਫ ਇਸ ਦਾ ਕੰਮ ਕੀ ਹੈ, ਹਾਰਡਵੇਅਰ ਤੇ ਯੂਜ਼ਰ ਦੇ ਇਨ ਬਿਟਵੀਨ। ਥੋੜਾ ਜਿਹਾ ਪਿੱਛੇ ਹੋਰ ਚੱਲ ਪਓ, ਡੈਫੀਨੇਸ਼ਨ ਲਿਖ ਲਓ। ਆਪਾਂ ਟੂ ਟਾਈਪਸ ਦੇ ਸੋਫਟਵੇਅਰ ਕੀਤੇ ਸੀਗੇ ਕੱਲ ਆਪਾਂ, ਐਪਲੀਕੇਸ਼ਨ ਸੋਫਟਵੇਅਰ ਤੇ ਸਿਸਟਮ ਸੋਫਟਵੇਅਰ। ਓਪਰੇਟਿੰਗ ਸਿਸਟਮ ਐਪਲੀਕੇਸ਼ਨ ਸੋਫਟਵੇਅਰ ਹੈ ਕਿ ਸਿਸਟਮ ਸੋਫਟਵੇਅਰ ਹੈ? ਸਿਸਟਮ ਸੋਫਟਵੇਅਰ। ਮਾਈਕਰੋਸੋਫਟ ਵਰਡ, ਐਪਲੀਕੇਸ਼ਨ ਪਾਈਥਨ, ਸਿਸਟਮ ਸੋਫਟਵੇਅਰ ਲਿਖ ਲਓ। ਸਿਸਟਮ ਸੋਫਟਵੇਅਰ ਕੀ ਕਰਦਾ ਹੈ, ਡੈਫੀਨੇਸ਼ਨ ਕੀ ਹੈ ਸਿਸਟਮ ਸੋਫਟਵੇਅਰ ਦੀ? ਜਦੋਂ ਇੱਕ ਟੋਪਿਕ ਖਤਮ ਹੁੰਦਾ ਨਾ ਬੱਚੇ, ਵੈਸੇ ਮੈਂ ਆਪਣੇ ਤਾਂ ਇਸ ਤਰ੍ਹਾਂ ਕਰਦਾ, ਮੰਨ ਲਓ ਇੱਕ ਟੋਪਿਕ ਖਤਮ ਹੋ ਗਿਆ, ਓਪਰੇਟਿੰਗ ਸਿਸਟਮ ਹੋ ਗਿਆ, ਤਾਂ ਆਈ ਮੈਂ ਉਸ ਤੋਂ ਬਾਅਦ ਇੱਕ ਪੇਜ ਛੱਡ ਦਿੰਦਾ ਕਿ ਜਦੋਂ ਮੈਂ ਖੁਦ ਪੜੂੰਗਾ ਕਿਸੇ ਰਿਸੋਰਸ ਤੋਂ, ਬੁੱਕ ਤੋਂ, ਇੰਟਰਨੈਟ ਤੋਂ, ਜੋ ਮੈਨੂੰ ਐਡੀਸ਼ਨਲ ਇਨਫੋਰਮੇਸ਼ਨ ਮਿਲੇਗੀ ਰਿਗਾਰਡਿੰਗ ਓਪਰੇਟਿੰਗ ਸਿਸਟਮ, ਤਾਂ ਉੱਥੇ ਮੈਂ ਨੋਟ ਕਰ ਲਾਂਗਾ ਪੁਆਇੰਟਸ, ਰੈਦਰ ਦੈਨ ਕਿ ਮੈਂ ਫਿਰ ਕਿਤੇ ਹੋਰ ਲਿਖਾਂ, ਫਿਰ ਉਹਨੂੰ ਲਿੰਕ ਅਪ ਕਰਨਾ ਔਖਾ ਹੁੰਦਾ। ਜਦੋਂ ਇੱਕ ਟੋਪਿਕ ਖਤਮ ਹੁੰਦਾ ਉਹ ਤੋਂ ਬਾਅਦ ਅਕੋਰਡਿੰਗ ਟੂ ਦੀ ਸਾਈਜ਼ ਆਫ ਦੀ ਟੋਪਿਕ ਇੱਕ ਜਾਂ ਦੋ ਪੇਜ ਮੈਂ ਛੱਡ ਦਿੰਦਾ। ਲਿਖੋ ਡੈਫੀਨੇਸ਼ਨ ਆਫ ਸਿਸਟਮ ਸੋਫਟਵੇਅਰ। ਇਟ ਕੰਸਿਸਟ ਆਫ ਸੈਵਰਲ ਪ੍ਰੋਗਰਾਮਸ, ਇਹ ਸਿੰਗਲ ਪ੍ਰੋਗਰਾਮ ਨਹੀਂ ਹੁੰਦਾ, ਇਟ ਕੰਸਿਸਟ ਆਫ ਸੈਵਰਲ ਪ੍ਰੋਗਰਾਮਸ, ਕੌਮਾ, ਵਿਚ ਆਰ ਰਿਸਪੋਂਸੀਬਲ, ਵਿਚ ਆਰ ਰਿਸਪੋਂਸੀਬਲ ਫਾਰ ਕੰਟਰੋਲਿੰਗ, ਵਿਚ ਆਰ ਰਿਸਪੋਂਸੀਬਲ ਫਾਰ ਕੰਟਰੋਲਿੰਗ, ਕੌਮਾ ਇੰਟੀਗ੍ਰੇਟਿੰਗ, ਕੌਮਾ ਇੰਟੀਗ੍ਰੇਟਿੰਗ ਐਂਡ ਮੈਨੇਜਿੰਗ ਦ ਇੰਡੀਵਿਜੁਅਲ ਹਾਰਡਵੇਅਰ, ਇੰਡੀਵਿਜੁਅਲ ਹਾਰਡਵੇਅਰ ਕੰਪੋਨੈਂਟਸ ਆਫ ਅ ਕੰਪਿਊਟਰ ਸਿਸਟਮ, ਕੰਟਰੋਲਿੰਗ, ਕੌਮਾ ਇੰਟੀਗ੍ਰੇਟਿੰਗ ਐਂਡ ਮੈਨੇਜਿੰਗ ਦ ਇੰਡੀਵਿਜੁਅਲ ਹਾਰਡਵੇਅਰ ਕੰਪੋਨੈਂਟਸ ਆਫ ਅ ਕੰਪਿਊਟਰ ਸਿਸਟਮ, ਆਫ ਅ ਕੰਪਿਊਟਰ ਸਿਸਟਮ। ਸੈਕਿੰਡ, ਇਟ ਪ੍ਰੋਵਾਈਡਸ, ਇਟ ਪ੍ਰੋਵਾਈਡਸ ਇੰਟਰਫੇਸ ਬਿਟਵੀਨ ਯੂਜ਼ਰ, ਇਟ ਪ੍ਰੋਵਾਈਡ, ਹਾਂਜੀ ਇਹਦੀ ਸਿਸਟਮ ਸੋਫਟਵੇਅਰ ਦੇ ਵਿੱਚ ਹੀ ਹੈ ਬੱਚੇ, ਸਿਸਟਮ ਸੋਫਟਵੇਅਰ ਦੇ ਵਿੱਚ ਹੀ ਹੈ ਉਹਦੀ ਸੈਕਿੰਡ ਪੁਆਇੰਟ ਹੈ। ਫਸਟ ਡੈਫੀਨੇਸ਼ਨ ਲਿਖੀ ਸੀ, ਸੈਕਿੰਡ ਵੀ ਲਿਖ ਰਹੇ ਹਾਂ, ਡੈਫੀਨੇਸ਼ਨ ਟਾਈਪ ਹੀ ਹੈ। ਇਟ ਪ੍ਰੋਵਾਈਡਸ ਇੰਡੀਵਿਜੁਅਲ, ਸੋਰੀ, ਇਟ ਪ੍ਰੋਵਾਈਡਸ ਇੰਟਰਫੇਸ ਬਿਟਵੀਨ ਦੀ ਯੂਜ਼ਰ ਐਂਡ ਦੀ ਕੰਪੋਨੈਂਟ ਆਫ ਦੀ ਕੰਪਿਊਟਰ। ਠੀਕ ਹੈ, ਹੁਣ ਉਹ ਕੁਸ਼ਚਨ ਕਿਸ ਤਰ੍ਹਾਂ ਆ ਸਕਦੇ ਆ, ਡੈਸ਼ ਇਜ਼ ਦੀ ਫੰਕਸ਼ਨੈਲਿਟੀ ਆਫ ਦੀ ਸਿਸਟਮ ਸੋਫਟਵੇਅਰ, ਏ ਆਪਸ਼ਨ, ਬੀ ਆਪਸ਼ਨ, ਸੀ ਆਪਸ਼ਨ, ਡੀ ਆਪਸ਼ਨ, ਕਿਤੇ ਇੱਕ ਦੇ ਵਿੱਚ ਪਾਇਆ ਹੋਏਗਾ, ਮੈਨੇਜਿੰਗ ਕੰਪਿਊਟਰ ਰਿਸੋਰਸਿਸ, ਕੰਪਿਊਟਰ ਕੰਪੋਨੈਂਟਸ।
ਤਾਂ ਤੁਸੀਂ ਕਿੱਥੇ ਲੱਗਣਾ, ਸਿਸਟਮ ਸੋਫਟਵੇਅਰ ਕੀ ਹੈ, ਮੈਨੇਜਰ ਹੈ, ਆਫਿਸ ਦਾ ਕੀ ਹੈ, ਮੈਨੇਜਰ ਹੈ। ਅੱਗੇ ਲਿਖੋ ਐਪਲੀਕੇਸ਼ਨ ਸੋਫਟਵੇਅਰ ਕੀ ਹੁੰਦੇ ਆ, ਵਟ ਆਰ ਐਪਲੀਕੇਸ਼ਨ ਸੋਫਟਵੇਅਰ, ਇਟ ਇਜ਼ ਅ ਕੰਪਿਊਟਰ ਸੋਫਟਵੇਅਰ designed to help the user to perform designed to help the user to perform single or multiple tasks. It is also, they are also called, second point, they are also called, ਜਦੋਂ ਵੀ ਕੋਈ ਲਿਖਣਾ ਪੁਆਇੰਟਸ ਦੇ ਵਿੱਚ ਲਿਖਿਆ ਕਰੋ, ਉਹਨੂੰ ਜਦੋਂ ਤੁਸੀਂ ਰੀਡ ਕਰਨਾ ਹੈ, ਰਿਵਾਈਜ਼ ਕਰਨਾ, ਉਹ ਈਜ਼ੀ ਹੋ ਜਾਂਦਾ ਹੈ ਰੈਦਰ ਦੈਨ ਪੈਰਾਗ੍ਰਾਫ ਬਣਾਤਾ। ਕਿਉਂਕਿ ਹੁਣ ਆਪਾਂ ਕੋਈ ਆਪਣੀ ਥਰੈਟੀਕਲ ਕਲਾਸਿਸ ਦੀ ਤਿਆਰੀ ਤਾਂ ਕਰ ਨਹੀਂ ਰਹੇ ਵੀ ਉਹ ਪੈਰਾਗ੍ਰਾਫ ਅੱਧੇ ਪੇਪਰ 'ਚ ਲਿਖ ਕੇ ਆਉਣਾ, ਆਪਾਂ ਤਾਂ ਪੁਆਇੰਟਸ ਨੂੰ ਦੇਖਣੇ ਆ ਵੀ ਬੁਲੇਟਸ ਦੇ ਵਿੱਚ, ਸਾਰੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਬੁਲੇਟਸ ਫੋਰਮ ਦੇ ਵਿੱਚ ਹੋਣੀ ਚਾਹੀਦੀ ਹੈ, ਠੀਕ ਹੈ। ਐਪਲੀਕੇਸ਼ਨ ਸੋਫਟਵੇਅਰ ਆਰ ਆਲਸੋ ਕਾਲਡ ਐਂਡ ਯੂਜ਼ਰ ਪ੍ਰੋਗਰਾਮਸ, ਐਂਡ ਸਰ ਸੈਕਿੰਡ ਪੁਆਇੰਟ ਰਿਪੀਟ ਕਰਨਾ, ਐਪਲੀਕੇਸ਼ਨ ਸੋਫਟਵੇਅਰਸ ਆਰ ਆਲਸੋ ਕਾਲਡ ਐਂਡ ਯੂਜ਼ਰ ਪ੍ਰੋਗਰਾਮਸ, ਈ ਐਨ ਡੀ ਯੂਜ਼ਰ, ਯੂ ਐਸ ਈ ਆਰ ਪ੍ਰੋਗਰਾਮਸ, ਐਂਡ ਯੂਜ਼ਰ ਪ੍ਰੋਗਰਾਮਸ। ਯੂਜ਼ਰ ਕੌਣ ਕੌਣ ਹੁੰਦਾ, ਸਾਡੇ ਵਰਗੇ ਬੰਦੇ ਜੋ ਸਿਸਟਮ ਨੂੰ ਯੂਜ਼ ਕਰਦੇ ਨੇ, ਠੀਕ ਹੈ ਜੀ। ਅੱਗੇ ਲਿਖੋ ਟਾਈਪਸ ਆਫ ਆਪਰੇਟਿੰਗ ਸਿਸਟਮ, ਇੰਪੋਰਟੈਂਟ, ਸੋਰੀ ਇੰਪੋਰਟੈਂਟ ਆਪਰੇਟਿੰਗ ਸਿਸਟਮਸ, ਟਾਈਪਸ ਹੋ ਗਈਆਂ ਸੀਗੀਆਂ, ਇੰਪੋਰਟੈਂਟ ਆਪਰੇਟਿੰਗ ਸਿਸਟਮ, ਠੀਕ ਹੈ। ਤਾਂ ਇਹ ਵੀ ਕਾਫੀ ਜ਼ਿਆਦਾ, ਇਹ ਤੋਂ ਇੱਕ ਕੁਸ਼ਚਨ ਬਣ ਸਕਦਾ ਪੇਪਰ ਦੇ ਵਿੱਚ, ਜਿਸ ਤਰ੍ਹਾਂ ਪ੍ਰੋਗਰਾਮਿੰਗ ਲੈਂਗੁਏਜਿਸ ਦੇ ਨਾਮ ਤੋਂ ਬਣ ਗਿਆ ਸੀ ਨਾ ਕੁਸ਼ਚਨ ਕਿ ਵਿਚ ਆਫ ਦੀ ਫੋਲੋਇੰਗ ਇਜ਼ ਅ ਹਾਈ ਲੈਵਲ ਲੈਂਗੁਏਜ, ਜਾਂ ਵਿਚ ਆਫ ਦੀ ਫੋਲੋਇੰਗ ਇਜ਼ ਅ ਵੈਬ ਡਿਜ਼ਾਈਨਿੰਗ ਲੈਂਗੁਏਜ, ਠੀਕ ਹੈ। ਤਾਂ ਮੈਂ ਥੋੜ੍ਹੇ ਜਿਹੇ ਲਿਖਾਵਾਂਗਾ, ਤੁਸੀਂ ਇੰਟਰਨੈਟ 'ਤੇ ਕਰਨਾ, ਕਿਉਂਕਿ ਕਾਫੀ ਜ਼ਿਆਦਾ ਨਵੇਂ ਆਪਰੇਟਿੰਗ ਸਿਸਟਮ ਆ ਗਏ, ਤੁਸੀਂ ਸਰਚ ਕਰੋਗੇ ਤੁਹਾਡਾ ਇੰਟਰਸਟ ਵੀ ਇਨਕਰੀਜ਼ ਹੋਏਗਾ ਤੁਹਾਡਾ। ਤਾਂ ਤੁਸੀਂ ਉੱਥੋਂ ਲਿਸਟ ਲੈ ਕੇ ਆਉਣੀ ਹੈ 8-10 ਦੀ, ਜਿਹੜੇ ਆਪਰੇਟਿੰਗ ਸਿਸਟਮ ਦੇ ਨੇਮਸ ਨੇ, ਠੀਕ ਹੈ। ਹੁਣ ਉਹ ਮਾਈਕਰੋਸੋਫਟ ਵਿੰਡੋਜ਼ ਤਾਂ ਪਾਏਗਾ ਨਹੀਂ, ਠੀਕ ਹੈ। ਉਸ ਤੋਂ ਬਾਅਦ ਐਪਲ ਦਾ ਮੈਕਿੰਟੋਸ਼ ਹੈ, ਇਹ ਵੀ ਕਾਫੀ ਨੂੰ ਪਤਾ ਹੈ, ਇਹ ਵੀ ਨਹੀਂ ਪਾਏਗਾ। ਸੋ ਕਿਹੜਾ ਪਾਏਗਾ, ਕੋਈ ਲੇਟੈਸਟ ਡਿਵੈਲਪ ਹੋਇਆ ਜਾਂ ਲੇਟੈਸਟ ਕੋਈ ਸਿਸਟਮ ਹੈਕ ਹੋ ਗਿਆ, ਉਹ ਨਿਊਜ਼ 'ਚ ਆਇਆ, ਤਾਂ ਉਹ ਨੇਮ ਪਾਏਗਾ, ਵਿਚ ਆਫ ਦੀ ਫੋਲੋਇੰਗ ਇਜ਼ ਐਨ ਓਪਰੇਟਿੰਗ ਸਿਸਟਮ, ਬਾਕੀ ਨਹੀਂ ਹੋਣਗੇ ਇੱਕ ਹੋਏਗਾ, ਜਾਂ ਤਿੰਨ ਹੋਣਗੇ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਓਪਰੇਟਿੰਗ ਸਿਸਟਮ, ਤਿੰਨ ਹੋਣਗੇ ਇੱਕ ਨਹੀਂ ਹੋਏਗਾ। ਫਸਟ ਲਿਖੋ ਯੂਨਿਕਸ, ਇਹਨਾਂ ਦੇ ਨਾਮ ਬੜੇ ਵਧੀਆ ਹੁੰਦੇ ਆ, ਯੂਨਿਕਸ, ਯੂਨਿਕਸ, ਫਿਰ ਐਪਲ ਮੈਕਿੰਟੋਸ਼,
ਲੀਨਿਕਸ ਵਿੰਡੋਜ਼ ਵਿੰਡੋਜ਼ ਠੀਕ ਹੈ, ਚਾਰ ਮੇਲ ਨਹੀਂ ਚੱਲਦੇ ਨੇ, ਉਸ ਤੋਂ ਬਾਅਦ ਵੀ ਹੈ ਬਹੁਤ ਹੈ, ਲਿਖ ਲਓ ਫਿਡੋਰਾ, ਕਾਲੀ ਲੀਨਿਕਸ, ਯੂਬੁੰਟੂ, ਸਨ, ਡੋਸ, ਡੋਸ ਸੁਣਿਆ ਹੋਣਾ, ਡੋਸ ਓਪਰੇਟਿੰਗ ਸਿਸਟਮ, ਲੀਨਿਕਸ, ਕਾਲੀ ਲੀਨਿਕਸ, ਯੂਨਿਕਸ ਹਾਂ ਇਹ ਠੀਕ ਹੈ। ਸੋ ਜਿਹੜਾ ਐਪਲ ਦਾ ਲੈਪਟੋਪਸ ਵਾਸਤੇ ਆਉਂਦਾ ਦੈਟ ਇਜ ਕਾਲਡ ਮੈਕ, ਮੈਕਿੰਟੋਸ਼, ਜਿਹੜਾ ਫੋਨ ਦੇ ਵਿੱਚ ਆਉਂਦਾ ਉਹ ਕੀ ਹੈ ਤੁਹਾਡਾ ਆਈਓਐਸ। ਇੱਥੇ ਥੋੜ੍ਹਾ ਜਿਹਾ ਕਨਫਿਊਜ਼ ਕਰ ਸਕਦਾ ਤੁਹਾਨੂੰ ਉਹ, ਯੂਜ ਆਈਓਐਸ ਪਾ ਕੇ ਤੁਸੀਂ ਦੇਖੋਗੇ ਇਹ ਵੀ ਓਪਰੇਟਿੰਗ ਸਿਸਟਮ ਹੈ, ਉੱਥੇ ਟਿਕ ਕਰ ਦੋਗੇ ਓਪਰੇਟਿੰਗ ਸਿਸਟਮ, ਬਟ ਉਹ ਮੋਬਾਈਲ ਓਪਰੇਟਿੰਗ ਸਿਸਟਮ ਹੈ, ਕੰਪਿਊਟਰ ਓਪਰੇਟਿੰਗ ਸਿਸਟਮ ਨਹੀਂ ਹੈ ਠੀਕ ਹੈ। ਮੋਬਾਈਲ ਦੇ ਅਲੱਗ ਲਿਖ ਲਓ ਬੱਚੇ, ਲਿਖ ਲਓ ਮੋਬਾਈਲ ਦੇ, ਦੀਸ ਆਰ ਕੰਪਿਊਟਰ ਓਪਰੇਟਿੰਗ ਸਿਸਟਮ ਠੀਕ ਹੈ। ਇੱਕ ਪਾਸੇ ਮੋਬਾਈਲ ਦੇ ਵੀ ਲਿਖੀ ਲਓ ਕਿਉਂਕਿ ਟੋਪਿਕ ਚੱਲਿਆ ਹੋਇਆ, ਲਿੰਕ ਅਪ 'ਚ ਹੋ ਜਾਏਗਾ। ਹਾਂਜੀ ਮੋਬਾਈਲ ਦੇ ਬੋਲੋ, ਐਂਡਰਾਇਡ ਫਸਟ ਹੈ, ਐਂਡਰਾਇਡ ਫਿਰ ਸਿੰਬੀਅਨ ਕਿਸਦਾ ਹੈ, ਸਿੰਬੀਅਨ ਸੁਣਿਆ ਨੀ ਹੋਣਾ, ਨੋਕੀਆ ਜਿਹੜੇ ਥੋੜੇ ਜਿਹੇ ਨੋਕੀਆ ਦੇ ਚੱਲਦੇ ਸੀ, ਐਨ ਸੀਰੀਜ਼, N71, N72, ਉਹਨਾਂ ਦੇ ਵਿੱਚ ਸਿੰਬੀਅਨ ਹੁੰਦਾ ਸੀਗਾ, ਉੱਥੋਂ ਉਸ ਤੋਂ ਬਾਅਦ ਫਿਰ ਸਿੱਧਾ ਸਮਾਰਟਫੋਨ ਆ ਗਏ ਸੀਗੇ। ਹਾਂਜੀ iOS, i ਛੋਟਾ ਪੈਂਦਾ, OS ਲਿਖਣ ਦਾ ਸਟਾਈਲ ਐਪਲ ਦਾ, ਬਲੈਕਬੈਰੀ ਹੁਣ ਇਹ ਵੀ ਨਹੀਂ ਆਉਣਗੇ, ਕਿਹੜੇ ਆਉਣਗੇ, ਲੇਟੈਸਟ ਜਿਹੜੇ ਨਿਊਜ਼ 'ਚ ਆਏ ਹੈ। ਹੁਣ ਇੱਕ ਕੰਪਨੀ ਹੈ ਚਾਈਨਾ ਦੀ, ਹੁਵਾਈ, ਸੁਣਿਆ ਹੁਣ ਉਹਦਾ ਸਾਈਨ ਜਿਹਾ ਬਣਾਇਆ ਜਿਵੇਂ ਸਨ ਗਲੋ ਜਿਹਾ ਕਰ, ਬੜਾ ਅੱਛਾ ਸਾਈਨ, ਔਰੇਂਜ ਕਲਰ ਦਾ, ਹੁਵਾਈ ਠੀਕ ਹੈ। ਉਹਨੂੰ ਉੱਥੇ ਸੈਂਕਸ਼ਨ ਲਗਾ ਤੇ US ਨੇ, ਐਂਡਰਾਇਡ ਨੇ ਵੀ ਉਹਨੂੰ ਬਲੈਕਲਿਸਟ ਕਰਤਾ ਠੀਕ ਹੈ। ਐਂਡਰਾਇਡ ਕਿਸਦਾ, ਗੂਗਲ ਦਾ, ਗੂਗਲ ਨੇ ਉਹਨੂੰ ਬੈਨ ਕਰਤਾ ਕਿਉਂਕਿ ਗੂਗਲ USA ਦੀ ਹੈ, USA ਦੀ ਗਵਰਨਮੈਂਟ ਨੇ ਕਿਹਾ ਗੂਗਲ ਨੂੰ ਇਹਨੂੰ ਬਲੈਕਲਿਸਟ ਕਰ ਦਿਓ। ਤਾਂ ਉਹਨਾਂ ਦੇ ਡਿਵਾਈਸਿਸ ਦੇ ਵਿੱਚ ਪਹਿਲਾਂ ਕੀ ਚੱਲਦਾ ਸੀਗਾ, ਗੂਗਲ ਦਾ ਐਂਡਰਾਇਡ, ਉਹ ਬੰਦ ਹੋ ਗਿਆ। ਹੁਣ ਉਹਨਾਂ ਨੇ ਆਪਣਾ ਬਣਾਇਆ, ਕੋਈ ਹੁਵਾਈ ਨੇ ਆਪਣਾ ਓਪਰੇਟਿੰਗ ਸਿਸਟਮ ਬਣਾਇਆ, ਉਹਦਾ ਨੇਮ ਆ ਸਕਦਾ, ਉਹ ਲੱਭ ਕੇ ਲੈ ਕੇ ਆਇਆ, ਮੈਨੂੰ ਦੱਸ ਦਿਓ। ਹੁਵਾਈ ਦਾ ਜਿਹੜਾ ਲੇਟੈਸਟ ਹੈ ਉਹ ਕੀ ਹੈ ਠੀਕ ਹੈ। ਗੂਗਲ ਦੇ ਫੋਨ ਦੀ, ਜਿਹੜੇ ਗੂਗਲ ਦੇ ਮੋਬਾਈਲ ਫੋਨਸ ਆਉਂਦੇ ਆ ਉਹਨਾਂ ਦੀ ਸੀਰੀਜ਼ ਦਾ ਕੀ ਨੇਮ ਹੈ, ਪਿਕਸਲ। ਹਰ ਇਹਦੀ ਸੀਰੀਜ਼ ਚੱਲਦੀ ਹੈ ਪਿਕਸਲ। ਸੈਮਸੰਗ ਦੀ ਕਿਹੜੀ ਹੈ, ਗਲੈਕਸੀ। ਸੋ ਇਹਨਾਂ ਤੇ ਵੀ ਕਈ ਵਾਰੀ ਪੁੱਛ ਲੈਂਦਾ ਕੁਸ਼ਚਨ ਵੀ ਇਹ ਗਲੈਕਸੀ, ਕਿਉਂਕਿ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਹੈ, 2010 2009 ਤੋਂ ਗਲੈਕਸੀ ਲਾਂਚ ਹੋਇਆ ਸੀ, 2009 ਦੇ ਵਿੱਚ, ਹੁਣ ਤੱਕ ਗਲੈਕਸੀ 20 ਤੱਕ ਪਹੁੰਚ ਗਏ ਸ਼ਾਇਦ, ਉਦੋਂ 1 ਆਇਆ ਸੀ, 1 ਜਾਂ 2, ਇਸ ਤਰ੍ਹਾਂ ਦੇ ਗਲੈਕਸੀ ਤੇ ਉਹਨਾਂ ਦੇ ਹੈਗਾ ਪਿਕਸਲ।
ਪਿਕਸਲ ਜਿਹੜੇ ਪਾਪੂਲਰ ਸੀਰੀਜ਼ ਨੇ। ਹਾਂਜੀ, ਜਿੱਥੇ ਪ੍ਰੋਗਰਾਮਿੰਗ ਲੈਂਗੁਏਜਿਸ ਕੀਤੀਆਂ ਸੀ ਨਾ, ਜਿੱਥੇ ਪ੍ਰੋਗਰਾਮਿੰਗ ਲੈਂਗੁਏਜਿਸ ਕੀਤੀਆਂ ਸੀ ਆਪਾਂ, ਉੱਥੇ ਜੇ ਸਪੇਸ ਹੈ ਤਾਂ ਠੀਕ ਹੈ, ਨਹੀਂ ਤਾਂ ਇੱਥੋਂ ਹੀ ਕੰਟੀਨਿਊ ਕਰ ਲਓ। ਟਾਈਪਸ ਆਫ ਐਰਰ, ਟੌਪਿਕ ਦਾ ਨੇਮ ਹੈ ਟਾਈਪਸ ਆਫ ਐਰਰ। ਇੰਪੋਰਟੈਂਟ ਟੌਪਿਕ ਹੈ, ਜੇ ਪੇਪਰ ਈਜ਼ੀ ਆਇਆ ਤਾਂ ਇਹਦੇ ਵਿੱਚੋਂ ਪੱਕਾ ਆਏਗਾ ਇੱਕ ਕੁਸ਼ਚਨ ਐਰਰ। ਇਹ ਪ੍ਰੋਗਰਾਮਿੰਗ ਲੈਂਗੁਏਜਿਸ ਟੌਪਿਕ ਕੀਤਾ ਸੀ। ਸਭ ਤੋਂ ਪਹਿਲਾਂ ਲਿਖ ਲਓ ਐਰਰ ਹੁੰਦਾ ਕੀ ਹੈ, ਵਨ ਲਾਈਨ ਡੈਫੀਨੇਸ਼ਨ। ਵਰਡ ਤਾਂ ਸੁਣਿਆ ਹੋਣਾ ਐਰਰ ਆ ਰਿਹਾ ਹੈ, ਵੀ ਐਰਰ ਆ ਗਿਆ, ਹਨਾ, ਹੁੰਦਾ ਕੀ ਐਰਰ। ਐਨ ਐਰਰ ਕਿਸ ਦੇ ਵਿੱਚ ਹੁੰਦਾ ਹੈ, ਪ੍ਰੋਗਰਾਮ ਦੇ ਵਿੱਚ। ਐਨ ਐਰਰ ਇਨ ਅ ਪ੍ਰੋਗਰਾਮ ਇਜ ਕਾਲਡ ਅ ਬੱਗ, ਬੀ ਯੂ ਜੀ। ਐਰਰ ਇਨ ਅ ਪ੍ਰੋਗਰਾਮ ਇਜ ਕਾਲਡ ਬੱਗ, ਬੀ ਯੂ ਜੀ, ਬੱਗ। ਅੱਗੇ ਲਿਖੋ ਟਾਈਪਸ ਆਫ ਐਰਰ। ਇਹ ਕੁਸ਼ਚਨ ਮੈਂ ਅੱਜ ਹੀ ਪੜ੍ਹਿਆ ਸੀਗਾ। ਵਿਚ ਆਫ ਦੀ ਫੋਲੋਇੰਗ ਇਜ ਕਾਲਡ ਐਰਰ ਇਨ ਪ੍ਰੋਗਰਾਮ, ਵਿਚ ਆਫ ਦੀ ਫੋਲੋਇੰਗ ਇਜ ਕਾਲਡ ਐਰਰ ਇਨ ਪ੍ਰੋਗਰਾਮ। ਬਾਕੀ ਆਪਸ਼ਨ ਸੀ, ਇੱਕ ਆਪਸ਼ਨ ਸੀ ਬੱਗ। ਕੰਪਿਊਟਰ ਸਾਇੰਸ ਦੇ ਵਿੱਚ ਕੀ ਹੈ ਕਿ ਟਰਮਸ ਇਹਨਾਂ ਨੇ ਸਾਰੀਆਂ ਉੱਥੋਂ ਲਈ, ਕਾਮਨ ਜੋ ਸਿਸਟਮ ਚੱਲ ਰਿਹਾ ਰੀਅਲ ਲਾਈਫ ਦੇ ਵਿੱਚੋਂ ਲਈਆਂ ਨੇ, ਆਪਣੇ ਵਿੱਚ ਇੰਪੋਰਟ ਕਰਕੇ ਉਹਨੂੰ ਨਵਾਂ ਨਾਮ ਦਿੱਤਾ। ਐਰਰ ਹੈ, ਟਾਈਪਿੰਗ ਐਰਰ ਹੈ, ਆਪਾਂ ਕਹਿੰਦੇ ਨੇ ਟਾਈਪਿੰਗ ਐਰਰ ਹੈ, ਤਾਂ ਹੈ ਤਾਂ ਚੀਜ਼ ਉਹੀ ਐਰਰ, ਬਟ ਕੰਪਿਊਟਰ ਸਾਇੰਸ ਦੇ ਵਿੱਚ ਉਹਦਾ ਨਾਮ ਕੀ ਲਿਖਤਾ, ਬੱਗ। ਹੁਣ ਐਰਰ ਵੀ ਲਿਖਿਆ ਹੋ ਸਕਦਾ, ਬੱਗ ਵੀ ਲਿਖਿਆ ਹੋ ਸਕਦਾ। ਹੁਣ ਐਗਜ਼ਾਮਿਨਰ ਐਰਰ ਲਿਖੇਗਾ, ਸਭ ਨੂੰ ਪਤਾ ਹੈ ਉਹ ਕੀ ਲਿਖੇਗਾ, ਇੰਨਾ ਕੁ ਜਦੋਂ ਪੜ੍ਹਨਾ ਖਿਆਲ ਰੱਖਣਾ, ਜੋ ਪੜ੍ਹਨਾ ਖਿਆਲ ਰੱਖਣਾ ਵੀ ਇਹ ਚੀਜ਼ ਤਾਂ ਮੈਨੂੰ ਵੀ ਪਤਾ ਸੀਗੀ, ਬਟ ਕੰਪਿਊਟਰ ਸਾਇੰਸ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ, ਉਹ ਆਏਗਾ ਐਗਜ਼ਾਮ ਦੇ ਵਿੱਚ, ਰੈਦਰ ਦੈਨ ਕਿ ਡਾਇਰੈਕਟ ਐਰਰ ਨਹੀਂ ਆਏਗਾ, ਬੱਗ ਆਏਗਾ। ਟਾਈਪਸ ਆਫ ਐਰਰ, ਫਸਟ ਇਜ਼ ਯੋਰ ਸਿੰਟੈਕਸ ਐਰਰ, ਫਿਰ ਹੈ ਸੀਮੈਂਟਿਕ ਐਰਰ, ਥਰਡ ਹੈ ਲੋਜੀਕਲ ਐਰਰ, ਫੋਰਥ ਹੈ ਰਨ ਟਾਈਮ ਐਰਰ। ਚਾਰ ਟਾਈਪਸ ਦੇ ਵਿੱਚ ਅਸੀਂ ਐਰਰਸ ਨੂੰ ਕੈਟਾਗਰਾਈਜ਼ ਕਰ ਦਿੰਦੇ ਹਾਂ, ਠੀਕ ਹੈ। ਬੋਰ ਤਾਂ ਨਹੀਂ ਹੋ ਰਹੇ, ਕਰਨਾ ਤਾਂ ਪੈਣੀ ਬੱਚੇ, ਇੰਟਰਸਟ ਲੈ ਕੇ ਕਰ ਲਓ, ਤੁਹਾਡੇ ਫਾਇਦੇ ਲਈ ਹੈ, ਮੈਨੂੰ ਤਾਂ ਆਉਂਦਾ ਸਾਰਾ, ਮੈਂ ਤਾਂ ਬਿਨਾਂ ਕਾਪੀ ਦੀ ਪੜ੍ਹਾ ਸਕਦਾ। ਉਹ ਚਲੋ ਦੇਖੀ ਤਾਂ ਤਾਂ ਵੀ ਇੱਕ ਸੀਰੀਜ਼ ਬਣ ਜਾਂਦੀ, ਨਹੀਂ ਤਾਂ ਕੱਲ ਮੈਂ ਇੰਨੀ ਬੁੱਕ ਚੁੱਕੀ ਤਾਂ ਵਿੱਚ ਟੌਪਿਕ ਰਹਿ ਗਏ, ਉਹ ਫਿਰ ਅੱਜ ਅੱਜ ਇੰਸਰਟ ਕਰ ਰਹੇ ਆਪਾਂ ਜਿੱਥੇ ਜਿੱਥੇ ਰਹਿ ਗਈ ਸੀ ਟੌਪਿਕ, ਠੀਕ ਹੈ। ਟਾਈਪਸ ਆਫ ਐਰਰ,
ਸਾਡੀ ਹਿਊਮਨ ਨੇਚਰ ਆ, ਸਾਨੂੰ ਕੋਈ ਪੜ੍ਹਾ ਰਿਹਾ ਸਾਨੂੰ ਲੱਗਦਾ ਵੀ ਉਹਦਾ ਹੀ ਫਾਇਦਾ, ਵੀ ਜਿਹੜਾ ਪੜ੍ਹਾ ਰਿਹਾ ਨਾ ਸ਼ਾਇਦ ਇੰਨੀ ਕੁਛ ਲੱਗ ਜਾਣਾ ਨੌਕਰੀ, ਫਾਇਦਾ ਸਾਡਾ। ਸ਼ੁਰੂ ਤੋਂ ਬੱਚੇ ਨੂੰ ਜਦੋਂ ਪੜ੍ਹਾਉਂਦੇ ਆਪਾਂ ਘਰ ਦੇ ਵਿੱਚ, ਉਦੋਂ ਤੋਂ ਰਜਿਸਟੈਂਸ ਆਉਂਦੀ ਹੈ ਵੀ ਮੈਂ ਨਹੀਂ ਪੜ੍ਹਦਾ, ਫਾਇਦਾ ਤਾਂ ਉਹਦਾ ਹੀ ਹੈ। ਤੇ ਇਹ ਵੀ ਪਤਾ ਆਉਣਾ ਪੇਪਰ ਦੇ ਵਿੱਚ, ਇਹ ਤਾਂ ਹੈ ਨਹੀਂ ਵੀ ਮੈਂ ਹੋਰ ਤੁਹਾਨੂੰ ਕਰਾ ਰਿਹਾ ਵੀ ਸ਼ਾਇਦ ਡਾਊਟ ਆ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਹਰੇਕ ਪੇਪਰ ਦੇ ਵਿੱਚ ਕੰਪਿਊਟਰ ਆਉਣਾ ਆਉਣਾ, ਪੰਜਾਬ ਦਾ ਦੇ ਰਹੇ ਹੋ ਤਾਂ ਘੱਟ ਆ ਰਿਹਾ, ਸੈਂਟਰ ਦਾ ਦੇ ਰਹੇ ਹੋ ਜਾਂ ਜਿਵੇਂ ਦੱਸਿਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਦੇ ਰਹੇ ਹੋ ਤਾਂ ਕਾਫੀ ਜ਼ਿਆਦਾ ਆ ਰਿਹਾ, ਸਕੋਰਿੰਗ ਆ, ਛੱਡ ਨਹੀਂ ਸਕਦੇ। ਠੀਕ, ਕੋਈ ਪੇਪਰ ਲੈ ਲਓ ਬੱਚੇ, ਜੇ 100 ਨੰਬਰ ਦਾ ਪੇਪਰ ਹੈ ਨਾ, ਧਿਆਨ ਨਾਲ ਦੇਖੋ, ਜੇ 100 ਨੰਬਰ ਦਾ ਪੇਪਰ ਹੈ ਤੇ ਜੇ 1000 ਪੋਸਟ ਹੈ, ਸਪੋਜ਼ ਕਰੋ ਜਿਵੇਂ ਪਟਵਾਰੀ ਦਾ ਦੀ ਗੱਲ ਕਰੀਏ, 100 ਨੰਬਰ ਦਾ ਪੇਪਰ ਹੈ, ਪੋਸਟ ਕਿੰਨੀ ਹੈ 1000, ਤਾਂ ਤੁਸੀਂ ਮੰਨ ਕੇ ਚੱਲੋ ਵੀ ਕੱਟ ਆਫ 90+ ਜਾਏਗੀ, ਤੁਹਾਡੇ ਕੋਲ ਸਿਰਫ ਮਾਰਜਨ ਕਿੰਨੇ ਕੁਸ਼ਚਨ ਹੈ, 10 ਕੁਸ਼ਚਨ ਦਾ ਮਾਰਜਨ ਹੈ। ਵੀ 10 ਕੁਸ਼ਚਨ ਜੇ ਨਹੀਂ ਆਉਂਦੇ ਤਾਂ 90 ਆਉਣਗੇ ਨਾ, ਸਿਰਫ 10 ਕੁਸ਼ਚਨ ਦਾ ਮਾਰਜਨ ਹੈ ਇਹ ਸੋਚ ਕੇ ਚੱਲੋ। ਜੇ 1000 ਪੋਸਟ ਹੈ, ਪਿੱਛੇ ਜੇ ਕੋਈ ਦੱਸ ਰਿਹਾ ਸੀ PSPCL ਦੀ ਥੋੜ੍ਹੀ ਜਿਹੀ ਪੋਸਟਾਂ ਸੀਗੀਆਂ, ਕੱਟ ਆਫ ਕਿੰਨੀ ਗਈ, ਕੁਛ 4 ਬੱਚਿਆਂ ਦੇ 100 ਚੋਂ 100 ਸੀਗੇ, ਫਿਰ 99.5 ਤੇ ਵੀ ਕੁਛ ਬੱਚੇ ਸੀ, ਉਹ 10-12 ਪੋਸਟਾਂ ਸੀ ਭਰ ਗਈਆਂ ਉੱਥੇ, ਤਾਂ ਇੱਕ ਵੀ ਕੁਸ਼ਚਨ ਦਾ ਮਾਰਜਨ ਨਹੀਂ ਹੈ, ਇੱਕ ਵੀ ਕੁਸ਼ਚਨ ਦਾ ਮਾਰਜਨ ਨਹੀਂ ਹੈ। 1000 ਪੋਸਟ ਪਿੱਛੇ ਸਿਰਫ 10, ਹੋ ਸਕਦਾ ਇਹ ਵੀ 95 ਚਲੀ ਜਾਵੇ ਇਸ ਵਾਰ ਪਟਵਾਰੀ ਦੀ, ਇਹ ਵੀ ਹੋ ਸਕਦਾ 95 ਚਲੇ ਜਾਵੇ। ਸਿਰਫ ਤੁਹਾਡੇ ਕੋਲ ਮਾਰਜਨ ਕਿੰਨਾ, ਸਿਰਫ 5 ਜਾਂ 10 ਕੁਸ਼ਚਨ ਦਾ ਮਾਰਜਨ ਹੈ, ਜਿਹੜੇ ਜਿਹਨੂੰ ਤੁਸੀਂ ਕਹਿ ਸਕਦੇ ਵੀ ਚੱਲ ਨਹੀਂ ਆਉਂਦੇ ਤਾਂ ਕੋਈ ਗੱਲ ਨਹੀਂ ਪੇਪਰ ਪਾਸ ਹੋ ਜਾਏਗਾ। 90 ਤੇ ਕੋਈ ਗਰੰਟੀ ਨਹੀਂ ਹੈ ਵੀ ਤੁਹਾਡਾ ਨੰਬਰ ਆ ਜਾਏਗਾ, ਹੋ ਸਕਦਾ 91 ਤੇ ਬੰਦ ਹੋ ਜਾਏ, 92 ਤੇ ਬੰਦ ਹੋ ਜਾਏ, ਕਿਉਂਕਿ ਪੋਸਟ ਬਹੁਤ ਜ਼ਿਆਦਾ, ਤਾਂ ਮੈਂ 90 ਕਿਹਾ। ਜੇ ਪੋਸਟ ਘੱਟ ਨੇ, ਜਿਵੇਂ ਤੁਸੀਂ ਕੋਈ ਫਿਲ ਕੀਤੀ ਪੋਸਟ, ਜਿਵੇਂ ਚੰਡੀਗੜ੍ਹ ਦੀਆਂ 10-10 ਪੋਸਟ ਨੇ, ਤਾਂ ਉੱਥੇ ਥੋੜ੍ਹੀ 100 ਚੋਂ 90 ਜਾਏਗੀ ਮੈਰਿਟ, 100 ਚੋਂ 99 ਮੈਰਿਟ ਜਾਏਗੀ ਉੱਥੇ। ਸੋ ਇੱਕ ਕੁਸ਼ਚਨ ਗਲਤ ਹੋਏਗਾ ਤਾਂ ਠੀਕ ਹੈ, ਸਾਰੇ ਠੀਕ ਹੋਣੇ ਚਾਹੀਦੇ ਕੁਸ਼ਚਨ। ਸੋ ਇਹਨੂੰ ਇਗਨੋਰ ਨਹੀਂ ਕਰ ਸਕਦੇ, ਕੰਪਿਊਟਰ ਸਾਇੰਸ ਕਿਸੇ ਨੂੰ ਵੀ ਇਗਨੋਰ ਨਹੀਂ ਕਰ ਸਕਦੇ, ਐਗਰੀਕਲਚਰ, ਇੰਗਲਿਸ਼ ਲੈਂਗੁਏਜ, ਮੈਥਮੈਟਿਕਸ, ਰੀਜਨਿੰਗ, ਸਾਰੇ ਇਕੁਅਲੀ ਇੰਪੋਰਟੈਂਟ ਹੈ। ਸੋ ਐਰਰ ਨੂੰ ਕੀ ਕਿਹਾ ਜਾਂਦਾ ਬੱਚੇ, ਬੱਗ। ਟਾਈਪ ਆਫ ਐਰਰ ਕੀ ਹੈ, ਸਿੰਟੈਕਸ ਐਰਰ। ਐਰਰ ਹੁੰਦਾ ਕਿੱਥੇ ਹੈ, ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਦੇ ਵਿੱਚ। ਹੁਣ ਪ੍ਰੋਗਰਾਮ ਦੇ ਵਿੱਚ ਐਰਰ ਆਉਂਦਾ ਕਿਸ ਤਰ੍ਹਾਂ, ਸਭ ਤੋਂ ਪਹਿਲਾਂ ਸਿੰਟੈਕਸ ਧਿਆਨ ਨਾਲ ਦੇਖੋ। ਸਿੰਟੈਕਸ ਹੁੰਦਾ ਕੀ ਹੈ, ਮੈਂ ਲਿਖ ਰਿਹਾ ਏ, ਇੱਕ ਲੈਂਗੁਏਜ ਦੇ ਵਿੱਚ ਮੈਂ ਪ੍ਰੋਗਰਾਮ ਲਿਖ ਰਿਹਾ ਬੱਚੇ, ਸੀ ਦੇ ਵਿੱਚ ਪ੍ਰੋਗਰਾਮ ਹੈ ਇਹ, ਇੰਟ ਏ ਕੌਮਾ ਬੀ ਸੈਮੀਕੋਲਨ। ਹੁਣ C++ ਦੇ ਵਿੱਚ ਰੂਲ ਹੈ ਕਿ ਐਵਰੀ ਸਟੇਟਮੈਂਟ, ਦਿਸ ਇਜ਼ ਕਾਲਡ 1 ਸਟੇਟਮੈਂਟ, ਐਵਰੀ ਸਟੇਟਮੈਂਟ ਤੋਂ ਬਾਅਦ ਸੈਮੀਕੋਲਨ ਆਏਗਾ, ਸੈਮੀਕੋਲਨ ਆਏਗਾ। ਠੀਕ ਹੈ, ਮੈਂ ਲਿਖਤਾ ਏ ਇਜ਼ ਇਕਲ ਟੂ 10, ਬੀ ਇਜ਼ ਇਕਲ ਟੂ 20। ਠੀਕ ਹੈ, ਇੱਕ ਸੀ ਵੇਰੀਏਬਲ ਵੀ ਲੈਣਾ ਪੈਣਾ, ਸੀ ਇਜ਼ ਇਕਲ ਟੂ ਏ ਪਲੱਸ ਬੀ। ਇੱਥੇ ਸੈਮੀਕੋਲਨ ਪਾਉਣਾ ਭੁੱਲ ਗਿਆ ਮੈਂ, ਇੱਥੇ ਸੈਮੀਕੋਲਨ ਪਾਉਣਾ ਭੁੱਲ ਗਿਆ। ਠੀਕ ਹੈ, ਸੋ ਦਿਸ ਇਜ਼ ਕਾਲਡ ਸਿੰਟੈਕਸ ਐਰਰ। ਇਹ ਜੋ ਮੈਂ ਲਿਖਿਆ, ਇਹ ਜੋ ਮੈਂ ਲਾਈਨਸ ਲਿਖੀਆਂ ਨੇ ਨਾ, ਇਹਨੂੰ ਕਹਿੰਦੇ ਆ ਪ੍ਰੋਗਰਾਮ ਹੈ, ਪੂਰੇ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ। ਕੀਵਰਡਸ ਦੱਸ ਰਹੇ ਬੱਚੇ, ਪੂਰੇ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਇਸਨੂੰ ਕਿਹਾ ਜਾਂਦਾ ਹੈ ਕੋਡ, ਇਹਨੂੰ ਕਿਹਾ ਜਾਂਦਾ ਹੈ ਸਿੰਗਲ ਲਾਈਨ। ਤਾਂ ਇੱਕ ਵਰਡ ਬਣ ਗਿਆ LOC, ਲਾਈਨ ਆਫ ਕੋਡ। ਕਿੰਨੀਆਂ ਲਾਈਨਸ ਨੇ ਮੇਰੇ ਕੋਡ ਦੇ ਵਿੱਚ,
ਮੈਂ ਕਹਿੰਦਾ 100 10K ਕਿ ਮੇਰਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਕਿੰਨੀਆਂ ਲਾਈਨਸ ਨੇ, LOC ਲਾਈਨਸ ਆਫ ਕੋਡ। ਸਿੰਟੈਕਸ ਐਰਰ ਪਤਾ ਚੱਲ ਗਿਆ, ਪ੍ਰੋਗਰਾਮਰ ਦੀ ਟਾਈਪਿੰਗ ਮਿਸਟੇਕ ਹੈ, ਉਹਨੇ ਕੌਮੇ ਬਿੰਦੀਆਂ ਛੱਡਤੀਆਂ, ਦਿਸ ਇਜ਼ ਕਾਲਡ ਸਿੰਟੈਕਸ ਐਰਰ, ਇਟ ਇਜ਼ ਕਾਲਡ ਸਿੰਟੈਕਸ ਐਰਰ। ਲਿਖਾ ਦੀਏ ਤਾਂ ਫਿਰ ਤੁਹਾਨੂੰ ਯਾਦ ਹੋ ਜਾਏ, ਹੁਣ ਤਾਂ ਐਂ ਲੱਗਦਾ ਵੀ ਸਮਝ ਆ ਗਿਆ, ਪਰ 10 ਦਿਨ ਬਾਅਦ ਚੁੱਕੋਗੇ ਫਿਰ ਸਿੰਟੈਕਸ ਐਰਰ ਵਨ ਲਾਈਨ ਡੈਫੀਨੇਸ਼ਨ ਕੀ ਹੁੰਦੀ ਹੈ। ਹਾਂਜੀ ਆਨਲਾਈਨ ਬੱਚੇ ਪਤਾ ਲੱਗ ਰਿਹਾ? ਸਿੰਟੈਕਸ ਐਰਰ ਕਦੋਂ ਆਉਂਦਾ ਪ੍ਰੋਗਰਾਮ ਦੇ ਵਿੱਚ? ਵੈਨ ਦੀ ਰੂਲਸ ਆਫ ਦੀ ਪ੍ਰੋਗਰਾਮਿੰਗ ਲੈਂਗੁਏਜ, PL ਲਿਖ ਸਕਦੇ ਹੋ, ਪ੍ਰੋਗਰਾਮਿੰਗ ਲੈਂਗੁਏਜ ਨੂੰ ਸ਼ਾਰਟ ਫਾਰਮ ਹੈ PL। ਵੈਨ ਦੀ ਰੂਲਸ ਆਫ ਪ੍ਰੋਗਰਾਮਿੰਗ ਲੈਂਗੁਏਜ ਆਰ ਨਾਟ ਫੋਲੋਡ। ਇਸ ਸਾਰੇ ਐਰਰਸ ਬਾਰੇ ਕੌਣ ਦੱਸੇਗਾ? ਓਪਰੇਟਿੰਗ ਸਿਸਟਮ ਕੌਣ ਦੱਸੇਗਾ? ਗੈਸ ਕਰੋ। ਵਿੰਡੋਜ਼ ਕੰਪਾਈਲਰ। ਕਿਉਂ? ਇੰਗਲਿਸ਼ ਦੇ ਵਿੱਚ ਲਿਖਿਆ ਹੈ, ਹਾਈ ਲੈਵਲ ਲੈਂਗੁਏਜ ਹੈ, ਇਹਨੂੰ ਕੌਣ ਕਨਵਰਟ ਕਰ ਰਿਹਾ ਲੋ ਲੈਵਲ ਲੈਂਗੁਏਜ ਦੇ ਵਿੱਚ? ਕੰਪਾਈਲਰ। ਸੋ ਕੰਪਾਈਲਰ ਵਿਲ ਸ਼ੋ ਐਰਰ ਟੂ ਦੀ ਪ੍ਰੋਗਰਾਮਰ। ਸੋ ਸਿੰਟੈਕਸ ਐਰਰ ਕਦੋਂ ਆਉਂਦਾ ਹੈ? ਵੈਨ ਦੀ ਰੂਲਸ ਆਫ ਦੀ ਪ੍ਰੋਗਰਾਮਿੰਗ ਲੈਂਗੁਏਜਿਸ ਆਰ ਨਾਟ ਫੋਲੋ। ਸੋ ਹਰ ਇੱਕ ਪ੍ਰੋਗਰਾਮਿੰਗ ਲੈਂਗੁਏਜ ਦੇ ਰੂਲ ਆਪਣੇ ਆਪਣੇ ਆ, ਪਾਈਥਨ ਦੇ ਵਿੱਚ ਇਹ ਕੰਸੈਪਟ ਨਹੀਂ ਹੈ, ਕੌਮੇ ਬਿੰਦੀਆਂ ਹਟਾ ਤੀ ਉਹਨਾਂ ਨੇ ਵੀ ਲਾਉਣ ਦੀ ਲੋੜ ਹੀ ਨਹੀਂ ਹੈ, ਠੀਕ ਹੈ, ਹਰ ਇੱਕ ਦਾ ਆਪਣਾ ਆਪਣਾ ਹੈ। ਇਸੇ ਕਰਕੇ ਕਿਹਾ ਜਾਂਦਾ ਵੀ ਲੈਂਗੁਏਜ ਜਿਸ ਤਰ੍ਹਾਂ ਗ੍ਰੈਮਰ ਸਭ ਦੀ ਸੇਮ ਹੈ ਨਾ, ਪੰਜਾਬੀ ਦੀ ਗ੍ਰੈਮਰ ਵੀ ਸੇਮ ਹੈ, ਹਿੰਦੀ ਦੀ ਗ੍ਰਾਮਰ ਵੀ ਸੇਮ ਹੈ, ਇੰਗਲਿਸ਼ ਦੀ ਵੀ ਗ੍ਰਾਮਰ ਸੇਮ ਹੈ, ਜਿਹਨੂੰ ਇੰਗਲਿਸ਼ ਦੀ ਆਉਂਦੀ ਹੈ ਉਹਨੂੰ ਹਿੰਦੀ ਪੰਜਾਬੀ ਦੀ ਗ੍ਰਾਮਰ ਆ ਜਾਏਗੀ। ਹੁਣ ਉਹਨੇ ਕੀ ਸਿੱਖਣਾ ਹੈ? ਲੈਂਗੁਏਜ ਦੇ ਵਰਡਿੰਗ ਬਣਾਉਣੀ ਸਿੱਖਣੀ ਹੈ ਵੀ ਐਲਫਾਬੈਟਸ ਕਿਵੇਂ ਬਣਦੇ ਹੈ ਇੰਗਲਿਸ਼ ਦੇ ਵਿੱਚ। ਇਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਵੀ ਇਸੇ ਤਰ੍ਹਾਂ ਲੈਂਗੁਏਜਿਸ ਦੇ ਕੰਸੈਪਟ ਨਹੀਂ ਬਦਲਦੇ, ਸਿਰਫ ਕੀ ਬਦਲਦਾ ਹੈ? ਸਿੰਟੈਕਸ। ਸਿੰਟੈਕਸ ਮੀਨਸ ਉਹਨੂੰ ਲਿਖਣਾ ਕਿਵੇਂ ਹੈ, ਇੰਟ ਲਿਖਣਾ ਹੈ ਕਿ ਇੰਟੀਜਰ ਲਿਖਣਾ ਹੈ ਕਿ ਵੈਰ ਲਿਖਣਾ ਹੈ। ਹੁਣ ਪਾਈਥਨ ਦੇ ਵਿੱਚ ਇੰਟੀਜਰ ਨੂੰ ਕੀ ਕਹਿੰਦੇ ਹਾਂ? ਵੇਰੀਏਬਲ। ਉੱਥੇ ਅਸੀਂ ਲਿਖਦੇ ਹਾਂ ਵੈਰ VAR, ਵੈਰ ABC। ਜਾਵਾ ਦੇ ਵਿੱਚ ਵੀ ਵੈਰ ਲਿਖਦੇ ਹਾਂ, C++ ਦੇ ਵਿੱਚ ਇੰਟੀਜਰ ਲਿਖਦੇ ਹਾਂ। ਕੰਸੈਪਟ ਨਹੀਂ ਬਦਲਦੇ, ਸਿਰਫ ਸਿੰਟੈਕਸ ਚੇਂਜ ਹੁੰਦਾ। ਇਸੇ ਕਰਕੇ ਜਦੋਂ ਜਿਹੜੇ IT ਕੰਪਨੀਜ਼ ਦੇ ਵਿੱਚ ਹੁੰਦੇ ਆ, ਨਵੀਂ ਪ੍ਰੋਗਰਾਮਿੰਗ ਲੈਂਗੁਏਜ ਆਉਂਦੀ ਹੈ ਤਾਂ ਉਹਨਾਂ ਦਾ 10 ਦਿਨ ਦਾ ਕੋਰਸ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ, ਉਹ ਸਿੱਖ ਲੈਂਦੇ ਨੇ, ਕਿ ਉਹ ਕੰਸੈਪਟ ਨਹੀਂ ਬਦਲਣਗੇ, ਕੰਸੈਪਟ ਉਹੀ ਰਹਿਣਗੇ, ਠੀਕ ਹੈ, ਗ੍ਰਾਮਰ ਉਹੀ ਰਹੇਗੀ। ਲੈਂਗੁਏਜ ਕੋਈ ਨਵੀਂ ਆ ਗਈ ਤਾਂ ਕੋਈ ਪ੍ਰੋਬਲਮ ਨਹੀਂ, ਸਿੱਖ ਲਾਂਗੇ ਅਸੀਂ, ਫਰੈਂਚ ਵੀ ਸਿੱਖ ਲਾਂਗੇ, ਜਰਮਨ ਵੀ ਸਿੱਖ ਲਾਂਗੇ, ਕਿਉਂਕਿ ਸਾਨੂੰ ਇੰਗਲਿਸ਼ ਦੀ ਗ੍ਰਾਮਰ ਆਉਂਦੀ ਹੈ, ਠੀਕ ਹੈ। ਨੈਕਸਟ ਇਜ਼ ਸਮੈਂਟਿਕ ਐਰਰ। ਇਹ ਲਿਖੋ ਸਮੈਂਟਿਕ ਐਰਰ ਕੀ ਹੁੰਦਾ ਹੈ? ਵੈਨ ਦੀ ਸਟੇਟਮੈਂਟਸ written in the program, when the statements written in the program
ਆਰ ਨਾਟ ਮੀਨਿੰਗਫੁਲ ਟੂ ਦੀ ਕੰਪਾਈਲਰ, ਆਰ ਨਾਟ ਮੀਨਿੰਗਫੁਲ ਟੂ ਦੀ ਕੰਪਾਈਲਰ, ਉਦੋਂ ਕੀ ਆਏਗਾ? ਸਿਮੈਂਟਿਕ ਐਰਰ ਆਏਗਾ। ਠੀਕ ਹੈ, ਤੁਸੀਂ ਕੋਈ ਨਵਾਂ ਕੀਵਰਡ ਲਿਖਤਾ ਜਿਹੜਾ ਯੂਜ਼ ਉਹਨੂੰ ਪਤਾ ਨਹੀਂ, ਠੀਕ ਹੈ, ਤਾਂ ਇਹ ਹੋ ਗਿਆ। ਸਿਮੈਂਟਿਕ ਐਰਰ ਕੀ ਹੈ ਕਿ ਇਸ ਤਰ੍ਹਾਂ ਦਾ ਕੁਛ ਅਸੀਂ ਲਿਖਤਾ ਜੋ ਪ੍ਰੋਗਰਾਮ ਕੰਪਾਈਲਰ ਨੂੰ ਪਤਾ ਨਹੀਂ ਹੈ, ਜੋ ਕੰਪਾਈਲਰ ਨੂੰ ਪਤਾ ਨਹੀਂ ਹੈ। ਸਪੋਜ਼ ਕਰੋ ਮੈਂ ਨਵੀਂ ਨਵੀਂ ਇੰਗਲਿਸ਼ ਸਿੱਖੀ, ਸਪੋਜ਼ ਕਰੋ ਕੋਈ ਫੋਰਨਰ ਆ ਗਿਆ, ਉਹਨੇ ਦੋ ਤਿੰਨ ਇਸ ਤਰ੍ਹਾਂ ਦੇ ਵਰਡ ਬੋਲਤੇ ਜਿਹੜੇ ਮੈਂ ਸੁਣੇ ਨਹੀਂ, ਹੈਗੇ ਤਾਂ ਇੰਗਲਿਸ਼ ਦੇ ਹੀ ਆ ਪਰ ਮੈਂ ਸੁਣੇ ਨਹੀਂ, ਤਾਂ ਉੱਥੇ ਕੀ ਆਏਗਾ ਤੁਹਾਡਾ? ਸਿਮੈਂਟਿਕ ਹੈ। ਕਿ ਸਿਮੈਂਟਿਕ ਦਾ ਮੀਨਿੰਗ ਵੀ ਹੁੰਦਾ ਹੈ, ਇਹ ਵੀ ਡਿਕਸ਼ਨਰੀ ਵਰਡ ਹੈ ਸਿਮੈਂਟਿਕ। ਸਿਮੈਂਟਿਕ ਦਾ ਮੀਨਿੰਗ ਹੈ ਅੰਡਰਸਟੈਂਡ। ਸਿਮੈਂਟਿਕ ਦਾ ਮੀਨਿੰਗ ਦੇਖ ਲਿਓ ਡਿਕਸ਼ਨਰੀ ਦੇ ਵਿੱਚ ਕੀ ਹੈ, ਸਿਮੈਂਟਿਕ ਦਾ ਉਹੀ ਇੱਥੇ ਮੀਨਿੰਗ ਹੈ ਸਿਮੈਂਟਿਕ। ਅਗੇ ਲੋਜੀਕਲ ਐਰਰਸ, ਇਹ ਵੀ ਬੜਾ ਇੰਟਰਸਟਿੰਗ ਹੈ। ਲੋਜੀਕਲ ਐਰਰਸ ਲਿਖੋ, ਦ ਪ੍ਰੈਜੈਂਸ ਆਫ ਲੋਜੀਕਲ ਐਰਰ, ਦ ਪ੍ਰੈਜੈਂਸ ਆਫ ਲੋਜੀਕਲ ਐਰਰ ਲੀਡਸ ਟੂ ਅਨਡਿਜ਼ਾਇਰਡ, ਲੀਡਸ ਟੂ ਅਨਡਿਜ਼ਾਇਰਡ ਔਰ ਇਨਕਰੈਕਟ ਆਊਟਪੁੱਟ। ਦ ਪ੍ਰੈਜੈਂਸ ਆਫ ਲੋਜੀਕਲ ਐਰਰਸ ਲੀਡਸ ਟੂ ਅਨਡਿਜ਼ਾਇਰਡ ਔਰ ਇਨਕਰੈਕਟ ਆਊਟਪੁੱਟ। ਠੀਕ ਹੈ, ਲੋਜੀਕਲ ਐਰਰ ਮੈਂ ਸਮਝਾਉਂਦਾ ਬੱਚੇ, ਐਗਜ਼ਾਮਪਲ ਨਾਲ ਧਿਆਨ ਨਾਲ ਸਮਝੋ। ਸਪੋਜ਼ ਕਰੋ ਯੂਜ਼ਰ ਦੀ ਰਿਕੁਆਇਰਮੈਂਟ ਸੀ ਕਿ ਮੇਰੇ ਲਈ ਇੱਕ ਪ੍ਰੋਗਰਾਮ ਬਣਾਓ ਜੋ ਕੀ ਕਰੇ, 3+3 ਕਰਦੇ। ਠੀਕ ਹੈ, ਜਦੋਂ ਪ੍ਰੋਗਰਾਮਰ ਲਿਖ ਰਿਹਾ ਸੀਗਾ ਕੋਡ, ਉਹਦੇ ਕੋਲ ਪਲੱਸ ਦੀ ਜਗ੍ਹਾ ਕੀ ਲਿਖਿਆ ਗਿਆ? ਮਲਟੀਪਲਾਈ, ਮਲਟੀਪਲਾਈ। ਠੀਕ ਹੈ, ਹੁਣ ਲਿਖਣਾ ਕੀ ਸੀਗਾ? ਧਿਆਨ ਦੇਖੋ ਬੱਚੇ, ਲਿਖਣਾ ਕੀ ਸੀਗਾ? ਪਲੱਸ, ਲਿਖ ਕੀ ਦਿੱਤਾ? ਮਲਟੀਪਲਾਈ। ਇਹ ਕਿਤੇ ਐਰਰ ਦੇ ਵਿੱਚ ਆਏਗਾ? ਸਿੰਟੈਕਸ ਐਰਰ ਦੇ ਵਿੱਚ ਫੜਿਆ ਜਾਏਗਾ? ਕੋਈ ਸਿੰਟੈਕਸ ਦੀ ਮਿਸਟੇਕ ਹੈ? ਸਪੋਜ਼ ਕਰੋ ਪਿੱਛੇ ਲੱਗਿਆ ਹੋਇਆ, ਮੰਨ ਲਓ ਸੈਮੀ ਕੋਲਨ ਵੀ ਲੱਗਿਆ ਹੋਇਆ, ਇਹ ਸਿੰਟੈਕਸ ਐਰਰ ਹੈ? ਨਹੀਂ ਹੈ ਬੱਚੇ। ਸਿੰਟੈਕਸ ਐਰਰ ਕਿਉਂ? ਪਲੱਸ ਵੀ ਵੈਲਿਡ ਹੈ, ਮਲਟੀਪਲਾਈ ਵੀ ਵੈਲਿਡ ਹੈ, ਸੈਮੀ ਕੋਲਨ ਵੀ ਲੱਗਿਆ ਹੋਇਆ। ਸਿੰਟੈਕਸ ਐਰਰ ਤਾਂ ਉਹ ਹੈ ਕਿ ਟਾਈਪਿੰਗ ਮਿਸਟੇਕ ਹੋ ਗਈ ਕੋਈ, ਜੋ ਰੈਕੋਗਨਾਈਜ਼ ਨਹੀਂ ਹੋ ਰਹੀ, ਤਾਂ ਸਿੰਟੈਕਸ ਐਰਰ ਨਹੀਂ ਹੈ। ਸਿਮੈਂਟਿਕ ਐਰਰ ਹੈ? ਨਹੀਂ, ਪਲੱਸ ਵੀ ਪਤਾ ਹੈ ਕੰਪਾਈਲਰ ਨੂੰ, ਮਲਟੀਪਲਾਈ ਵੀ ਪਤਾ ਹੈ। ਠੀਕ ਹੈ, ਹੁਣ ਜਿਹੜਾ ਪ੍ਰੋਗਰਾਮਰ ਹੈ ਉਹ ਆਊਟਪੁੱਟ ਚੈੱਕ ਕਰੇਗਾ, 3 × 3 9, ਉਹ ਕਹੇਗਾ ਮੇਰਾ ਆਂਸਰ ਠੀਕ ਆ ਰਿਹਾ। ਪਰ ਯੂਜ਼ਰ ਕਹੇਗਾ ਨਹੀਂ, ਮੈਨੂੰ ਤਾਂ ਆਂਸਰ ਕਿੰਨਾ ਚਾਹੀਦਾ? 6। ਫਿਰ ਜਦੋਂ ਉਹ ਸਾਰਾ ਪ੍ਰੋਗਰਾਮ ਚੈੱਕ ਕਰਨਗੇ, ਉਹ ਦੇਖਣਗੇ ਉਹ ਵੀ ਯੂਜ਼ਰ ਨੇ ਕੀ ਕਿਹਾ ਸੀ ਸਾਨੂੰ ਕਰਨ ਲਈ, ਪਲੱਸ, ਅਸੀਂ ਕੀ ਕਰਤਾ? ਮਲਟੀਪਲਾਈ। ਸੋ ਦੀਸ ਟਾਈਪਸ ਆਫ ਐਰਰ ਆਰ ਕਾਲਡ ਲੋਜੀਕਲ ਐਰਰ। ਲੋਜਿਕ ਗਲਤ ਲੱਗ ਗਿਆ, ਨਾ ਸਿੰਟੈਕਸ ਗਲਤ ਸੀ, ਨਾ ਸਿਮੈਂਟਿਕ ਗਲਤ ਸੀ, ਸਿਰਫ ਕੀ ਗਲਤ ਲੱਗ ਗਿਆ?
ਲੌਜੀਕਲ ਤੇ ਲੱਗਦੇ। ਠੀਕ ਹੈ, ਮੈਂ ਕਿਹਾ ਵੀ ਜੇ ਬਾਰਿਸ਼ ਪੈ ਰਹੀ ਹੋਏਗੀ ਤਾਂ ਸਮੋਸੇ ਜਲੇਬੀਆਂ ਲੈ ਆਏ ਹੋ, ਠੀਕ ਹੈ, ਜਿਹਨੂੰ ਕਿਹਾ ਸੀ ਉਹ ਵੈਸੇ ਹੀ ਲੈ ਆਏ, ਬਾਰਿਸ਼ ਪਈ ਨਹੀਂ ਧੁੱਪ ਚੜੀ ਹੋਈ ਸੀ ਉਹ ਲੈ ਆਇਆ। ਤਾਂ ਨਾ ਇਹ 'ਚ ਲੌਜੀਕਲ ਐਰਰ ਹੈ, ਨਾ ਸਿੰਟੈਕਸ ਐਰਰ, ਨਾ ਸਮੈਂਟਿਕ ਐਰਰ ਹੈ, ਸਮਝਣ 'ਚ ਗਲਤੀ ਹੋ ਗਈ। ਮੈਂ ਉਹਨੂੰ ਕਿਹਾ ਸੀ ਜੇ ਬਾਰਿਸ਼ ਪੈ ਰਹੀ ਹੋਏਗੀ ਤਾਂ ਸਮੋਸੇ ਲੈ ਕੇ ਆਉਣੇ, ਉਹਦਾ ਜੀ ਕਰ ਰਿਹਾ ਸੀ ਵੈਸੇ ਲੈ ਆਇਆ। ਠੀਕ ਹੈ, ਸੋ ਯੂਜ਼ਰ ਨੇ ਕੀ ਕਿਹਾ, 3+3, 3+3, ਪਰ ਅਸੀਂ ਕੀ ਕਰਤਾ, 3×3, ਅਸੀਂ ਆਪਣੀ ਜਗ੍ਹਾ ਸਹੀ ਹਾਂ, ਅਕੋਰਡਿੰਗ ਟੂ ਮੈਥਮੈਟੀਕਲ ਰੂਲਸ ਵੀ ਸਹੀ ਹਾਂ। ਅਕੋਰਡਿੰਗ ਟੂ ਮੈਥਮੈਟੀਕਲ ਰੂਲ ਆਂਸਰ ਕਿੰਨਾ ਆਉਣਾ ਚਾਹੀਦਾ ਸੀ, 9। ਕੋਈ ਐਰਰ ਆ ਰਿਹਾ, ਸਿੰਟੈਕਸ ਐਰਰ ਵੀ ਨਹੀਂ ਸ਼ੋਅ ਕਰੇਗਾ ਕੰਪਾਈਲਰ, ਸਿਮੈਂਟਿਕ ਐਰਰ ਵੀ ਸ਼ੋਅ ਨਹੀਂ ਕਰੇਗਾ। ਠੀਕ ਹੈ, ਐਂਡ ਦੇ ਵਿੱਚ ਕੰਕਲੂਜਨ ਕੀ ਨਿਕਲੇਗਾ, ਹਾਂਜੀ ਉਹ ਸਿਮੈਂਟਿਕ ਵੀ ਹੋ ਸਕਦਾ ਵੈਸੇ, ਕਿ ਸਮਝਣ ਚ ਗਲਤੀ ਹੋ ਗਈ, ਲੌਜੀਕਲ ਹੈ ਕਿ ਮੈਂ ਉਹਨੂੰ ਤਾਂ ਲੌਜਿਕ ਦਿੱਤਾ ਸੀਗਾ ਵੀ ਜੇ ਬਾਰਿਸ਼ ਪੈ ਰਹੀ ਹੋਊਗੀ ਸਮੋਸੇ ਜਲੇਬੀ ਲੈ ਕੇ ਆਏ ਤਾਂ ਵੈਸੇ ਲੈ ਆਇਆ, ਵੀ ਬਾਰਿਸ਼ ਨਹੀਂ ਵੀ ਪਈ ਫਿਰ ਵੀ ਲੈ ਆਇਆ। ਨੈਕਸਟ, ਹਾਂ, ਲੈਂਗੁਏਜ ਦੀ ਮਿਸਟੇਕਸ ਹੈ, ਹਾਂਜੀ, ਕਿ ਜੇ ਲੈਂਗੁਏਜ ਨੇ ਕਿਹਾ ਵੀ ਸੈਮੀ ਕੋਲਨ ਲਗਾਉਣਾ ਤਾਂ ਲਗਾਉਣਾ, ਅਸੀਂ ਨਹੀਂ ਲਗਾਇਆ ਤਾਂ ਸਿੰਟੈਕਸ ਐਰਰ ਹੈ। ਸਿਮੈਂਟਿਕ ਮੀਨਸ ਅਸੀਂ ਕੋਈ ਇਸ ਤਰ੍ਹਾਂ ਦਾ ਵਰਡ ਲਿਖਤਾ ਜੋ ਰੈਕੋਗਨਾਈਜ਼ੇਬਲ ਨਹੀਂ ਹੈ। ਠੀਕ ਹੈ, ਲੌਜੀਕਲ ਐਰਰ ਤੁਸੀਂ ਸਮਝ ਹੀ ਲਿਆ, ਇਹ ਐਗਜ਼ਾਮਪਲ ਨੂੰ ਹਮੇਸ਼ਾ ਯਾਦ ਰੱਖਿਓ, 3+3, 3×3। ਅੱਗੇ ਰਨ ਟਾਈਮ ਐਰਰ, ਰਨ ਟਾਈਮ ਐਰਰ ਹੁਣ ਇਹ ਕਿਸ ਤਰ੍ਹਾਂ ਦੇ ਹੈ, ਇਹ ਐਰਰ ਤਾਂ ਪਹਿਲਾਂ ਹੀ ਫੜੇ ਜਾਣ, ਦੇਖੋ ਇਹ ਦੋ ਐਰਰ ਤਾਂ ਪਹਿਲਾਂ ਹੀ ਫੜੇ ਜਾਣਗੇ, ਕੰਪਾਈਲਰ ਦੱਸ ਦੇਗਾ ਪ੍ਰੋਗਰਾਮ ਰਨ ਨਹੀਂ ਹੋਏਗਾ। ਧਿਆਨ ਨਾਲ ਦੇਖਿਓ ਬੱਚੇ, ਸਿੰਟੈਕਸ ਐਰਰ ਤੇ ਸਿਮੈਂਟਿਕ ਐਰਰ ਦੇ ਨਾਲ ਪ੍ਰੋਗਰਾਮ ਰਨ ਨਹੀਂ ਹੋਏਗਾ, ਲੌਜੀਕਲ ਐਰਰ ਦੇ ਨਾਲ ਪ੍ਰੋਗਰਾਮ ਰਨ ਹੋ ਜਾਏਗਾ, ਆਊਟਪੁੱਟ ਵੀ ਆਏਗੀ, ਉਹ ਅਕੋਰਡਿੰਗ ਟੂ ਮੈਥਮੈਟਿਕਸ ਸਹੀ ਹੋਏਗੀ ਆਊਟਪੁੱਟ ਵੀ, ਬਟ ਲੌਜੀਕਲੀ ਗਲਤ ਹੋਏਗੀ, ਕਿਉਂ, 3+3 ਕਰਨਾ ਸੀ ਅਸੀਂ ਕਰਤਾ 3×3। ਹੁਣ ਰਨ ਟਾਈਮ ਐਰਰ ਕੀ ਹੈ, ਕਿ ਜਦੋਂ ਪ੍ਰੋਗਰਾਮ ਰਨ ਕਰ ਰਿਹਾ ਉਦੋਂ ਕੋਈ ਐਰਰ ਆ ਗਿਆ, ਉਦੋਂ ਕੋਈ ਐਰਰ ਆ ਗਿਆ। ਠੀਕ ਹੈ, ਕਿਵੇਂ ਆਇਆ, ਤੁਸੀਂ ਕੀਤਾ 10 ÷ A, ਐਕਸ ਲੈ ਲਓ, ਚਲੋ 10 ÷ X। ਹੁਣ ਐਕਸ ਕੀ ਹੈ, ਵਟ ਇਜ਼ ਐਕਸ, ਐਕਸ ਇਜ਼ ਅ ਵੇਰੀਏਬਲ, ਵੇਰੀਏਬਲ ਸਮਝਦੇ ਹੋ ਨਾ, ਜੋ ਵੇਰੀ ਕਰ ਰਿਹਾ। ਹੁਣ ਐਕਸ ਦੀ ਵੈਲਿਊ ਕਿਤੋਂ ਪਿੱਛੋਂ ਆਏਗੀ, ਕਿਤੋਂ ਬੈਕ ਐਂਡ ਤੋਂ ਫੀਡ ਹੋਏਗੀ ਵੈਲਿਊ। ਸਪੋਜ਼ ਕਰੋ ਬੈਕ ਐਂਡ ਤੇ ਐਕਸ ਦੀ ਵੈਲਿਊ ਹੋਗੀ 0, ਐਕਸ ਦੀ ਵੈਲਿਊ ਹੋਗੀ 0। ਹੁਣ ਇੱਥੇ ਕੀ ਬਣ ਗਿਆ, 10 ÷ ਡਿਵਾਈਡ ਕਰ ਸਕਦੇ 0 ਦੇ ਨਾਲ, ਦਿਸ ਇਜ਼ ਕਾਲਡ ਰਨ ਟਾਈਮ। ਕਿ ਇਸ ਤਰ੍ਹਾਂ ਦਾ ਕੁਛ ਹੋ ਗਿਆ ਵੀ ਵੈਲਿਊਜ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈਆਂ, ਦਿਸ ਇਜ਼ 1 ਐਗਜ਼ਾਮਪਲ, ਹੋਰ ਵੀ ਕੁਛ ਹੋ ਸਕਦਾ। ਅੰਡਰਸਟੈਂਡਿੰਗ ਵਾਸਤੇ ਮੈਂ ਸਭ ਤੋਂ ਈਜ਼ੀਐਸਟ ਐਗਜ਼ਾਮਪਲ ਲਿੱਤੀ ਹੈ, ਡਿਵਾਈਡ ਬਾਏ 0। ਤਾਂ 10 ÷ X ਸਿੰਟੈਕਸ ਐਰਰ ਵੀ ਨਹੀਂ ਹੈ, ਸਿਮੈਂਟਿਕ ਐਰਰ ਵੀ ਨਹੀਂ ਹੈ, ਲੌਜੀਕਲ ਐਰਰ ਵੀ ਨਹੀਂ ਹੈ। ਹੁਣ ਜੇ ਬਾਈ ਚਾਂਸ ਐਕਸ 0 ਹੋ ਗਿਆ ਰਨ ਟਾਈਮ ਤੇ, ਐਕਸ ਦੀ ਵੈਲਿਊ ਕਿੱਥੋਂ ਆਉਣੀ ਹੈ, ਪਿੱਛੋਂ ਪ੍ਰੋਗਰਾਮ ਤੋਂ ਉੱਪਰੋਂ ਕਿਤੇ ਕੈਲਕੂਲੇਟ ਹੋ ਕੇ ਆ ਰਹੀ ਹੈ, ਬਾਈ ਚਾਂਸ ਉੱਥੇ 0 ਹੋ ਗਈ ਵੈਲਿਊ। ਤਾਂ 10 ÷ 0, ਜਦੋਂ ਇਹ ਇਸ ਦੀ ਵਾਰੀ ਆਏਗੀ ਐਗਜ਼ੀਕਿਊਟ ਹੋਣ ਦੀ,
ਜਦੋਂ ਇਹ ਲਾਈਨ ਐਗਜ਼ੀਕਿਊਟ ਹੋਏਗੀ ਤਾਂ ਪ੍ਰੋਗਰਾਮ ਕੀ ਕਰ ਜਾਏਗਾ, ਕ੍ਰੈਸ਼ ਕਰ ਜਾਏਗਾ, ਐਰਰ ਆ ਜਾਏਗਾ, ਬਿਕੋਜ਼ ਡਿਵਾਈਡ ਬਾਈ ਜ਼ੀਰੋ, ਡਿਵਾਈਡ ਬਾਈ ਜ਼ੀਰੋ। ਠੀਕ ਹੈ, ਹੁਣ ਇਹਨਾਂ ਦੇ ਵਿੱਚੋਂ ਸਭ ਤੋਂ ਔਖਾ ਡਿਟੈਕਟ ਕਿਹੜਾ ਹੋਏਗਾ ਐਰਰਸ, ਇਹਨੂੰ ਬੋਲਦੇ ਆ ਡਿਟੈਕਟਿੰਗ ਦੀ ਐਰਰਸ ਔਰ ਕਰੈਕਟਿੰਗ ਦੀ ਐਰਰਸ, ਲਿਖ ਲਓ ਵਰਡ। ਹੁਣ ਜਦੋਂ ਐਰਰਸ ਨੂੰ ਰਿਮੂਵ ਕਰਨਾ ਹੈ, ਰਿਮੂਵਿੰਗ ਦੀ ਐਰਰਸ, ਕਰੈਕਟਿੰਗ ਦੀ ਐਰਰਸ ਔਰ ਡਿਟੈਕਟਿੰਗ ਦੀ ਐਰਰਸ ਔਰ ਬਗਸ, ਤਿੰਨ ਵਰਡ ਯੂਜ ਕਰਾਂਗੇ ਅਸੀਂ, ਰਿਮੂਵਿੰਗ, ਕਰੈਕਟਿੰਗ, ਡਿਟੈਕਟਿੰਗ। ਸਭ ਤੋਂ ਹਾਰਡ ਕਿਹੜਾ ਲੱਗ ਰਿਹਾ ਤੁਹਾਨੂੰ ਡਿਟੈਕਟ ਕਰਨਾ? ਹਾਂਜੀ, ਰਨ ਟਾਈਮ ਤੇ ਮੈਂ ਕੰਡੀਸ਼ਨ ਲਗਾ ਸਕਦਾ, ਜਦੋਂ ਮੈਂ ਡਿਵਾਈਡ ਕਰਨਾ ਹੈ, ਜਦੋਂ ਮੈਂ ਡਿਵਾਈਡ ਕਰਨਾ ਹੈ ਤਾਂ ਮੈਂ ਉੱਥੇ ਕੰਡੀਸ਼ਨ ਲਗਾ ਦਾਂਗਾ, ਚੈੱਕ ਕਰ ਲਾਂਗਾ ਇਫ ਐਕਸ ਗ੍ਰੇਟਰ ਦੈਨ ਜ਼ੀਰੋ, ਮੈਂ ਚੈੱਕ ਕਰ ਸਕਦਾ। ਮੇਰੇ ਕੋਲ ਆਪਸ਼ਨ ਹੈ ਕਿ ਜਦੋਂ ਮੈਂ ਡਿਵਾਈਡ ਕਰਨਾ ਹੈ, ਮੈਂ ਜਿੰਨੇ 100 ਟਾਈਮ ਡਿਵੀਜ਼ਨ ਕਰਨੀ ਹੈ 100 ਟਾਈਮਸ, ਮੈਂ ਚੈੱਕ ਕਰ ਸਕਦਾ ਕਿ ਜਿਹੜਾ ਮੇਰਾ ਡਿਨੋਮੀਨੇਟਰ ਹੈ ਉਹ ਜ਼ੀਰੋ ਤਾਂ ਨਹੀਂ, ਗ੍ਰੇਟਰ ਦੈਨ ਨਹੀਂ, ਇਫ ਐਕਸ ਇਜ਼ ਇਕੁਅਲ ਟੂ ਜ਼ੀਰੋ, ਤਾਂ ਮੈਂ ਉਹਨੂੰ ਕਹਾਂਗਾ ਮੂਵ ਅਹੈਡ, ਗੋ ਟੂ, ਚੱਲ ਗੋ ਟੂ ਲਗਾ ਦਾਂਗਾ, ਵੀ ਨੈਕਸਟ ਸਟੇਟਮੈਂਟ ਰਨ ਨਹੀਂ ਕਰਨੀ। ਸੋ ਰਨ ਟਾਈਮ ਐਰਰ ਵੀ ਈਜ਼ੀਲੀ ਡਿਟੈਕਟ ਹੋ ਜਾਂਦੇ ਆ। ਹਾਂ, ਹਾਰਡ ਹੈ ਪਰ ਇਹਦਾ ਫਸਟ ਨੰਬਰ ਨਹੀਂ ਆਏਗਾ, ਸੈਕਿੰਡ ਆ ਸਕਦਾ। ਫਸਟ ਨੰਬਰ ਤੇ ਦੱਸੋ ਕਿਹੜਾ ਹੈ? ਲੌਜੀਕਲ ਐਰਰ। ਹਾਂਜੀ, ਲੌਜੀਕਲ ਐਰਰ, ਲੌਜੀਕਲ ਐਰਰ, ਕਿਉਂਕਿ ਮੈਂ ਜਿੰਨੀ ਵਾਰ ਚੈੱਕ ਕਰਾਂਗਾ 3x3 9 ਮੈਂ ਕਹਾਂਗਾ ਠੀਕ ਹੈ, ਉਹ ਤਾਂ ਯੂਜ਼ਰ ਜਦੋਂ ਮੇਰੇ ਨਾਲ ਬੈਠੇਗਾ ਉਹ ਕਹੇਗਾ ਵੀ ਨਹੀਂ ਮੈਨੂੰ ਤਾਂ 3x3 ਚਾਹੀਦਾ ਸੀਗਾ। ਸੋ ਲੌਜੀਕਲ ਐਰਰਸ ਆਰ ਵੈਰੀ ਹਾਰਡ ਟੂ ਡਿਟੈਕਟ। ਫਿਰ ਰਨ ਟਾਈਮ ਐਰਰ, ਇਹਨਾਂ ਚੋਂ ਸੇਮ ਜੀ ਹੈ, ਸਮੈਂਟਿਕ ਜਾਂ ਸਿੰਟੈਕਸ ਬਰਾਬਰ ਜੀ। ਠੀਕ ਹੈ, ਸੋ ਬੱਚੇ ਆਪਣੇ ਜੋ ਟਾਰਗੇਟ ਸੀ ਆਪਣਾ ਇਸ ਵੀਕਐਂਡ ਦਾ ਉਹ ਤਾਂ ਹੋ ਗਿਆ ਕੰਪਲੀਟ। ਠੀਕ ਹੈ, ਤਾਂ ਅੱਧਾ ਘੰਟਾ ਅੱਜ, ਨੈਕਸਟ ਕਲਾਸ ਨਹੀਂ ਲੱਗਣੀ ਹੈਗੀ, ਤਾਂ ਅੱਧਾ ਘੰਟਾ ਮੈਂ ਕੁਸ਼ਚਨਸ ਕਰਾਉਣੇ ਆ ਜਿਹੜੇ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਆਏ ਹੋਏ ਆ। ਠੀਕ ਹੈ, ਜਿਹੜੇ ਤਾਂ ਵਿਲਿੰਗ ਹੈਗੇ ਹੋ ਉਹ ਬੈਠ ਜਾਓ ਫਿਜ਼ੀਕਲ ਕਲਾਸ ਦੇ ਵਿੱਚ ਵੀ, ਆਫਲਾਈਨ ਅਤੇ ਔਨਲਾਈਨ ਵੀ। ਸੋ ਜਿਨ੍ਹਾਂ ਨੇ ਜਾਣਾ ਹੈ ਤਾਂ ਜਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ। 5 ਮਿੰਟ ਮੈਂ ਬ੍ਰੇਕ ਲੈਣਾ, ਠੀਕ ਹੈ, 5 ਮਿੰਟ ਬਾਅਦ, ਠੀਕ ਹੈ, ਜਿਨ੍ਹਾਂ ਨੇ ਕਰਨਾ ਉਹ ਬੈਠ ਜਾਓ, ਰੈਸਟ ਲੈਣੀ ਰੈਸਟ ਲੈ ਲਓ। ਔਨਲਾਈਨ ਅਤੇ ਔਫਲਾਈਨ ਵੀ, ਜਿਨ੍ਹਾਂ ਨੇ ਜੁਆਇਨ ਕਰਨਾ ਹੈ ਤਾਂ 5 ਮਿੰਟ ਔਨਲਾਈਨ ਕਨੈਕਟਿਡ ਹੀ ਰਹੋ। ਠੀਕ ਹੈ, ਜਿਨ੍ਹਾਂ ਨੇ ਜਾਣਾ ਹੈ, ਰੈਸਟ ਕਰਨੀ ਹੈ, ਵੀ ਨਹੀਂ ਹਿੰਮਤ ਹੈਗੀ ਲਗਾਉਣ ਦੀ ਕਲਾਸ, ਤਾਂ ਉਹ ਨਾ ਲਗਾਓ, ਪਰ ਮੇਰਾ ਸੁਜੈਸ਼ਨ ਹੈ ਲਗਾ ਲਓ, ਕਾਫੀ ਇੰਪੋਰਟੈਂਟ ਕਰਾਵਾਂਗੇ। ਠੀਕ ਹੈ, ਲਿਖਣ ਲਿਖਾਵਾਂਗੇ ਘੱਟ, ਮੈਮਰੀ ਬੇਸਡ ਕਰਾ ਦਾਂਗੇ। ਠੀਕ ਹੈ, 5 ਮਿੰਟ ਦੀ ਬ੍ਰੇਕ ਲੈ ਲਓ ਬੱਚੇ।
Thank you.